ਅੱਛਾ ਰੱਬ ਉਹ ਕੁਰਾਲੀ ਦਾ ਰੱਬ ਹੈ, ਕੁਰਾਲੀ ਦਾ ਰੱਬ ਸਰੋਤੇ ਕਰਨਗੇ ਜੀ ਕਮੈਂਟ, ਕੁਰਾਲੀ ਦਾ ਰੱਬ ਕੌਣ ਹੈ ਜੀ? ਹਾਂਜੀ, ਰੱਬ ਕੁਰਾਲੀ ਦੀ ਸ਼ਖਸੀਅਤ ਹੈ ਇੱਕ ਬਿੱਲਾ ਖੱਤਰੀ ਪਰਿਵਾਰ ਦੇ ਵਿੱਚ, ਸਰੋਤੇ ਕਰਨਗੇ ਕਮੈਂਟ। ਉਹ ਮੈਨੂੰ ਕਿਸੇ ਨੇ ਨਾ ਰੋਪੜ, ਅਸੀਂ ਘੁੰਮ ਰਹੇ ਸੀ ਤਾਂ ਰੋਪੜ ਉਹ ਕਿਸੇ ਨੇ ਗੱਲ ਕਹੀ, ਕਹਿੰਦਾ ਯਾਰ ਤੁਹਾਡੇ ਕੁਰਾਲੀ ਰੱਬ ਹੈ। ਮੈਂ ਕਿਹਾ ਰੱਬ ਤਾਂ ਯਾਰ ਸਾਰੇ ਪਾਸੇ ਹੈ, ਉਹ ਕਹਿੰਦਾ ਨੇ ਕੁਰਾਲੀ ਰੱਬ। ਮੈਨੂੰ ਫਿਰ ਬਾਅਦ 'ਚ ਪਤਾ ਲੱਗਿਆ ਰੱਬ ਇੱਥੇ ਇੱਕ ਬੰਦੇ ਦਾ ਨਾਮ ਹੈ। ਮੈਂ ਮਿਲਿਆ ਫਿਰ, ਬਹੁਤ ਵਧੀਆ ਬੰਦੇ ਨੇ ਉਹ, ਕਈ ਵਾਰੀ ਮਿਲਦਾ ਮੈਂ ਉਸ ਗਲੀ 'ਚ ਜ਼ਿਆਦਾ ਜ਼ਿਆਦਾ ਵੀ ਮਿਲਦਾ, ਮੇਰੇ ਬੈਠਾ ਹੁੰਦਾ। ਤੁਹਾਡੇ ਜਮਾਤੀ ਸੀਗੇ ਰੱਬ? ਮੇਰੇ ਕਲਾਸ ਫੇਲੋ ਸੀ ਜੀ। ਅੱਛਾ, ਰੱਬ ਦੇ ਜਮਾਤੀ ਆ ਤੁਸੀਂ ਯਾਰ? ਦੇਖੋ ਜੀ, ਰੱਬ ਦੇ ਜਮਾਤੀ ਮਿਲ ਗਏ ਸਾਨੂੰ ਹੈ। ਇੱਕ ਤਾਂ ਸੀਤਲਾ ਮਾਤਾ ਦਾ ਮੰਦਿਰ ਸੜਕ ਦੇ ਪਰਲੇ ਪਾਸੇ ਹੈ, ਇੱਕ ਉਰਲੇ ਪਾਸੇ ਕੋਰਨਰ ਤੇ ਇੱਕ ਲੋਹਾਰ ਦੀ ਦੁਕਾਨ ਹੈ। ਹਾਂ ਹੈਗੀ ਜੀ, ਹਾਂਜੀ ਹੈਗੀ, ਹੁਣ ਵੀ ਹੈਗੀ ਆ, ਹੁਣ ਵੀ ਹੈਗੀ, ਵੀ ਹੈਗੀ ਜੀ। ਹਾਂਜੀ, ਫੁੱਪੇ ਦਾਤੀਆਂ ਸੜ ਗਏ ਪੜਿਆਲੇ, ਪਤਾ ਨਹੀਂ ਇੱਥੇ ਨਗਲ ਪਿੰਡ ਦੇ ਇੱਥੇ ਨੇੜੇ ਦੇ ਜੀ, ਹੁਣ ਵੀ ਕੰਮ ਉਹਨਾਂ ਦਾ। ਮੈਂ ਉੱਥੇ ਤੋਂ ਲੰਘਦਾ ਨਾ ਜੀ, ਉਹ ਬੈਠੇ ਕੰਮ ਕਰਦੇ, ਬੜਾ ਕੰਮ ਕਰਦੇ, ਦੇਖੋ ਬਹੁਤ ਕੰਮ, ਬਹੁਤ ਮਿਹਨਤੀ ਹੈ ਜੀ ਉਹ, ਦੇਖੋ। ਅੱਛਾ, ਹੁਣ ਅੱਗੇ ਨੂੰ ਆ ਜੇ ਚੌਂਕ 'ਚ ਆ ਗਏ ਜੀ ਆਪਾਂ, ਸਰਬਿਤਕਾਰੀ ਸਕੂਲ ਆ ਗਿਆ। ਪਰਸ਼ੁਰਾਮ ਦੀ, ਪਰਸ਼ੁਰਾਮ ਦੀ ਆੜਤ ਦੀ ਦੁਕਾਨ ਸੀ, ਫਿਰ ਪਰਸ਼ੁਰਾਮ ਤੋਂ ਜਾਣਦੇ ਆੜਤ ਵਾਲੇ ਵੀ, ਨਰਿੰਦਰ ਗੌਤਮ ਦੇ, ਗੌਤਮ ਉਹਨਾਂ ਦੇ, ਇਹਨਾਂ ਦੇ ਵਿੱਚੋਂ ਸੀ ਨਰਿੰਦਰ ਵਗੈਰਾ, ਤੇ ਸੰਤ ਤੁਹਾਡੇ ਨਾਲ ਪੜਿਆ ਸੰਤ ਪੜੇ। ਮਰਿੰਡਾ ਰੋਡ ਤੇ ਅੱਗੇ ਜਾ ਕੇ ਪਿੰਡ, ਮਰਿੰਡਾ ਰੋਡ ਤੇ ਅੱਗੇ ਚਤਾਮਲਾ, ਚਤਾਮਲੀ ਤੇ ਹੈਗੇ, ਚਤਾਮਲਾ ਚਤਾਮਲੀ। ਹਾਂ ਜੀ, ਇਹ ਚਤਾਮਲਾ ਚਤਾਮਲੀ ਘਰ ਵਾਲਾ, ਘਰ ਵਾਲੀ ਤੇ ਆਪਸ ਚ ਕਿਹਾ ਤਾ, ਮੈਨੂੰ ਕਿਸੇ ਨੇ ਕਿਹਾ ਉਹ ਪਾਕਿਸਤਾਨ ਤੋਂ ਕਮੈਂਟ ਆਇਆ, ਉਹ ਮੈਂ ਕਿਹਾ ਜੀ ਇੱਕ ਚਤਾਮਲਾ ਪਿੰਡ ਦੇ ਪਾਸੇ ਇੱਧਰ ਚਤਾਮਲੀ, ਤਾਂ ਉਹਨੇ ਲਿਖਿਆ ਵੀ ਚਤਾਮਲਾ ਤੇ ਚਤਾਮਲੀ ਕਿਹਾ ਆਪਸ ਵਿੱਚ, ਘਰ ਵਾਲਾ ਘਰ ਵਾਲੀ ਤੇ। ਅੱਛਾ, ਮਿੱਠਾ ਮੱਲ ਬੀਰਬਲ, ਇੱਕ ਬੀਰਬਲ ਹੁੰਦੇ ਸੀ, ਬੀਰਬਲ ਜਿਹਨਾਂ ਦਾ ਭੱਠਾ ਸੀਗਾ, ਵੀ ਭੱਠੇ ਵਾਲਿਆਂ ਦਾ ਨਾਮ ਬੀਰਬਲ ਹੁੰਦਾ ਸੀ, ਬਹੁਤ ਦੇਰ ਹੋ ਗਈ। ਮਿੱਠਾ ਮੱਲ ਵੀ ਸੁਣਾ ਸੀ, ਮਿੱਠਾ ਮੱਲ ਤਾਂ ਕੱਪੜਿਆਂ ਦੀ ਦੁਕਾਨ ਸੀ ਜੀ ਉਹਨਾਂ ਦੀ, ਬਹੁਤ ਵਧੀਆ। ਹਾਂ, ਬਹੁਤ ਦੁਕਾਨ ਚੱਲਦੀ ਸੀ ਮਿੱਠਾ ਮੱਲ ਦੀ, ਮਿੱਠਾ ਮੱਲ ਦੀ। ਹਾਂ ਜੀ, ਦੇਖੋ ਜੀ ਕਿਆ ਸੋਹਣੇ ਨਾਂ ਰੱਖਦੇ ਸੀ, ਮਾਵਾ ਮਿੱਠਾ ਮੱਲ ਹੈ। ਤਾਂ ਉਹ ਅਸੀਂ ਯਾਦਾਂ ਦਾ ਸ਼ਹਿਰ ਰੋਪੜ ਨਾਂ ਰੱਖ ਕੇ ਭਾਈ ਸਾਹਿਬ ਨੇ ਇੱਕ ਗਰੁੱਪ ਚਲਾਇਆ, ਉਸੇ ਤਰਜ਼ ਤੇ ਮੈਂ ਇੱਕ ਗਰੁੱਪ ਬਣਾ ਦਿੱਤਾ ਯਾਦਾਂ ਦਾ ਸ਼ਹਿਰ ਕੁਰਾਲੀ। ਉਹਦੇ ਵਿੱਚ ਬਹੁਤ ਕਮੈਂਟਿੰਗ, ਬਹੁਤ ਕੁਛ, ਅੱਜ ਕੱਲ੍ਹ ਵੀ ਉਹ ਗਰੁੱਪ ਚੱਲਦਾ ਹੈ, ਅਸੀਂ ਸਾਰੀਆਂ ਪੋਸਟਾਂ ਉਹਦੇ ਵਿੱਚ ਪਾਉਂਦੇ ਹਾਂ। ਠੀਕ ਹੈ ਜੀ। ਤਾਂ ਉਹ ਯਾਦਾਂ ਦਾ ਸ਼ਹਿਰ ਕੁਰਾਲੀ ਵਿੱਚ ਜਦੋਂ ਸ਼ੁਰੂਆਤ ਵਿੱਚ ਮੈਂ ਐਕਸਪਲੋਰ ਕਰਨਾ ਸ਼ੁਰੂ ਕਰਿਆ, ਤਾਂ ਬੱਸ ਸਟੈਂਡ ਦਾ ਪੁਰਾਣਾ ਸੀਨ ਜਿਹੜਾ ਨਾ ਜੀ, ਉਹ ਮੈਨੂੰ ਉਹਦੇ 'ਤੇ ਬਹੁਤ ਕਮੈਂਟ ਲੋਕਾਂ ਨੇ ਕਰੇ। ਮੈਂ ਪੁੱਛਿਆ ਵੀ ਬੱਸ ਸਟੈਂਡ ਜਿਹੜਾ ਹੈ, ਪਹਿਲਾ ਬੱਸ ਸਟੈਂਡ ਕੁਰਾਲੀ ਦਾ, ਉਹਦਾ ਕੀ ਦ੍ਰਿਸ਼ ਹੁੰਦਾ ਸੀ? ਹੁਣ ਮੈਂ ਤੁਹਾਡੇ ਤੋਂ ਵੀ ਇੱਕ ਵਾਰੀ ਦੁਬਾਰਾ ਤੋਂ ਪੁੱਛਣਾ, ਪਿੱਪਲ ਹੁੰਦੇ ਸੀ ਜੀ ਇਹਦੇ ਚਾਰੇ ਪਾਸੇ, ਇੰਨਾ ਕੁ ਮੈਨੂੰ ਦੱਸਿਆ, ਬਾਕੀ ਗੱਲ ਤੁਸੀਂ ਦੱਸੋ। ਬੱਸ ਉੱਥੇ ਰੁਕਦੀ ਸੀ, ਕੋਈ ਵੱਡਾ ਤਾਂ ਉਹ ਨਹੀਂ ਸੀ, ਸਿੰਡੀਕੇਟ ਦੀਆਂ ਬੱਸਾਂ ਹੋਇਆ ਕਰਦੀਆਂ ਸੀ ਜੀ ਪਹਿਲਾਂ। ਅੱਛਾ, ਅਤੇ ਛੋਟਾ ਜਿਹਾ ਬੱਸ, ਵੈਸੇ ਬੱਸ ਸਟੈਂਡ ਤਾਂ ਬਣੇ ਨਹੀਂ, ਰੋਡ 'ਤੇ ਖੜ੍ਹਨੀ, ਇੱਥੋਂ ਰੋਡ ਨਿਕਲ ਜਾਂਦੇ, ਉਹਦੇ ਚਾਟ ਵਾਲਾ ਖੜ੍ਹਦਾ ਸੀ। ਹਾਂ, ਕਿਆ ਨਾ, ਬਖਸ਼ੀ ਬਖਸ਼ੀ, ਉਹਦੀ ਚਾਟ, ਬਾਈ ਗੋਡ, ਅੱਜ ਵੀ ਯਾਦ ਆਉਂਦੀ ਆ। ਸਰਦਾਰ ਰਜਿੰਦਰ ਸਿੰਘ ਜੀ, ਸਰਦਾਰ ਨਰਿੰਦਰ ਸਿੰਘ ਜੀ, ਡਰਾਇੰਗ ਮਾਸਟਰ ਰਿਟਾਇਰ ਹੈ ਜੀ ਤੁਸੀਂ? ਹਾਂਜੀ, ਖਾਲਸਾ ਸਕੂਲ ਕੁਰਾਲੀ ਤੋਂ। ਹਾਂਜੀ ਹਾਂਜੀ। ਔਰ ਮੇਰੇ ਨਾਲ ਨੇ ਰਜਿੰਦਰ ਸਿੰਘ ਜੀ, ਰਜਿੰਦਰਾ ਐਨਕਲੇਵ ਕੁਰਾਲੀ ਦੇ ਓਨਰ, ਠੀਕ ਕਹਿ ਰਹੇ ਜੀ ਮੈਂ? ਸਿਸਮਾ ਰੋਡ ਦੇ ਉੱਤੇ ਰਜਿੰਦਰਾ ਐਨਕਲੇਵ ਹੈ, ਉਹਦੇ ਓਨਰ ਮੇਰੇ ਨਾਲ ਬੈਠੇ ਨੇ, ਔਰ ਸਵਾਗਤ ਹੈ ਜੀ ਤੁਹਾਡਾ ਬੱਲੇ ਬੱਲੇ ਫਿਲਮ ਐਂਡ ਰਿਕਾਰਡ ਦੇ ਵੱਲੋਂ। ਥੈਂਕ ਯੂ ਜੀ। ਇਸ ਵੇਲੇ ਅਸੀਂ ਆਪਣੇ ਸਰੋਤਿਆਂ ਦੇ ਰੂਬਰੂ ਹਾਂ ਤੁਹਾਡੇ ਨਾਲ, ਔਰ ਚਰਹੇੜੀ ਪਿੰਡ ਦੇ ਵਿੱਚ ਅਸੀਂ ਬੈਠੇ ਹਾਂ। ਰੋਪੜ ਤੋਂ ਜੇਕਰ ਅਸੀਂ
ਕੁਰਾਲੀ ਵੱਲ ਨੂੰ ਆਉਂਦੇ ਹਾਂ ਤਾਂ ਕੁਰਾਲੀ ਦੇ ਬਿਲਕੁਲ ਮਹਾਨੇ ਅਤੇ ਦਰਵਾਜ਼ੇ 'ਤੇ ਕਹਿ ਸਕਦੇ ਹਾਂ ਵੀ ਪਹਿਲਾਂ ਇਹ ਅਖੀਰਲਾ ਪਿੰਡ ਰੋਪੜ ਵੱਲੋਂ ਆਉਂਦੇ ਹੋਏ ਚਰਹੇੜੀ ਪਿੰਡ, ਤੁਹਾਡਾ ਜੱਦੀ ਪਿੰਡ ਇਹੀ ਹੈ? ਇਹੀ ਹੈ ਪਿੰਡ ਸਾਡਾ। ਰਜਿੰਦਰ ਸਿੰਘ ਜੀ, ਸਰਦਾਰ ਨਰਿੰਦਰ ਸਿੰਘ ਜੀ, ਇਸ ਵੇਲੇ ਅਸੀਂ ਤੁਹਾਡੇ ਬਾਬਾ ਜੀ ਦੀ ਕੋਠੀ ਜਿਹੜੀ ਕਿ 1932 ਵਿੱਚ ਬਣੀ ਸੀ, ਸਰਦਾਰ ਨਰਾਇਣ ਸਿੰਘ ਤੁਹਾਡੇ ਦਾਦਾ ਜੀ ਦਾ ਨਾਮ, ਦਾਦਾ ਜੀ ਦਾ ਨਾਮ, ਔਰ ਤੁਹਾਡੇ ਪਿਤਾ ਜੀ ਦਾ ਨਾਮ ਸਰਦਾਰ ਹਰਦੀਪ ਸਿੰਘ ਜੀ। ਅਸੀਂ ਉਸ ਕੋਠੀ ਦੇ ਬੈਕਯਾਰਡ 'ਤੇ ਬੈਠੇ ਹਾਂ, ਬਹੁਤ ਹੀ ਮਜ਼ਾ ਆਇਆ ਜੀ ਤੁਹਾਡੇ ਕੋਲ ਆ ਕੇ। ਥੈਂਕ ਯੂ। ਔਰ ਬਜ਼ੁਰਗਾਂ ਦੀ ਜਿਹੜੀ ਕੋਠੀ ਦੇਖ ਕੇ ਤਾਂ ਬਹੁਤ ਮੇਰਾ ਮਨ ਜਿਹੜਾ ਪ੍ਰਸੰਨ ਹੋ ਗਿਆ। ਥੈਂਕ ਯੂ, ਥੈਂਕ ਯੂ। ਹਾਂਜੀ, ਔਰ ਅੱਜ ਅਸੀਂ ਗੱਲਾਂ ਕਰਨੀਆਂ ਨੇ ਜੀ ਤੁਹਾਡੇ ਕੋਲੋਂ ਲੈਣੇ ਨੇ। ਤੁਹਾਡੀ ਉਮਰ ਲਗਭਗ ਕਿੰਨੀ ਹੋ ਗਈ ਜੀ? ਮੇਰੀ ਆਲਮੋਸਟ 79। 79 ਏਜ ਹੋ ਗਈ ਤੁਹਾਡੀ ਰਜਿੰਦਰ ਜੀ ਦੀ? ਔਰ ਨਰਿੰਦਰ ਜੀ ਤੁਹਾਡੀ ਏਜ? 80+ ਆ ਜੀ। 80+, ਦੋਨੋਂ ਬ੍ਰਦਰਸ ਆ ਤੁਸੀਂ? ਹਾਂਜੀ। ਅੱਜ ਗੱਲਾਂ ਕਰਨੀਆਂ ਨੇ ਜੀ ਤੁਹਾਡੇ ਨਾਲ, ਦਿਲ ਖੋਲ੍ਹ ਕੇ। ਠੀਕ ਹੈ ਜੀ। ਔਰ ਇਹਨਾਂ ਸਰੋਤਿਆਂ ਨੂੰ ਵੀ ਸਾਰੀਆਂ ਗੱਲਾਂ ਸੁਣਾਉਣੀਆਂ ਨੇ। ਠੀਕ ਹੈ ਜੀ। ਕੁਰਾਲੀ ਸ਼ਹਿਰ ਦੇ ਅਸੀਂ ਕੁਝ ਵਲੌਗ ਬਣਾਏ ਸੀਗੇ, ਹਾਂਜੀ, ਪਰੰਤੂ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਤਗੜਾ ਖਜ਼ਾਨਾ ਜਿਹੜਾ ਹੈ ਉਹ ਰਹਿ ਗਿਆ। ਹਾਂਜੀ, ਮੈਂ ਤੁਹਾਡਾ ਚੈਨਲ ਬਾਰੇ, ਬੱਲੇ ਬੱਲੇ ਚੈਨਲ ਬਾਰੇ ਦੇਖਦਾ ਰਿਹਾ, ਯੂਟਿਊਬ 'ਤੇ ਦੇਖਦਾ ਰਿਹਾ। ਓਕੇ। ਕੁਰਾਲੀ ਦਾ ਹੋਰ ਕੁਛ ਚੀਜ਼ਾਂ ਮੈਨਸ਼ਨ ਹੁੰਦੀਆਂ ਰਹੀਆਂ, ਲੇਕਿਨ ਸਾਡੇ ਬਾਰੇ ਕੋਈ ਮੈਨਸ਼ਨ ਨਹੀਂ ਹੋਇਆ। ਅਸੀਂ, ਸਾਡੇ ਫਾਦਰ ਕੁਰਾਲੀ ਦੇ ਲੈਂਡਲੋਰਡ ਸੀ ਪੁਰਾਣੇ, ਠੀਕ ਹੈ ਨਾ ਜੀ। ਇੱਕ ਟਾਈਮ ਇਹੋ ਜਿਹਾ ਸੀ, ਅੱਧੀ ਕੁਰਾਲੀ ਸਾਡੀ ਸੀਗੀ, ਜਿਵੇਂ ਜਿੱਥੇ ਹੁਣ ਇਹ ਰੋਪੜੀ ਜਿੰਦੇ, ਤੁਹਾਨੂੰ ਯਾਦ ਹੈ ਨਾ ਰੋਪੜੀ ਜਿੰਦੇ, ਉਹ ਵੀ ਜਗ੍ਹਾ ਸਾਡੀ ਵੇਚੀ ਹੋਈ ਆ। ਉਸ ਤੋਂ ਬਿਨਾਂ ਬਿਜਲੀ ਦਫ਼ਤਰ ਜਿਹੜਾ 6 ਦੇ ਕਰੀਬ ਉਹ ਐਕੁਆਇਰ ਕਰ ਲਿਆ ਸੀ ਗਵਰਨਮੈਂਟ ਨੇ, ਜਿਹੜਾ ਉੱਥੇ ਪੁਰਾਣਾ ਬਿਜਲੀ ਦਫ਼ਤਰ ਬਣਿਆ ਹੋਇਆ ਦੇ ਨਾਲ। ਹਾਂਜੀ ਹਾਂਜੀ। ਅਤੇ ਉਸ ਤੋਂ ਅੱਗੇ ਫਿਰ ਜਿੱਥੇ ਪੁਰਾਣੀ ਡੰਗਰਾਂ ਦੀ ਮੰਡੀ ਹੋਇਆ ਕਰਦੀ ਸੀ, ਅੱਜ ਕੱਲ੍ਹ ਟਰੱਕ ਯੂਨੀਅਨ ਬਣੀ ਹੋਈ, 8 ਏਕੜ, ਉਹ ਵੀ ਸਾਡੀ ਜ਼ਮੀਨ ਐਕੁਆਇਰ ਹੋ ਗਈ। ਸਿਸਮਾ ਰੋਡ ਵਾਲੀ ਗੱਲ ਕਰ ਰਹੇ ਹਾਂ? ਹਾਂਜੀ। ਅੱਛਾ, ਉਹ ਵੀ ਤੁਹਾਡੀ? ਉਹ ਵੀ ਸਾਡੀ ਗਈ। ਨਿਹੋਲਕੇ ਨੂੰ ਜਿਹੜਾ ਰਸਤਾ ਜਾਂਦੇ ਨੇ, ਇੱਥੋਂ ਲੈ ਕੇ ਤਕਰੀਬਨ ਬੱਸ ਸਟੈਂਡ ਤੱਕ ਫਰੰਟ ਸਾਡੇ ਬਜ਼ੁਰਗਾਂ ਦਾ ਪਿਆ ਸੀਗਾ। ਹੋਸਪਿਟਲ ਦੇ ਸਾਹਮਣੇ ਸਾਡੇ ਫਾਦਰ ਨੇ 1952 'ਚ ਕਲੋਨੀ ਕੱਟੀ ਸੀਗੀ, 1952 'ਚ ਕਲੋਨੀ ਕੱਟੀ ਸੀਗੀ, ਜਿਸੇ ਇਸ਼ਤਿਹਾਰ 'ਚ ਪਾਏ ਕਿ ਬੰਡੀ ਹੈ ਜਿਹੜੇ ਤੁਹਾਨੂੰ ਦਿਖਾਏ ਸੀ, ਤੁਸੀਂ ਦਿਖਾਇਆ ਮੈਨੂੰ ਇਸ਼ਤਿਹਾਰ 1952 'ਚ। ਹਾਂਜੀ। ਅਤੇ ਜਦੋਂ ਮੈਂ ਵਗੈਰਾ ਦੇ ਘਰ ਬਣੇ ਗਏ। ਹਾਂਜੀ। ਅੱਛਾ ਜੀ। ਹਾਂ, ਉਹ ਸਾਰੇ ਸਾਡੇ ਸਾਹਮਣੇ ਠੀਕ ਹੋ ਗਿਆ। ਹਾਂਜੀ। ਅਤੇ ਉਸ ਤੋਂ ਬਿਨਾਂ ਸਾਡੇ ਫਾਦਰ ਦੀ ਜ਼ਮੀਨ ਕਹਿੰਦੇ ਅੱਧੀ ਕੁਰਾਲੀ, ਮੈਂ ਕਹਿੰਦਾ ਤੁਸੀਂ ਪੂਰੀ ਕੁਰਾਲੀ। ਅਤੇ ਵੈਸੇ ਵੀ ਜੀ ਰਕਬਾ ਦੱਸ ਰਹੇ ਹੋ, ਰਕਬਾ ਤਾਂ ਬਹੁਤ ਸੀਗਾ ਜੀ, ਇੱਧਰ ਨਿਹੋਲਕੇ ਦਾ, ਨਿਹੋਲਕੇ ਵੱਲ ਵੀ ਪਈ ਸੀਗੀ, ਅਤੇ ਚਨਾਲੋ ਨੂੰ ਵੀ ਬੰਨਣ ਲੱਗਦਾ ਸੀਗਾ, ਜਿੱਥੇ ਮੇਰੀ ਕਲੋਨੀ ਚਨਾਲੋ ਨੂੰ ਬੰਨਣ ਲੱਗਦਾ। ਮੈਂ ਇੱਥੇ ਤੁਹਾਡੀ ਗੱਲ ਰੋਕ ਰਿਹਾ, ਸਰੋਤਿਆਂ ਨੂੰ ਦੱਸ ਦਿਆਂ ਵੀ ਕੁਰਾਲੀ ਦੇ ਵਿੱਚ ਪਹਿਲੀ ਅਪਰੂਵਡ ਜਿਹੜੀ ਕਲੋਨੀ ਹੈ ਰਜਿੰਦਰਾ ਇਨਕਲੇਵ ਸਿਸਮਾ ਰੋਡ ਦੇ ਉੱਤੇ, ਉਹ ਸਰਦਾਰ ਰਜਿੰਦਰ ਸਿੰਘ ਜੀ ਦੀ ਦੇਣ। ਹਾਂਜੀ। ਤੁਹਾਡੀ ਉਹ ਪ੍ਰੋਪਰਟੀ ਮੈਂ 2006 'ਚ ਬਣਾਈ ਆਈ ਆਪਣੀ ਐਨਸੈਸਟਰ ਲੈਂਡ 'ਚ, ਇਹ ਮੈਂ ਗੌਰਮੈਂਟ ਤੋਂ ਅਪਰੂਵ ਕਰਾਈ ਆ। ਇਹਦੇ ਵਾਸਤੇ ਮੈਨੂੰ ਬੜੀਆਂ ਕਠਿਨਾਈਆਂ ਸਹਿਣ ਪਈਆਂ। ਔਰ ਉਹ ਪਹਿਲੀ ਕਲੋਨੀ ਸੀ? ਪਹਿਲੀ ਕਲੋਨੀ ਸੀ, ਕਿਉਂਕਿ ਇੱਕ ਰੋਡ ਦੇ ਉੱਤੇ ਸੀਗੇ, ਫੋਰੈਸਟ ਵਾਲੇ ਤਾਰ ਲਾ ਗਏ ਸੀਗੇ, ਉਹਨਾਂ ਤੋਂ ਅਪਰੂਵਲ ਲਈ ਜੀ ਮੈਂ 3 ਸਾਲ ਲੱਗੇ ਜੀ ਮੈਨੂੰ ਅਪਰੂਵਲ ਲੈਣ ਨੂੰ। ਮੈਨੂੰ ਬੜਾ ਕੁਛ ਕਰਨਾ ਪਿਆ ਜੀ, PWT ਤੋਂ NOC ਲੈਣੀ ਪਈ, ਪੋਲਿਊਸ਼ਨ ਕੰਟਰੋਲ ਬੋਰਡ ਤੋਂ ਲੈਣੀ ਪਈ, ਮੇਰਾ ਟਾਈਮ ਬੜਾ ਵੇਸਟ ਹੋ ਗਿਆ ਜੀ। ਲੇਕਿਨ ਮੈਂ ਸਿਰੇ ਚੜਾਇਆ ਜੀ ਕੰਮ, ਜਿਹੜਾ ਮੈਂ ਕੰਮ ਸ਼ੁਰੂ ਕਰਦਾ ਮੈਂ ਸਿਰੇ ਲਿਆਉਂਦਾ ਜੀ ਇਹਨੂੰ। ਅੱਜ ਕਲੋਨੀ ਮੈਂ ਆਪਣੀ ਪੀਰੀਅਡ ਹੋਣ ਤੋਂ ਬਾਅਦ ਮੈਂ ਹੈਂਡਓਵਰ ਵੀ ਕਰ ਚੁੱਕਿਆ ਜੀ, ਜਿੰਨੀਆਂ ਵੀ ਖਾਲੀ ਜਗ੍ਹਾ ਪਈਆਂ ਨਾ ਜੀ, ਕੌਂਸਲ ਦੇ ਨਾਂ ਰਜਿਸਟਰੀਆਂ ਕਰਾਈਆਂ। ਅੱਜ ਮੈਂ ਪਹਿਲਾ ਸ਼ਖਸ ਆ ਕੁਰਾਲੀ 'ਚ ਜਿਹਨੇ ਕੌਂਸਲ ਦੇ ਨਾਂ ਰਜਿਸਟਰੀਆਂ ਕਰਾਈਆਂ ਖਾਲੀ ਥਾਵਾਂ ਦੀਆਂ। ਅੱਛਾ। ਜਿੰਨੀਆਂ ਰੋਡਸ ਹੋ ਗਈਆਂ, ਪਾਰਕਿੰਗ ਹੋ ਗਈਆਂ, ਪਾਰਕ ਪਲੇਸਿਸ ਹੋ ਗਏ ਜੋ, ਠੀਕ ਹੈ, ਮੈਂ ਹੈਂਡਓਵਰ ਕਰ ਚੁੱਕਿਆ ਜੀ ਸਭ ਕੁਛ, ਹੁਣ ਕੌਂਸਲ ਦੀ ਜ਼ਿੰਮੇਵਾਰੀ ਹੈ ਜੀ, ਅਤੇ ਮੇਰੀ ਕੋਈ ਰਿਸਪੋਂਸਿਬਿਲਟੀ ਨਹੀਂ, ਜਿਹੜੇ ਪਲੋਟ ਹੋਏ ਉਹ ਮੈਂ ਵੇਚਦਾ, ਬਾਕੀ ਈਵਨ ਬਿਜਲੀ ਦੇ ਖੰਭੇ ਸਭ ਕੁਛ, ਸੀਵਰੇਜ ਪਾਣੀ ਦੀਆਂ ਪਾਈਪ ਸਭ ਕੁਛ ਮੈਂ ਹੈਂਡਓਵਰ ਕਰ ਚੁੱਕਿਆ। ਜਿਹੜੀਆਂ ਬਾਜ਼ਾਰ, ਜੇਕਰ ਅਸੀਂ ਕੁਰਾਲੀ ਬਾਜ਼ਾਰ ਦੀ ਗੱਲ ਕਰੀਏ, ਹਾਂਜੀ,
ਉਹ ਪੁਰਾਣਾ ਬਾਜ਼ਾਰ ਜਿਹੜਾ ਸੀਗਾ, ਹਾਂਜੀ, ਉਹ ਮੈਨੂੰ ਜੋ ਪਤਾ ਲੱਗਿਆ, ਮੈਂ ਕੋਖ ਲਈ ਥੋੜ੍ਹੀ ਜਿਹੀ ਐਕਸਪਲੋਰ ਕਰਿਆ, ਉਹਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਕਿ ਪੁਰਾਣਾ ਬਾਜ਼ਾਰ ਜਿਹੜਾ ਸੀ ਨਾ, ਉਹ ਉਹ 'ਚ ਪੱਥਰ ਲੱਗੇ ਹੁੰਦੇ ਸੀ ਵੱਡੇ ਵੱਡੇ, ਨਹਿਰੀ ਪੱਥਰ, ਹਾਂਜੀ, ਬਾਜ਼ਾਰ ਦੇ ਵਿੱਚ ਜਿਹੜਾ ਬਹੁਤ ਹੁੰਦੇ ਸੀਗੇ ਜੀ, ਹੁੰਦੇ ਸੀ, ਠੋਕਰਾਂ ਲੱਗਦੀਆਂ ਸੀ, ਠੋਕਰਾਂ ਲੱਗਦੀਆਂ ਸੀਗੀਆਂ। ਔਰ ਉਸ ਬਾਜ਼ਾਰ ਦੇ ਵਿੱਚ ਵੀ ਤੁਹਾਡੀਆਂ ਕੁਝ ਦੁਕਾਨਾਂ ਸੀਗੀਆਂ? ਨਹੀਂ, ਸਾਡੀ ਕੋਈ ਦੁਕਾਨ ਨਹੀਂ ਸੀ ਉੱਥੇ। ਸਰਦਾਰ ਗੁਰਦਿਆਲ ਸਿੰਘ ਵੀ ਇੱਕ ਲੈਂਡਲੋਰਡ ਸੀਗੇ, ਕਮਰਸ਼ੀਅਲ ਪ੍ਰੋਪਰਟੀ ਉਹਨਾਂ ਦੀ। ਸਰਦਾਰ ਗੁਰਦਿਆਲ ਸਿੰਘ ਜੀ ਦਾ ਨਾਮ ਮੈਂ ਪਹਿਲਾਂ ਵੀ ਸੁਣਿਆ, ਆਲੂ ਵਾਲੀ ਜੀ, ਇਹ ਜਿਹਨਾਂ ਦਾ ਬੇਟਾ ਅੱਜ ਕੱਲ੍ਹ ਵਕੀਲ ਗੁਰਜਸ ਵਕੀਲ ਹੈ ਨਾ, ਗੁਰਜਸ ਜੀ, ਗੁਰਜਸ ਭਤੀਜਾ ਉਹਨਾਂ ਦਾ, ਅਤੇ ਗੁਰਇਕਬਾਲ ਸਿੰਘ ਸੀ, ਗੁਰਇਕਬਾਲ ਅਤੇ ਸਰਦਾਰ ਗੁਰਦਿਆਲ ਸਿੰਘ, ਇਹ ਵੀ ਦੋ ਲੈਂਡਲੋਰਡ ਸੀਗੇ ਕੁਰਾਲੀ 'ਚ। ਕਮਰਸ਼ੀਅਲ ਪ੍ਰੋਪਰਟੀ ਇਹਨਾਂ ਦੀ ਸੀਗੀ ਕੁਰਾਲੀ 'ਚ, ਬਹੁਤ ਦੁਕਾਨਾਂ ਵਗੈਰਾ। ਇਹ ਪਰਿਵਾਰ ਹੁਣ ਵੀ ਕੁਰਾਲੀ ਵਿੱਚ? ਕੁਰਾਲੀ ਇਹਨਾਂ ਦੇ ਸਿਰਫ ਹੁਣ ਇਹੀ ਰਹਿ ਗਿਆ ਜੀ, ਵਕੀਲ ਆਪਣੇ ਗੁਰਜਸਪਾਲ ਰਹਿ ਗਿਆ, ਬਾਕੀ ਤਾਂ ਜਿਹਨੇ ਤਨਵੀਰ ਹੋਟਲ ਬਣਾਇਆ ਵਾ ਤਨਵੀਰ, ਉਹਨਾਂ ਦੇ ਪੇਰੈਂਟਸ? ਹਾਂਜੀ, ਤਨਵੀਰ ਹੋਟਲ, ਉਹਨਾਂ ਦੇ ਫਾਦਰ ਵਗੈਰਾ। ਹਾਂਜੀ ਹਾਂਜੀ। ਗੁਰਦਿਆਲ ਸਿੰਘ ਦੱਸਿਆ ਨਾ, ਗੁਰਦਿਆਲ ਉਹਨਾਂ ਦੇ ਤਾਇਆ ਜੀ ਸੀ ਗੁਰਦਿਆਲ ਸਿੰਘ, ਇਹਨਾਂ ਦੇ ਨਾਂ ਇਕਬਾਲ, ਇਹਨਾਂ ਦੇ ਫਾਦਰ ਨਾਂ ਇਕਬਾਲ ਸਿੰਘ ਸੀ। ਅੱਛਾ, ਇਹ ਵੀ ਪੁਰਾਣਾ ਪਰਿਵਾਰ? ਬਹੁਤ ਪੁਰਾਣਾ ਪਰਿਵਾਰ ਆ ਜੀ ਸਾਡੇ, ਬਾਪੂ ਫਾਦਰ ਦੇ ਕਾਫੀ। ਜਿਹੜੀ ਤੁਸੀਂ ਦੱਸਿਆ ਵੀ ਕਮਰਸ਼ੀਅਲ ਪ੍ਰੋਪਰਟੀ ਜ਼ਿਆਦਾ ਸੀ? ਹਾਂਜੀ ਹਾਂਜੀ, ਦੁਕਾਨਾਂ ਵਗੈਰਾ। ਈਵਨ ਆਪਾਂ ਸਿੰਘਪੁਰਾ ਰੋਡ ਨੂੰ ਜਾਈਏ ਨਾ ਜੀ, ਉਦੋਂ ਬਾਗ ਹੁੰਦੇ ਸੀਗੇ ਬਹੁਤ, ਉਹ ਬਾਗ ਵਗੈਰਾ ਇਹਨਾਂ ਦੇ ਕਾਫੀ ਸੀਗੇ ਜੀ। ਉਹੀ ਬਾਗ ਜਿੱਥੇ 47 ਵੇਲੇ ਕੈਂਪ ਵੀ ਲੱਗਿਆ ਸੀ, ਅੰਬਾਂ ਦਾ ਬਾਗ। ਹਾਂਜੀ ਹਾਂਜੀ, ਉਹੀ ਬਹੁਤ, ਉਹੀ ਬਾਗ। ਹਾਂਜੀ ਹਾਂ, ਜਿੱਥੇ ਜਦੋਂ ਮੇਲੇ ਲੱਗੇ ਕਰਦੇ ਸੀ ਤਾਂ ਜੀ, ਉਹਨਾਂ ਬਾਗਾਂ 'ਚ ਦੇਖੋ ਬੜੇ ਬੜੇ ਮੇਲੇ ਲੱਗਿਆ ਕਰਦੇ ਸੀ, ਬੜੇ ਜਲਸੇ ਹੁੰਦੇ ਹੋਇਆ ਕਰਦੇ ਸੀ ਜੀ, ਉਹੀ ਬਾਗ। ਸਾਡੇ ਖਾਲਸਾ ਸਕੂਲ ਦੇ ਪਿੱਛੇ ਬਾਗ ਸੀ, ਉਹ ਸਾਰੇ ਸਰਦਾਰ ਗੁਰਦਿਆਲ ਸਿੰਘ ਦੇ ਸੀ। ਨਰਿੰਦਰ ਸਿੰਘ ਜੀ ਖਾਲਸਾ ਸਕੂਲ ਤੋਂ ਡਰਾਇੰਗ ਮਾਸਟਰ ਰਿਟਾਇਰ ਨੇ ਜੀ, ਔਰ ਇਹ ਦੱਸ ਰਹੇ ਨੇ ਖਾਲਸਾ ਸਕੂਲ ਦੀ ਬੈਕ ਸਾਈਡ 'ਤੇ ਜੀ, ਹਾਂਜੀ, ਬੈਕ ਸਾਈਡ। ਉਹ ਅੰਬਾਂ ਦੇ ਬਾਗ ਤੁਸੀਂ ਘੁੰਮੇ ਹੋਏ ਆ ਜਦੋਂ ਅੰਬ ਸੀਗੇ ਲੱਗੇ? ਹਾਂਜੀ ਹਾਂਜੀ, ਘੁੰਮੇ ਹੋਏ ਜੀ। ਹਾਂਜੀ ਹਾਂਜੀ, ਉਹ ਤਾਂ ਕਹਿੰਦੇ ਬਹੁਤ ਘਣਾ ਬਾਗ ਸੀ, ਬਹੁਤ ਘਣਾ ਬਾਗ ਸੀ, ਬੜੀ ਦੂਰ ਤੱਕ ਸੀ ਪਿੱਛੇ, ਔਰ ਉੱਥੇ ਕੈਂਪ ਲੱਗਿਆ ਸੀ ਬੜਾ ਭਾਰੀ ਜਦੋਂ 47 ਦੀ ਵੰਡ ਹੋਈ ਸੀ ਨਾ ਜੀ। ਹਾਂਜੀ ਹਾਂਜੀ, ਤਾਂ ਉਹਦੇ ਬਾਰੇ 'ਚ ਕਾਫੀ ਮਸ਼ਹੂਰ ਇੱਕ ਗੱਲ, ਬਾਰ ਬਾਰ ਸਾਡੇ ਜਦੋਂ ਅਸੀਂ ਕਿਸੇ ਨੂੰ ਵੀ ਪੁਰਾਣੇ ਬਜ਼ੁਰਗ ਨੂੰ ਇੰਟਰਵਿਊ ਕਰਦੇ ਨਾ ਜੀ, ਤਾਂ ਉਹ ਉੱਠ ਕੇ ਆਉਂਦੀ ਹੈ ਵੀ ਉਹ ਇੱਦਾਂ ਤ੍ਰਾਸਦੀ ਵਾਲਾ ਦ੍ਰਿਸ਼ ਸੀਗਾ ਉੱਥੇ, ਕਤਲੇਆਮ ਹੋਇਆ ਸੀ, ਕਤਲੋਗਾਰਤ ਵੀ ਹੋਈ ਸੀ, ਔਰ ਉੱਥੇ ਪੜਾਅ ਹੋਇਆ ਸੀਗਾ ਮੁਸਲਮਾਨਾਂ ਦਾ, ਔਰ ਉਹਨਾਂ ਨੂੰ ਮਜਬੂਰੀ ਵਿੱਚ ਉਹਨਾਂ ਅੰਬਾਂ ਦੇ ਪੱਤੇ ਖਾਣੇ ਪਏ ਸੀਗੇ ਉਹਨਾਂ ਨੂੰ, ਪੱਤੇ ਨਹੀਂ ਸੀ ਛੱਡੇ ਉਹਨਾਂ ਨੇ, ਪੱਤਾ ਕੋਈ ਨਹੀਂ ਸੀ ਅੰਬਾਂ ਦੇ ਰਹੇ, ਉਹਨਾਂ ਨੂੰ ਜਦੋਂ ਉਹਨਾਂ ਨੂੰ ਖਾਣ ਨੂੰ ਮਿਲੇ ਉਹਨਾਂ ਨੇ ਅੰਬਾਂ ਦੇ ਪੱਤੇ ਖਾਧੇ ਆ ਜੀ, ਮੁਸਲਮਾਨਾਂ ਨੇ। ਤੁਹਾਡੇ ਬਜ਼ੁਰਗਾਂ ਨੇ ਦੱਸਿਆ ਤੁਹਾਨੂੰ? ਹਾਂ ਦੱਸੀ ਹੈ ਜੀ ਕਹਾਣੀ, ਦੱਸੀ, ਕਿਉਂਕਿ ਤੁਹਾਡੀ ਉਮਰ ਵੀ ਲਗਭਗ ਤੁਸੀਂ ਦੱਸ ਰਹੇ ਹੋ 80 ਸਾਲ ਹੈ, 79, ਤਾਂ ਤੁਸੀਂ ਤਾਂ ਇਹ ਕਾਫੀ ਕੁਝ ਕਿੱਸੇ ਸੁਣੇ ਹੋਣੇ ਨਰਾਇਣ ਸਿੰਘ ਜੀ ਤੋਂ ਵੀ ਸੁਣੇ ਕਿ ਆਪਣੇ ਫਾਦਰ ਤੋਂ ਸੁਣੇ ਜੀ, ਬਾਬਾ ਜੀ। ਅੱਛਾ, ਬਾਬਾ ਜੀ ਨੂੰ ਤੁਸੀਂ, ਤੁਹਾਨੂੰ ਸੋਝੀ 'ਚ ਕਦੋਂ ਤੱਕ ਤੁਸੀਂ, ਤੁਹਾਡੀ ਏਜ ਕਿੰਨੀ ਸੀ ਜਦੋਂ ਬਾਬਾ ਜੀ ਗਏ? ਮੇਰੀ 9 ਸਾਲ ਦੀ ਉਮਰ ਸੀਗੀ, 1954 'ਚ ਡੈਥ ਹੋਈ ਹੈ ਜੀ ਉਹਨਾਂ ਦੀ। ਤੁਹਾਨੂੰ ਉਹਨਾਂ ਦੀ ਸ਼ਕਲ ਯਾਦ ਹੈ ਕੁਝ? ਚੰਗੀ ਤਰ੍ਹਾਂ ਜੀ, ਉਹ ਜਦੋਂ ਅਸੀਂ ਮੇਲੇ ਮੂਲੇ ਜਾਣਾ ਹੁੰਦਾ ਸੀ, ਉਹ ਨਵਾਂ ਨੋਟ 1 ਰੁਪਏ ਦਾ ਦਏ ਕਰਦੇ ਸੀ ਸਾਨੂੰ ਉਦੋਂ, 1-1 ਰੁਪਇਆ ਸਾਰਿਆਂ ਨੂੰ ਜੀ, ਜਦੋਂ ਗਰਸਾਈ ਵਾਲੇ ਦੇ ਮੇਲਾ ਹੋਣਾ ਜਾਂ ਮਾਤਾ ਰਾਣੀ ਦੇ ਮੇਲਾ ਹੋਣਾ। ਇਹ ਗੱਲ 1950 ਅਤੇ 54 ਦੇ ਵਿਚਕਾਰ ਦੀ? ਹਾਂਜੀ ਹਾਂਜੀ, 54 'ਚ ਡੈਥ ਹੋ ਗਈ ਸੀ ਜੀ ਉਹਨਾਂ ਦੀ। ਸਾਰੀ ਉਹਨਾਂ ਦੀ ਲਾਈਫ ਉੱਥੇ ਦੀ UP ਦੀ ਸੀਗੀ ਜੀ, ਇੱਥੇ ਆਉਣਾ ਜਾਣਾ ਰੱਖਿਆ ਹੋਇਆ ਸੀਗਾ ਉਹਨਾਂ ਨੇ। ਅੱਛਾ, ਉਂਝ ਵੈਸੇ ਪੰਜਾਬੀ ਸੀ ਮੁੱਢ ਤੋਂ, ਉਹ ਪੋਸਟਿੰਗ ਕਰਕੇ UP ਸੀਗੇ ਜਾਂ ਬਸ ਪੋਸਟਿੰਗ ਕਰਕੇ? ਪੋਸਟਿੰਗ ਇਹਨਾਂ ਦੀ ਇੰਜੀਨੀਅਰਿੰਗ ਨਾ ਜੀ ਹੋਈ ਸੀਗੀ ਰੂੜਕੀ ਦੀ, ਆਪਣੇ ਡਿਫੈਂਸ ਮਿਨਿਸਟਰ ਬਲਦੇਵ ਸਿੰਘ ਹੁੰਦੇ ਸਨ ਜੀ ਉਹਨਾਂ ਦੇ ਫਾਦਰ। ਹਾਂ, ਉਹਨਾਂ ਦੇ ਫਾਦਰ ਸਰਦਾਰ ਇੰਦਰ ਸਿੰਘ ਦੂਮਣੇ ਤੋਂ, ਇਹ ਦੋਨੋਂ ਕਲਾਸ ਫੈਲੋ ਸੀਗੇ, ਦੋਨਾਂ ਨੇ ਰੂੜਕੀ ਤੋਂ ਇੰਜੀਨੀਅਰਿੰਗ ਕੀਤੀ ਸੀਗੀ। ਅੱਛਾ, ਉਹ ਸਾਡੇ ਘਰ ਆਇਆ ਕਰਦੇ ਸੀ ਘੋੜੇ 'ਤੇ। ਅੱਛਾ, ਕੁਰਾਲੀ ਤੁਸੀਂ, ਤੁਹਾਡੀ ਲਗਭਗ ਉਮਰ 80 ਸਾਲ ਹੋ ਚੱਲੀ ਹੈ। ਹਾਂਜੀ। ਔਰ
ਕੁਰਾਲੀ ਦਾ ਬਾਜ਼ਾਰ, ਕੁਰਾਲੀ ਦਾ ਜਿਹੜਾ ਸਟਰਕਚਰ ਹੈ, ਕੁਰਾਲੀ ਦੀ ਮੰਡੀ, ਹਾਂਜੀ ਹਾਂ, ਇਹਨਾਂ ਚੀਜ਼ਾਂ ਬਾਰੇ ਹੁਣ ਕੀ ਬਦਲਾਅ ਆ ਗਿਆ ਅਤੇ ਪਹਿਲਾਂ ਕਿੱਦਾਂ ਦਾ ਸੀ? ਪਹਿਲਾਂ ਮੰਡੀਆਂ ਹੁੰਦੀਆਂ ਸੀਗੀ, ਛੋਟੀ ਮੰਡੀ ਹੁੰਦੀ ਸੀਗੀ ਰੇਲਵੇ ਸਟੇਸ਼ਨ ਦੇ ਨੇੜੇ ਸਭ ਤੋਂ ਪਹਿਲੀ ਮੰਡੀ ਉਹੀ ਸੀ, ਅੱਜ ਕੱਲ੍ਹ ਅਨਾਜ ਮੰਡੀ ਹੈ। ਨਹੀਂ ਨਹੀਂ, ਨੇਤਰਮੁਨੀ ਦਾ ਦੇਖਿਆ ਨਾ ਜਿੱਥੇ ਦੁਕਾਨ, ਉਹ ਛੋਟੀ ਜਿਹੀ ਮੰਡੀ ਹੋਇਆ ਕਰਦੀ ਸਭ ਤੋਂ ਪਹਿਲਾਂ, ਲਾਈਨਾਂ ਤੋਂ ਉਰਲੇ ਪਾਸੇ ਸ਼ਹਿਰ ਰੇਲਵੇ ਲਾਈਨ ਦੇ ਨਾਲ, ਹਾਂਜੀ ਪਹਿਲਾਂ ਪਹਿਲਾਂ ਉਹ ਮੰਡੀ ਹੁੰਦੀ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਚੌਂਕ ਆ ਜਿਹੜਾ, ਹਾਂਜੀ ਹਾਂਜੀ ਹਾਂਜੀ, ਨੇਤਰਮੁਨੀ ਜੀ ਦੀ ਦੁਕਾਨ, ਬਸ ਬਸ ਉਹ ਮੰਡੀ ਹੁੰਦੀ ਸੀ ਛੋਟੀ ਜਿਹੀ, ਉਹ ਦੇਖੀ ਅਸੀਂ। ਉੱਥੋਂ ਹੀ ਅਸੀਂ ਛੁੱਟੀ ਹੋਣੀ, ਉੱਥੇ ਜਾ ਕੇ ਗੁੜ ਚੱਕਣਾ, ਮੂੰਗਫਲੀ ਚੁੱਕਣੀ, ਹਾਂਜੀ ਉਹਦੇ 4 ਰੁਪਏ ਗੁੜ, ਚਾਰ ਰੁਪਏ ਕਿਲੋ ਸੀਗਾ ਗੁੜ ਵਿਕਦਾ, 4 ਰੁਪਏ ਇੰਨਾ ਕੁ ਰੇਟ ਸੀ ਜੀ ਕਣਕ ਦੇ ਵੀ, 4 ਰੁਪਏ ਰੇਟ ਹੁੰਦੇ ਸੀ। ਛੁੱਟੀ ਹੋਣੀ ਤੁਸੀਂ ਪੜ੍ਹਦੇ ਕਿੱਥੇ ਸੀ? ਪ੍ਰਾਇਮਰੀ ਸਕੂਲ ਜਿਹੜਾ ਪੁਰਾਣਾ ਬਣਵਾ ਅੰਦਰ ਬਣਿਆ, ਇੱਕੋ ਸਕੂਲ ਹੁੰਦਾ ਸੀ ਜੀ, ਗਰੀਬੂ ਦੀ ਹੱਟੀ ਦੇ ਸਾਹਮਣੇ ਜਿਹੜਾ, ਹਾਂਜੀ ਹਾਂਜੀ ਇੱਕੋ ਸਕੂਲ ਹੁੰਦਾ ਸੀ, ਉਹਦੇ 'ਚ ਪੜ੍ਹੇ ਅਸੀਂ। ਅੱਛਾ, ਸਾਡੇ ਫਾਦਰ ਗ੍ਰੈਂਡਫਾਦਰ ਸਾਡੇ ਹਿੰਦੀ ਜ਼ਿਆਦਾ ਲਾਈਕ ਕਰਦੇ ਸੀ, ਮੇਰੀ ਸਟੱਡੀ ਵੀ ਫਿਰ ਚੁਕਾਲ ਸਕੂਲ ਤੋਂ, ਇਹਨਾਂ ਨੇ ਵੀ ਮੈਨੂੰ ਵੀ ਚੁਕਾਲ ਸਕੂਲ 'ਚ ਪਾਇਆ। ਸਾਡਾ ਇੱਕੋ ਪਰਿਵਾਰ ਆ ਜਿਹੜਾ ਚੁਕਾਲ ਸਕੂਲ 'ਚ ਜਾਂਦਾ ਸੀਗਾ, ਬਾਕੀ ਸਾਰਾ ਪਿੰਡ ਖਾਲਸਾ ਸਕੂਲ 'ਚ ਜਾਂਦਾ ਹੁੰਦਾ ਸੀ ਸਟੂਡੈਂਟਸ। ਅੱਛਾ, ਤੁਸੀਂ ਵੀ ਚਕਵਾਲ 'ਚ ਪੜ੍ਹੇ? ਚਕਵਾਲ ਸਾਹਮਣੇ ਨਾਲ ਇਕੱਠੇ ਸੀ, ਚਕਵਾਲ 'ਚ ਪੜ੍ਹ ਕੇ ਸੇਵਾ ਤੁਸੀਂ ਨਿਭਾਈ ਖਾਲਸਾ ਸਕੂਲ। ਸਾਡੇ ਗੁੜ ਵਾਲਾ ਸੀਨ ਹੁਣ ਦੁਬਾਰਾ ਮੈਂ ਉੱਥੇ ਲੈ ਕੇ ਜਾਂਦਾ, ਮੈਨੂੰ ਉਹ ਬੜਾ ਵਧੀਆ ਲੱਗਿਆ, ਤੁਸੀਂ ਜਿੱਦਾਂ ਦੱਸਿਆ ਨਾ ਵੀ ਛੁੱਟੀ ਹੁੰਦੀ ਸੀ, ਹਾਂਜੀ ਹਾਂ, ਅਤੇ ਉਹ ਮੰਡੀ 'ਚੋਂ ਤੁਸੀਂ ਲੰਘੇ, ਉਹ ਦੁਕਾਨਦਾਰ ਪੁਰਾਣੇ ਬਜ਼ੁਰਗ, ਉਹਨਾਂ ਦੇ ਪਹਿਰਾਵੇ ਕਿੱਦਾਂ ਦੇ ਸੀਗੇ? ਅੱਜ ਕੱਲ੍ਹ ਤਾਂ ਬੜੇ ਸਿੰਪਲ, ਬੜੇ ਸਿੰਪਲ ਕਮੀਜ਼ ਪਜਾਮੇ ਵਾਲੇ, ਸਿੰਪਲੀਸਿਟੀ, ਪੱਗਾਂ ਬੰਨੀਆਂ ਸਿਰ ਤੇ, ਚਿੱਟੀਆਂ ਪਗੜੀਆਂ, ਹਾਂਜੀ ਹਾਂਜੀ ਹਾਂ, ਉਹ ਨਾ ਪੱਗ ਤੇ ਨਾ ਪਗੜੀ, ਉਹ ਮਤਲਬ ਕਿ ਉਹ ਮਿਕਸ ਜਾ, ਹਾਂਜੀ ਹਾਂਜੀ, ਹੁਣ ਵਾਲੇ ਕੰਮ ਨਹੀਂ ਸੀ, ਸਿੰਪਲੀਸਿਟੀ ਸੀ, ਸਿੰਪਲ ਕੱਪੜੇ ਪਾਉਣੇ ਜੀ, ਠੀਕ ਹੈ ਨਾ ਜੀ। ਅਤੇ ਉਹ ਉਹਨਾਂ ਦੁਕਾਨਾਂ 'ਤੇ ਜਿੱਦਾਂ ਅਸੀਂ ਦੇਖਦੇ ਹਾਂ ਕਿ ਬੱਚੇ ਅੱਜ ਕੱਲ੍ਹ ਲੂੰਘਾ ਮੰਗ ਲੈਂਦੇ ਸੀ, ਇਹੋ ਜਿਹਾ ਕੋਈ ਪ੍ਰਥਾ ਵੀ ਸੀਗੀ ਗੁੜ ਦੇ? ਹਾਂ, ਇੱਕ ਨਾ ਜੀ ਉੱਥੇ ਸੀਗੇ ਬਾਬੂ ਰਾਮ, ਬਾਬੂ ਰਾਮ ਤੁਸੀਂ ਜਾਣਦੇ, ਪੁਰਾਣੇ ਬਜ਼ੁਰਗ, ਹਾਂਜੀ, ਉਹ ਤਾਂ ਅਸੀਂ ਚੂਰਨ ਲਿਆ ਕਰਦੇ ਸੀ, ਛੁੱਟੀ ਤੋਂ ਜਾਣਾ ਬਾਬੂ ਰਾਮ ਤੋਂ ਚੂਰਨ ਦਿਆ ਕਰਦੇ ਸੀ, ਬੱਚਿਆਂ ਨੂੰ ਚੂਰਨ ਵੰਡਿਆ ਕਰਦੇ ਸੀ। ਉਹ ਬਾਬੂ ਰਾਮ ਜੀ ਕਿੱਦਾਂ ਦੀ ਪਰਸਨੈਲਿਟੀ? ਬਾਬੂ ਰਾਮ ਆਪਣੇ ਸਾਡੇ ਇਹਦੇ ਨਾਂ ਕੀ ਸੀ ਜਿਹੜੇ, ਇਹ ਕਿਹੜੀ ਫੈਮਿਲੀ 'ਚੋਂ ਸੀ ਬਾਬੂ ਰਾਮ? ਛੋਟੀ ਦੁਕਾਨ ਸੀ ਉਹਨਾਂ ਦੀ, ਛੋਟੀ ਦੁਕਾਨ ਹੁੰਦੀ ਸੀ, ਚੂਰਨ ਚਾਰਨ। ਤੁਹਾਨੂੰ ਉਹਨਾਂ ਦੀ ਸ਼ਕਲ ਯਾਦ ਹੈ ਬਾਬੂ ਰਾਮ ਜੀ ਦੀ? ਹਾਂਜੀ ਹਾਂ ਯਾਦ ਹੈ, ਯਾਦ ਸਾਡੇ ਸਾਡੇ ਫਾਦਰ ਵਗੈਰਾ ਲੈ ਕੇ ਜਾਇਆ ਕਰਦੇ, ਚੂਰਨ ਖਾਧਾ ਉਹਨਾਂ ਤੋਂ? ਹਾਂਜੀ ਹਾਂ, ਤੁਹਾਨੂੰ ਯਾਦ ਆ ਗਿਆ ਸਵਾਲ? ਯਾਦ ਆ ਗਿਆ। ਬਾਕੀ ਦਿਆ ਰਾਮ ਦੀ ਹੱਟੀ ਸੀਗੀ, ਸਾਡੇ ਬਾਪੂ ਜੀ ਉਹਨਾਂ ਤੋਂ ਹੀ ਸਮਾਨ ਲੈ ਕੇ ਆਉਂਦੇ ਹੁੰਦੇ ਸੀ, ਉਦੋਂ ਨਾ ਜੀ ਉਦੋਂ ਉਹਨਾਂ ਨੇ ਮੁੱਠੀ ਭਰ ਕੇ ਦੇ ਦੇਣੀ ਦਾਖਾਂ ਦੀ, ਬਦਾਮ ਦੇ ਦੇਣੇ ਨੇ ਉਹਨਾਂ, ਹੈਂਜੀ ਇੱਦਾਂ ਹੀ ਜਦੋਂ ਕਰਦੇ ਸੀ, ਬੱਚਿਆਂ ਨੂੰ ਦੇਖਦੇ, ਬੱਚੇ ਸੀ ਨਾ ਜੀ ਉਹਨਾਂ ਨੇ, ਜਦੋਂ ਵੀ ਜਾਓ ਬਿਲਕੁਲ ਜੀ, ਭੂਸ਼ਣ ਮਾਸਟਰ ਜੀ ਸਾਰਾ ਸ਼ਹਿਰ ਜਾਣਦਾ, ਉਹਨਾਂ ਦਾ ਫੈਮਿਲੀ ਸੀ ਦਿਆ ਰਾਮ ਦੀ, ਤੇ ਦਿਆ ਰਾਮ ਦੀ ਕਾਫੀ ਬੜੀ ਫੈਮਿਲੀ, ਸਾਡੇ ਬਲੇ ਕਲੋਜ਼ ਸੀ ਜੀ, ਬਹੁਤ ਕਲੋਜ਼ ਸੀਗੇ ਜੀ, ਉਹ ਦੇ ਦਿੰਦੇ ਸੀ ਸਾਡਾ ਰਾਸ਼ਨ, ਉਹਨਾਂ ਦੀ ਆਉਂਦਾ ਸੀ ਜੀ, ਉੱਥੇ ਸਾਡੀਆਂ ਦੋ ਦੁਕਾਨਾਂ ਵੀ ਜਿਹੜੇ ਦੱਸਿਆ ਇਹਨੇ ਨਕਸ਼ਾ ਦਿਖਾਇਆ, ਉੱਥੇ ਪੂਛੀ ਉਹਨਾਂ ਦੇ ਫਾਦਰ ਨੇ ਉੱਥੇ ਲਈਆਂ ਪਈਆਂ, ਹੁਣ ਵੀ ਮੌਜੂਦ ਆ। ਲਓ ਜੀ ਕਰਿਓ ਕੁਰਾਲੀ ਵਾਲੇ ਕਮੈਂਟ, ਦਿਆ ਰਾਮ ਜੀ ਭੂਸ਼ਣ ਮਾਸਟਰ ਜੀ ਦੇ ਪਿਤਾ ਜੀ, ਕਰਿਆਨੇ ਦਾ ਉਹਨਾਂ ਦਾ ਕੰਮ ਸੀਗਾ, ਔਰ ਬਦਾਮ ਉਹ ਮੁੱਠੀ ਭਰ ਕੇ ਦੇ ਦਿੰਦੇ ਸੀਗੇ, ਦਾਖਾਂ ਵਗੈਰਾ ਵੀ, ਸਾਡੇ ਬਾਪੂ ਦੀ ਤਨਖਾਹ ਬਹੁਤ ਅੱਛੇ, ਸਾਰਾ ਸਮਾਨ ਉਹਨਾਂ ਤੇ ਲਾਉਂਦੇ। ਕੱਪੜੇ ਦੇ ਦੋ ਦੁਕਾਨਾਂ ਹੁੰਦੀਆਂ ਸੀ ਜੀ, ਇੱਕ ਮਿੱਠਾ ਮਲ ਦੀ ਤੇ ਦੂਜੀ ਕਿਹੜੀ ਸੀਗੀ, ਮਿੱਠਾ ਮਲ ਤੇ ਆਪਣਾ ਜਸਵੰਤ ਸਿੰਘ ਨੇ, ਜਸਵੰਤ ਸਿੰਘ ਨੇ, ਦੋ ਹੀ ਦੁਕਾਨਾਂ ਕੱਪੜੇ ਦੀਆਂ ਹੁੰਦੀਆਂ ਸੀ ਪੁਰਾਣੀਆਂ, ਦੋ ਦੁਕਾਨਾਂ ਸੀਗੀਆਂ, ਇੱਕ ਮਿੱਠਾ ਮਲ ਦੀ ਤੇ ਇੱਕ ਜਸਵੰਤ, ਜਸਵੰਤ ਜੀ ਆਪਣੇ ਇੱਥੋਂ ਵਾਲੇ ਨਿਹੋਲਕੇ ਵਾਲੇ ਹੁੰਦੇ, ਨਿਹੋਲਕੇ ਤੋਂ ਸੀਗੇ, ਨਿਹੋਲਕੇ ਤੇ ਸੀਗੇ, ਦੁਕਾਨ ਕਿੱਥੇ ਸੀ ਇਹਨਾਂ ਦੀ? ਦੁਕਾਨ ਥੋੜੀ ਬਾਜ਼ਾਰ ਦੇ ਪਿੱਛੇ ਸੀਗੀ, ਅੱਛਾ, ਜਿੱਥੇ ਡੈਂਟਲ ਹੋਸਪਿਟਲ, ਡੈਂਟਲ ਵਾਲੇ ਜੈਨ ਸਾਹਿਬ ਸਾਹਮਣੇ ਆਉਂਦੀ ਸੀ, ਅੱਛਾ ਜੈਨ ਸਾਹਿਬ ਦੇ ਨਾਲ ਸਾਹਮਣੇ।
ਕੱਪੜੇ ਦੀ। ਅੱਛਾ ਅੱਛਾ ਅੱਛਾ। ਉਹ ਤਾਂ ਬਜ਼ਾਰ ਡੈਥ ਹੋ ਗਈ ਤੇ ਦੁਕਾਨਾਂ ਟਾਮੀਆਂ ਟਾਮੀਆਂ ਸੀਗੀਆਂ। ਹਾਂਜੀ ਹਾਂਜੀ ਬਹੁਤ ਟਾਮੀਆਂ ਟਾਮੀਆਂ ਜੀ। ਬੇਦ ਦੀ ਕਿੰਨੀ ਮਸ਼ਹੂਰ ਸੀ ਜੀ, ਲੱਸੀ ਮਸ਼ਹੂਰ ਸੀ, ਬੇਦ ਹਲਵਾਈ ਦੀ, ਬੇਦ ਹਲਵਾਈ ਦੀ ਲੱਸੀ ਜੀ। ਬਰਤੇ ਕਰਨਗੇ ਕਮੈਂਟ ਬੇਦ ਹਲਵਾਈ ਦੀ ਲੱਸੀ ਤੇ ਤੁਸੀਂ ਜਿਵੇਂ ਤੁਹਾਡੇ ਰੋਪੜ ਭਾਨਾ ਦੀ ਹੈ ਇਸ ਤਰ੍ਹਾਂ ਹੀ ਬੇਦ ਹਲਵਾਈ ਦੀ ਮਸ਼ਹੂਰ ਸੀ, ਬਹੁਤ ਮਸ਼ਹੂਰ ਦੁਕਾਨ ਸੀ। ਚਾਰ ਆਨੇ ਦੀ ਐਡਾ ਬੜਾ ਗਲਾਸ ਭਰਿਆ ਵਾ, ਚਾਰ ਆਨੇ ਦੀ, ਚਾਰ ਆਨੇ ਚੌਂਦੀ ਬੜੀ ਔਖੀ ਹੁੰਦੀ ਸੀ। ਅੱਛਾ, ਮੈਂ 1963 'ਚ ਮੈਂ ਹਾਇਰ ਸੈਕੰਡਰੀ ਕੀਤੀ ਇੱਥੋਂ। ਬੁੱਧਰਾਮ ਹੁੰਦੇ ਸੀਗੇ ਸਾਡੇ ਪ੍ਰਿੰਸੀਪਲ। ਬੁੱਧਰਾਮ ਜੀ ਤੋਂ ਪੜ੍ਹੇ ਤੁਸੀਂ? ਹਾਂ ਪੜ੍ਹਿਆ ਜੀ। 64 'ਚ ਉਹਨਾਂ ਦੀ ਡੈਥ ਹੋਈ ਆ ਅਤੇ ਉਹਨਾਂ ਦਾ ਬੇਟਾ ਇੱਕ ਸੱਤੀ ਨਾਂ ਹੈ, ਉਹ ਕੈਨੇਡਾ ਗਿਆ ਹੈ। ਉਹਨੂੰ ਇੱਕ ਫੋਟੋ ਮਿਲੀ ਹੈ ਪਿਛਲੀ। ਅੱਛਾ। ਜਿੱਥੇ ਕਿ ਉਹਨਾਂ ਦੇ ਫਾਦਰ ਟੀਚਰ ਸੀਗੇ, ਮਨਮੋਹਨ ਸਿੰਘ ਐਜ਼ ਏ ਸਟੂਡੈਂਟ ਸੀਗੇ ਉਹਨਾਂ ਦੇ ਆਪਣੇ ਉੱਥੇ ਆਪਣੇ ਚਕਵਾਲ ਪਾਕਿਸਤਾਨ 'ਚ। ਪਾਕਿਸਤਾਨ ਤੋਂ ਆਇਆ ਨਾ ਆਪਣੇ ਜਿਹੜੇ ਚਕਵਾਲ ਸਕੂਲ ਪਾਕਿਸਤਾਨ ਤੋਂ ਆਇਆ, ਮਨਮੋਹਨ ਸਿੰਘ ਜੀ ਦੀ ਗੱਲ ਕਰ। ਹਾਂ, ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਉਹਨਾਂ ਦੇ ਸਟੂਡੈਂਟ, ਉਹਨੂੰ ਪੜ੍ਹਾਉਂਦੇ ਦਿਖਾਏ ਆ ਉਦੋਂ ਪੇਪਰ 'ਚ ਆਈ ਸੀ ਖਬਰ ਆਈ ਸੀ, ਉਹਨਾਂ ਨੂੰ ਫੋਟੋ ਮਿਲੀ। ਹਾਂ, ਮੁੱਖ ਫੋਟੋ ਮਿਲੀ ਜੀ। ਮੈਂ ਵੀ ਉਸੇ ਟੀਚਰ ਕੋਲ ਪੜ੍ਹਿਆ ਜਿਹਦੇ ਕੋਲ ਮਨਮੋਹਨ ਸਿੰਘ ਜੀ ਪੜ੍ਹੇ। ਮੈਥ ਦਾ ਟੀਚਰ ਸੀਗੇ ਮੇਰੇ ਇਹ ਬੁੱਧਰਾਮ ਜੀ। ਹਾਂ, ਬਹੁਤ ਤਕੜੇ ਬਸ ਟੀਚਰ। ਲਓ ਜੀ, ਕੁਰਾਲੀ ਐਵੇਂ ਨਹੀਂ ਹੈ ਜੀ। ਹਾਂਜੀ, ਬੁੱਧਰਾਮ ਜੀ ਕੋਲ ਪ੍ਰਾਈਮ ਮਿਨਿਸਟਰ ਆਪਣੇ ਮਨਮੋਹਨ ਸਿੰਘ ਜੀ ਪੜ੍ਹੇ ਹੋਏ ਨੇ ਚਕਵਾਲ ਸਕੂਲ ਪਾਕਿਸਤਾਨ। ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਵਿੱਚ ਜ਼ਿਲ੍ਹਾ ਹੈ ਜੀ ਇੱਕ ਚਕਵਾਲ, ਉੱਥੋਂ ਆਇਆ ਹੋਇਆ ਜੀ ਇੱਥੇ। ਉੱਥੋਂ ਸ਼ਿਫਟ ਹੋ ਗਏ ਸਕੂਲ, ਪਹਿਲਾਂ ਰਘਵਰ ਸਿੰਘ ਦੀ ਸਰਿਆਂ ਹੁੰਦੀ ਸੀ ਜੀ, ਉਹਦੇ 'ਚ ਆਇਆ ਕਈ ਸਾਲ ਰਿਹਾ। ਰਘਵਰ ਦਾਸ ਦੀ ਸਰਾਂ ਸੀ, ਉਹ ਜਿਹੜਾ ਟੋਭਾ ਜਿਹਾ ਸੀ ਨਾ ਬੜਾ, ਉਹਦੇ ਨਾਲ ਬਣੀ ਹੋਈ ਸੀ। ਰਘਵਰ ਦਾਸ ਸੀਗਾ ਉਹਨਾਂ ਦਾ ਕੱਪੜਿਆਂ ਦੀ ਦੁਕਾਨ, ਕੱਪੜਿਆਂ ਦੀ ਰਘਵਰ ਦਿਆਲ ਹਾਂਜੀ। ਅਤੇ ਇਹਨਾਂ ਦੇ ਕੱਪੜੇ ਦੀ ਦੁਕਾਨ ਆ, ਇਹਨਾਂ ਨੇ ਸਰਾਂ ਦਿੱਤੀ ਹੋਈ ਸੀ ਆਪਣੀ ਸਕੂਲ ਵਾਸਤੇ। ਅੱਛਾ, ਇੱਥੋਂ ਫਿਰ ਚਕਵਾਲ ਸਕੂਲ ਸ਼ਿਫਟ ਹੋਇਆ। ਲਓ ਜੀ, ਰਘਵਰ ਦਿਆਲ ਦੇ ਉੱਤੇ ਵੀ ਤੁਸੀਂ ਕਮੈਂਟ ਕਰਨੇ ਨੇ, ਯਾਦ ਕਰਨਾ ਬਜ਼ੁਰਗਾਂ ਨੂੰ। ਹਾਂਜੀ ਹਾਂਜੀ। ਇਹ ਸਕੂਲ ਫਿਰ ਅਸੀਂ ਨਾ ਜੀ ਛੋਟੇ ਛੋਟੇ ਹੁੰਦੇ ਸੀ ਜਦੋਂ 5ਵੀਂ 6ਵੀਂ 'ਚ ਪੜ੍ਹਦੇ, ਸਾਡੇ ਤੋਂ ਫਿਰ ਸੋਸ਼ਲ ਸਰਵਿਸ ਕਰਾਉਣੀ, ਕਹਿੰਦੇ ਜੀ ਚਲੋ ਸੋਸ਼ਲ ਸਰਵਿਸ ਕਰੋ, ਤਸਲਾ ਚਸੀ ਰੇਤਾ ਢੋਣਾ। ਸਾਡੇ ਟਾਈਮ ਇਹ ਸਕੂਲ ਬਣਿਆ ਜੀ ਉਦੋਂ, ਚਕਵਾਲ ਸਕੂਲ ਸ਼ੁਰੂ ਤੋਂ ਸਟਾਰਟ ਹੋ ਗਏ। ਰਘਵਰ ਦਿਆਲ ਦੀ ਸਰਾਂ ਸੀ। ਹਾਂਜੀ, ਉੱਥੋਂ ਫਿਰ ਸ਼ਿਫਟ ਹੋਇਆ ਜੀ ਬਾਅਦ 'ਚ। ਇੱਥੇ ਜ਼ਮੀਨ ਲੈ ਕੇ ਚੌਧਰੀਆਂ ਜੀ, ਬੁੱਧਰਾਮ ਜੀ ਨੇ ਇਹ ਰੋਡ 'ਤੇ ਜ਼ਮੀਨ ਲੈ ਕੇ ਫਿਰ ਇਸ ਸਕੂਲ ਦੀ ਜਿੰਨੇ ਵੀ ਸਕੂਲ ਦੀ ਤਿਆਰੀ ਹੋਈ ਆ ਸਾਡੇ ਹੁੰਦੀ ਹੋਈ ਆ। ਉਹਨਾਂ ਦੀ ਬਹੁਤ ਕੰਟਰੀਬਿਊਸ਼ਨ ਆ ਜੀ। ਉਹਨਾਂ ਨੇ ਦੁਪਹਿਰ ਨੂੰ ਜਾ ਕੇ ਨਾ ਜੀ ਪੈਸੇ ਮੰਗਣੇ ਮੰਡੀ ਵਾਲੇ ਤੋਂ, ਪੈਸੇ ਇਕੱਠੇ ਕਰਕੇ ਨਾ ਜੀ ਪੈਸੇ ਸਕੂਲ ਬਣਾਏ। ਬਹੁਤ ਜੀ ਨਾ ਆਪਣੇ ਬੁੱਧਰਾਮ ਜੀ, ਹਾਂ, ਮੰਡੀ 'ਚ ਜਾ ਕੇ ਆੜਤੀਆਂ ਤੋਂ ਪੈਸੇ ਲੈ ਕੇ ਪੈਸਾ ਇਕੱਠਾ ਕਰਕੇ ਬਹੁਤ ਗਾਉਂਦਾ ਸੀ ਜੀ ਉਹ। ਬੁੱਧਰਾਮ ਜੀ ਐਜ਼ ਏ ਪਰਸਨ ਬਹੁਤ ਚੰਗੇ ਸੀ, ਕਿਸ ਤਰ੍ਹਾਂ ਦੇ? ਬਹੁਤ ਚੰਗੇ ਸੀ ਜੀ। ਅੱਛਾ ਅੱਛਾ, ਇੱਥੇ ਘਸੂਣ ਮਾਰੇਗਾ ਤੇ ਸੀ ਲਾਲਾ ਬੁੱਧਰਾਮ ਲਾਲਾ ਬੁੱਧਰਾਮ ਉਹਨਾਂ ਦਾ ਨਾ ਜੀ ਆਹ ਹੁੰਦਾ ਸੀਗਾ, ਉਦੋਂ ਖਾ ਵੀ ਲੈਂਦੇ ਸੀ, ਖਾ ਲੈਂਦੇ ਸੀ, ਉਹ ਪਿਆਰ ਵੀ ਬਹੁਤ ਹੁੰਦਾ, ਪਿਆਰ ਵੀ ਕਰਦੇ ਸੀ ਜੀ। ਬਹੁਤ ਚੰਗੇ ਸੀ ਟੀਚਰ। ਸ਼ੁਰੂ ਦੇ ਵਿੱਚ ਇੱਕ ਫੇਸਬੁੱਕ ਦੇ ਉੱਤੇ ਅਸੀਂ ਗਰੁੱਪ ਬਣਾਇਆ ਮੈਂ, ਯਾਦਾਂ ਦਾ ਸ਼ਹਿਰ ਕੁਰਾਲੀ। ਇੱਕ ਸਾਡਾ ਗਰੁੱਪ ਚੱਲਦਾ ਜੀ ਨਰਿੰਦਰ ਸਿੰਘ ਜੀ, ਯਾਦਾਂ ਦਾ ਸ਼ਹਿਰ ਰੋਪੜ। ਉਹ ਅਸੀਂ ਦੋਵੇਂ ਭਰਾ, ਮੈਂ ਤੇ ਤੇਜਿੰਦਰ ਚੋਪੜਾ ਜੀ ਵੱਡੇ ਬ੍ਰਦਰ, ਵਿਰਸੇ ਵਿਰਾਸਤ 'ਤੇ ਕੰਮ ਕਰਦੇ ਹਾਂ। ਠੀਕ ਹੈ ਜੀ। ਔਰ ਆਹ ਜਿਹੜੀਆਂ ਗੱਲਾਂ ਜਿੱਦਾਂ ਤੁਸੀਂ ਕਰੀਆਂ, ਰਘਵਰ ਦਿਆਲ ਨੂੰ ਯਾਦ ਕਰਿਆ, ਬੁੱਧਰਾਮ ਜੀ ਨੂੰ ਯਾਦ ਕਰਿਆ, ਜਾਂ ਆਪਣੇ ਹਰਜੀਤ ਸਿੰਘ ਜੀ ਤੁਹਾਡੇ ਫਾਦਰ ਸਾਹਿਬ ਅਤੇ ਨਾਰਾਇਣ ਸਿੰਘ ਜੀ ਤੁਹਾਡੇ ਬਾਬਾ ਜੀ, ਔਰ ਇਸੇ ਤਰ੍ਹਾਂ ਦੇ ਗੱਲਾਂ ਬਾਤਾਂ ਸਾਨੂੰ ਲੱਗਣ ਲੱਗ ਗਈਆਂ ਚੰਗੀਆਂ। ਅਸੀਂ ਰੋਪੜ ਦੇ ਵਿੱਚ ਗਾਂਧੀ ਸਕੂਲ ਵਿੱਚ ਪੜ੍ਹੇ, ਠੀਕ ਹੈ ਜੀ, ਗੌਰਮੈਂਟ ਕਾਲਜ ਵੀ ਪੜ੍ਹੇ, ਠੀਕ ਹੈ ਜੀ। ਤਾਂ ਉਹ ਅਸੀਂ ਯਾਦਾਂ ਦਾ ਸ਼ਹਿਰ
ਰੋਪੜ ਨਾਂ ਰੱਖ ਕੇ ਭਾਈ ਸਾਹਿਬ ਨੇ ਇੱਕ ਗਰੁੱਪ ਚਲਾਇਆ, ਉਸੇ ਤਰਜ਼ ਤੇ ਮੈਂ ਇੱਕ ਗਰੁੱਪ ਬਣਾ ਦਿੱਤਾ ਯਾਦਾਂ ਦਾ ਸ਼ਹਿਰ ਕੁਰਾਲੀ। ਉਹਦੇ ਵਿੱਚ ਬਹੁਤ ਕਮੈਂਟਿੰਗ, ਬਹੁਤ ਕੁਛ, ਅੱਜ ਕੱਲ੍ਹ ਵੀ ਉਹ ਗਰੁੱਪ ਚੱਲਦਾ ਹੈ, ਅਸੀਂ ਸਾਰੀਆਂ ਪੋਸਟਾਂ ਉਹਦੇ ਵਿੱਚ ਪਾਉਂਦੇ ਹਾਂ। ਠੀਕ ਹੈ ਜੀ। ਤਾਂ ਉਹ ਯਾਦਾਂ ਦਾ ਸ਼ਹਿਰ ਕੁਰਾਲੀ ਵਿੱਚ ਜਦੋਂ ਸ਼ੁਰੂਆਤ ਵਿੱਚ ਮੈਂ ਐਕਸਪਲੋਰ ਕਰਨਾ ਸ਼ੁਰੂ ਕਰਿਆ ਤਾਂ ਬੱਸ ਸਟੈਂਡ ਦਾ ਪੁਰਾਣਾ ਸੀਨ ਜਿਹੜਾ ਨਾ ਜੀ, ਉਹ ਮੈਨੂੰ ਉਹਦੇ 'ਤੇ ਬਹੁਤ ਕਮੈਂਟ ਲੋਕਾਂ ਨੇ ਕਰੇ। ਮੈਂ ਪੁੱਛਿਆ ਵੀ ਬੱਸ ਸਟੈਂਡ ਜਿਹੜਾ ਹੈ, ਪਹਿਲਾ ਬੱਸ ਸਟੈਂਡ ਕੁਰਾਲੀ ਦਾ, ਉਹਦਾ ਕੀ ਦ੍ਰਿਸ਼ ਹੁੰਦਾ ਸੀ? ਹੁਣ ਮੈਂ ਤੁਹਾਡੇ ਤੋਂ ਵੀ ਇੱਕ ਵਾਰੀ ਦੁਬਾਰਾ ਤੋਂ ਪੁੱਛਣਾ, ਪਿੱਪਲ ਹੁੰਦੇ ਸੀ ਜੀ ਇਹਦੇ ਚਾਰੇ ਪਾਸੇ, ਇੰਨਾ ਕੁ ਮੈਨੂੰ ਦੱਸਿਆ, ਬਾਕੀ ਗੱਲ ਤੁਸੀਂ ਦੱਸੋ। ਬੱਸ ਉੱਥੇ ਰੁਕਦੀ ਸੀ, ਕੋਈ ਵੱਡਾ ਤਾਂ ਉਹ ਨਹੀਂ ਸੀ, ਸਿੰਡੀਕੇਟ ਦੀਆਂ ਬੱਸਾਂ ਹੋਇਆ ਕਰਦੀਆਂ ਸੀ ਜੀ ਪਹਿਲਾਂ। ਅੱਛਾ। ਅਤੇ ਛੋਟਾ ਜਿਹਾ ਬੱਸ, ਵੈਸੇ ਬੱਸ ਸਟੈਂਡ ਤਾਂ ਬਣੇ ਨਹੀਂ, ਰੋਡ 'ਤੇ ਖੜ੍ਹਨੀ, ਇੱਥੋਂ ਰੋਡ ਨਿਕਲ ਜਾਂਦੇ, ਉਹਦੇ ਚਾਟ ਵਾਲਾ ਖੜ੍ਹਦਾ ਸੀ। ਹਾਂ, ਕਿਆ ਨਾ, ਬਖਸ਼ੀ ਬਖਸ਼ੀ, ਉਹਦੀ ਚਾਟ ਬਾਈ ਗੋਡ ਅੱਜ ਵੀ ਯਾਦ ਆਉਂਦੀ ਆ। ਪਤਾ ਨਹੀਂ ਕਿੱਦਾਂ ਕਿਆ ਬਣਾਉਂਦਾ ਸੀ। ਇੱਕ ਹੁੰਦਾ ਸੀ ਹਿਰਦਾ ਹੁੰਦੇ ਸੀ, ਉਹ ਛੋਲੇ ਬਣਾਇਆ ਕਰਦੇ ਸੀ। ਹਿਰਦਾ ਪੰਡਿਤ ਸੀਗਾ ਉਹ? ਹਾਂਜੀ, ਪੰਡਿਤ ਸੀਗਾ ਉਹ। ਜਦੋਂ ਵੀ ਅੱਧੀ ਛੁੱਟੀ ਹੋਣੀ ਨਾ ਜੀ, ਤਾਂ ਫਿਰ ਲੋਕ ਬੱਚਿਆਂ ਨੇ ਫਿਰ ਉਹਨਾਂ ਤੋਂ ਖਰੀਦ ਕੇ ਰੋਟੀਆਂ ਖਾਣੀਆਂ। ਬਹੁਤ ਮਸ਼ਹੂਰ ਦੋ ਬੰਦੇ ਮਸ਼ਹੂਰ ਸੀਗੇ, ਹਿਰਦਾ ਛੋਲਿਆਂ ਵਾਲਾ ਅਤੇ ਬਖਸ਼ੀ ਚਾਟ ਵਾਲਾ ਜੀ। ਬੇਦੀ ਲੱਸੀ, ਬੇਦੀ ਲੱਸੀ, ਤਿੰਨ ਚੀਜ਼ਾਂ ਮਸ਼ਹੂਰ ਸੀਗੀਆਂ ਜੀ। ਬਖਸ਼ੀ ਚਾਟ ਵਾਲੇ ਤੋਂ ਜਿਹਨੇ ਜਿਹਨੇ ਚਾਟ ਖਾਧੀ ਹੈ ਨਾ ਜੀ, ਉਹ ਕਮੈਂਟ ਜ਼ਰੂਰ ਕਰਿਓ। ਪਿੱਪਲ ਥੱਲੇ, ਪਿੱਪਲ ਥੱਲੇ, ਉਹ ਦ੍ਰਿਸ਼ ਯਾਦ ਆ ਗਿਆ? ਦ੍ਰਿਸ਼ ਯਾਦ ਆ ਗਿਆ ਜੀ। ਕੱਚਾ ਸੀ ਥੱਲੇ? ਹਾਂਜੀ ਹਾਂ, ਇੰਨਾ ਛੋਟਾ ਜਿਹਾ ਡੋਨ ਡੂਨਾ ਜਿਹਾ ਉਹਦੇ 'ਚ ਪਾ ਕੇ ਦਿੰਦਾ ਸੀ। ਇਹ ਪੱਤਿਆਂ ਦੇ ਹੁੰਦੇ ਸੀਗੇ ਨਾ ਜੀ, ਪੱਤਿਆਂ ਦੇ ਬਣਾਏ ਹੋਏ ਇਹਨਾਂ 'ਚ ਡੂਨ। ਬਖਸ਼ੀ ਚਾਟ ਵਾਲਾ ਉਹ ਕਿੱਦਾਂ ਆਉਂਦਾ ਸੀ, ਕੀ ਉਹਦਾ? ਬਜ਼ੁਰਗ ਗਿਆ ਸੀ ਵਿਚਾਰਾ, ਬਜ਼ੁਰਗ ਸੀ। ਹਾਂ, ਉਦੋਂ ਤੁਹਾਨੂੰ ਪਤਾ ਹੈ ਪੈਸਾ ਪੂਸਾ ਉਹੀ, ਦੋ ਆਨੇ ਚੱਲਦੇ ਸੀਗੇ, ਆਨੇ ਦੇ ਛੋਲੇ ਲੈ ਲੈਣੇ, ਆਨੇ ਦੇ ਉਹ ਲੈ ਲੈਣੇ, ਗਲੀ ਵਾਲੇ ਪੈਸੇ ਹੁੰਦੇ ਜੀ, ਉਹ ਸਰਾਖ ਵਾਲੇ ਜਿੱਦੀਆਂ ਗੱਲਾਂ ਹੈ। ਹਾਂ, ਅੱਛਾ, ਬਜ਼ੁਰਗ ਸੀਗਾ ਉਹ? ਹਾਂਜੀ। ਉਹ ਬੱਚਿਆਂ ਨਾਲ ਗੱਲਬਾਤ ਕਿਵੇਂ ਕਰਦਾ ਸੀਗਾ? ਨਹੀਂ, ਠੀਕ ਕਰਦਾ ਸੀ ਸਾਰਿਆਂ ਨੂੰ, ਪਿਆਰ ਕਰਦਾ ਸੀ ਬਹੁਤ, ਤਾਂ ਹੀ ਦੁਨੀਆ ਲੁਕੀ ਜਾਂਦੇ ਸੀ ਉਹਦੇ ਕੋਲ। ਪਗੜੀ ਬੰਨਦਾ ਸੀ? ਨਹੀਂ ਨਹੀਂ ਨਹੀਂ, ਹਾਂ ਪਕੜ, ਪਰਨਾ ਜਿਹਾ ਲਪੇਟਦਾ ਸੀ, ਥੋੜ੍ਹਾ ਜਿਹਾ ਪਰਨਾ ਜਿਹਾ ਲਪੇਟ, ਚਿੱਟੇ ਰੰਗ ਦਾ, ਲਾਲ ਰੰਗ ਦਾ ਸੀ ਮੇਰੇ, ਲਾਲ ਰੰਗ। ਹਾਂਜੀ ਹਾਂ, ਸਿੰਪਲ ਸੀ ਬਹੁਤ, ਬਹੁਤ ਸਿੰਪਲ। ਤੇ ਸਾਈਕਲ ਹੁੰਦਾ ਸੀ ਉਹਦੇ ਕੋਲ? ਕੀ ਹੁੰਦਾ ਸੀ? ਅਸੀਂ ਬਖਸ਼ੀ ਚਾਟ ਵਾਲੇ ਦੇ, ਰੇੜੀ ਸੀ ਕਿਆ ਸੀ? ਬੈਠਾ ਹੀ ਦੇਖਿਆ ਜੀ ਉੱਥੇ ਬੈਠ ਕੇ। ਅੱਛਾ, ਪੁਰਾਣੇ ਸਟਾਈਲ ਦਾ ਹੀ ਸੀਗਾ ਸਿਸਟਮ? ਪੁਰਾਣੇ ਸਟਾਈਲ ਦੇ ਉਹ ਟਾਈਮ ਸਾਈਕਲ ਸੁਕਲ ਵੀ ਬਹੁਤ ਘੱਟ ਹੁੰਦੇ ਸੀ। ਦੇਖੋ, ਤੁਹਾਨੂੰ ਯਾਦ ਕਰਾਤਾ ਅੱਜ ਬਖਸ਼ੀ ਚਾਟ ਵਾਲਾ, ਕਿੰਨੇ ਕਿੰਨੇ ਸਾਲਾਂ ਬਾਅਦ ਯਾਦ ਕਰਿਆ? ਬਹੁਤ ਸਾਲ ਹੋ ਗਏ ਜੀ। ਦੇਖੋ, ਬਖਸ਼ੀ ਦੀ ਚਾਟ, ਇਹੀ ਬੱਲੇ ਬੱਲੇ ਫਿਲਮ ਜਾਂ ਰਿਕਾਰਡਸ ਤੋਂ ਅਸੀਂ ਇਹੀ ਚੀਜ਼ਾਂ ਐਕਸਪਲੋਰ ਕਰ ਰਹੇ ਹਾਂ। ਠੀਕ ਕਰ ਰਹੇ ਹਾਂ ਕੰਮ ਕਿ ਗਲਤ ਕਰ ਰਹੇ? ਬਿਲਕੁਲ ਠੀਕ ਕਰ ਰਹੇ ਤੁਸੀਂ। ਮੈਂ ਜੀ 1980 ਮੈਂ ਬਾਗ ਲਾਇਆ ਜੀ ਆਪਣਾ, ਅੰਬਾਂ ਦਾ ਬਾਗ, 8 ਕਿੱਲੇ ਚਲਾਇਆ ਸੀਗਾ ਮੈਂ। 1980 ਚ ਲਾਇਆ ਸੀਗਾ। 80 'ਚ ਉਹ ਲਾਇਆ ਇਸ ਕਰਕੇ ਕਿਉਂਕਿ ਜ਼ਮੀਨਾਂ ਐਕੁਆਇਰ ਹੋ ਜਾਂਦੀ ਸੀ, ਪਹਿਲਾਂ ਹੀ ਜ਼ਮੀਨ ਦੋ ਜਗ੍ਹਾ ਤੋਂ ਐਕੁਆਇਰ ਹੋ ਗਈ ਸੀ। ਇਸ ਜ਼ਮੀਨ ਦੇ ਬੜੇ ਹਮਲੇ ਹੋਏ, ਕਦੇ ਕਹਿੰਦੇ ਅਸੀਂ ਪੁਲਿਸ ਸਟੇਸ਼ਨ ਬਣਾਉਣਾ, ਕਦੇ ਕੁਛ, ਕਦੇ ਕੁਛ। ਫਿਰ ਮੈਨੂੰ ਕਿਸੇ ਬੰਦੇ ਨੇ ਗਾਈਡ ਕਰਿਆ, ਕਹਿੰਦੇ ਤੁਸੀਂ ਬਾਗ ਲਾ ਦਿਓ। ਫਿਰ ਇਹਨਾਂ ਨੇ, ਮੈਂ ਬਾਗ ਲਾ ਦਿੱਤਾ ਜੀ, ਫਿਰ ਕੋਈ ਆਇਆ ਨਹੀਂ। ਬਾਗ ਦਾ ਇਹ ਹੁੰਦਾ ਜੀ, ਕੰਪਨਸੇਸ਼ਨ ਬਹੁਤ ਦੇਣੀ ਪੈਂਦੀ ਇਹਨਾਂ ਨੂੰ। ਸਪੋਜ਼ ਜਿਵੇਂ ਅੰਬ ਦੀ ਲਾਈਫ ਹੁੰਦਾ ਜੀ 90 ਸਾਲ ਆ, ਜਿਹੜੀ ਪੱਥਰਨਾਕ ਆ ਉਹਦੀ ਵੀ, ਉਹਦੀ ਲਾਈਫ 90 ਸਾਲ ਆ। ਜੇ ਤੁਹਾਡੇ ਤੁਸੀਂ ਫਰੂਟ 5 ਸਾਲ ਤੋਂ ਲੈ ਲਿਆ, 5 ਸਾਲ ਤੋਂ ਬਾਅਦ ਜਿਹੜੇ 85 ਸਾਲ ਦਾ ਕੰਪਨਸੇਸ਼ਨ ਗੌਰਮੈਂਟ ਨੂੰ ਦੇਣਾ ਪੈਂਦਾ, ਇਸ ਕਰਕੇ ਕਾਰ ਨਹੀਂ ਕਰ ਪਾਉਂਦੇ, ਇੰਨਾ ਕੰਪਨਸੇਸ਼ਨ ਬਣ ਜਾਂਦਾ। ਉਹ ਪ੍ਰੋਪਰਟੀ ਹੋਈ ਤਰ੍ਹਾਂ? ਹਾਂ, ਪ੍ਰੋਪਰਟੀ ਉਹਨੂੰ, ਯਾਨੀ ਕਿ ਫਿਰ ਉਹ ਨਿਕਲੇ, ਐਕੁਆਇਰ ਨਹੀਂ ਸੀ ਗੌਰਮੈਂਟ ਪਰ ਸਦੀ, ਮੈਂ ਇਸ ਕਰਕੇ ਬਾਗ ਲਾਇਆ ਸੀ। ਫਿਰ ਆਲੇ ਦੁਆਲੇ ਜਰਾ ਲੋਕੀ ਨੁਕਸਾਨ ਨੁਕਸੂਨ ਕਰਨ ਲੱਗ ਗਏ, ਫਿਰ ਮੈਂ ਕਿਹਾ ਚਲੋ ਹੁਣ ਇੱਥੇ ਕਲੋਨੀ ਕੱਟ ਦੂੰ। ਫਿਰ ਮੈਂ ਬਾਗ ਸੀ ਮੈਂ 24 ਸਾਲ ਬਾਗ ਰੱਖੇ ਜੀ ਇੱਥੇ। ਅੰਬ ਸੀਗੇ, ਕੀਨੋ ਸੀਗੇ, ਅਮਰੂਦ ਵੀ ਸੀਗੇ, ਪਹਿਲਾਂ ਆੜੂ ਵੀ ਲਾਏ। 2003-04 ਤੱਕ ਰਿਹਾ? ਹਾਂਜੀ, ਨਹੀਂ ਚੁਰਾਏ ਮੈਂ, ਹਾਂਜੀ ਹਾਂ 3 ਤੱਕ ਰਿਹਾ ਜੀ, ਦੁਸਹਿਰੀ ਅੰਬ ਸੀ, 2003 ਤੱਕ ਰਿਹਾ ਜੀ। ਦੇਖੋ ਜੀ, ਬਾਗ ਸੀਗੇ ਕੁਰਾਲੀ ਦੇ ਵਿੱਚ,
ਖਾਲਸਾ ਸਕੂਲ ਦੇ ਪਿੱਛੇ ਅੰਬਾਂ ਦਾ ਬਾਗ, ਇੱਕ ਬਾਗ ਰਜਿੰਦਰ ਸਿੰਘ ਜੀ ਨੇ ਲਗਾਇਆ, ਇਹ ਕਲਮੀ ਬਗਾ, ਇਹ ਦੂਜੇ ਕਲਮੀ ਗ੍ਰਾਫਟਡ ਸੀਗੇ ਸਾਰੇ ਇਹ, ਉਹ ਤਾਂ ਦੇਸੀ ਅੰਬ ਸੀ ਨਾ ਜੀ, ਤੇ ਮੇਰੇ ਕਲਮੀ ਅੰਬ ਸੀਗੇ ਜੀ, ਪਲਾਨ ਕਰਕੇ ਲਾਇਆ ਜੀ, ਹਾਰਟੀਕਲਚਰ ਡਿਪਾਰਟਮੈਂਟ ਦੇ ਥਰੂ ਲਾਇਆ ਸੀਗਾ ਜੀ, ਕਿਉਂਕਿ ਇਹੀ ਮੰਗਾਇਆ, ਅੰਬ ਮੰਗਾਇਆ ਕਰ ਸੀ ਮਲੀਆਬਾਦ ਤੋਂ, ਸਹਾਰਨਪੁਰ ਵਗੈਰਾ ਤੋਂ। ਅੱਛਾ, ਹੁਣ ਆਪਾਂ ਗੱਲ ਕਰ ਰਹੇ ਹਾਂ, ਯਾਦ ਕਰ ਰਹੇ ਬਖਸ਼ੀ ਚਾਟ ਵਾਲਾ ਯਾਦ ਕਰ ਲਿਆ, ਉਹਦੇ ਨਾਲ ਦਾ ਦੂਆ ਕੀ ਦੱਸਿਆ ਤੁਸੀਂ? ਹਿਰਦਾ, ਹਿਰਦਾ ਛੋਲਿਆਂ ਵਾਲਾ, ਛੋਲਿਆਂ ਵਾਲਾ, ਉਹ ਛੋਲੇ ਦਿੰਦਾ ਸੀਗਾ, ਉਹ ਛੋਲੇ ਦਿੰਦਾ ਸੀ, ਉਹ ਬੈਠਦਾ ਸੀ ਉੱਥੇ, ਇਹ ਬੈਠਦਾ ਚਕੌਲ ਸਕੂਲ 'ਚ, ਹਿਰਦਾ ਚਕੌਲ ਸਕੂਲ 'ਚ। ਅੱਛਾ, ਹਿਰਦਾ ਚਕੌਲ ਸਕੂਲ ਦੇ ਕੋਲ। ਹਾਂਜੀ ਹਾਂਜੀ। ਤਾਂ ਮੇਰਾ ਖਿਆਲ ਹੈ ਵੀ ਸਾਡੇ ਸਰੋਤਿਆਂ ਵਿੱਚੋਂ ਦੱਸਣਗੇ ਜਾਂ ਉਹਨਾਂ ਦੇ ਦਾਦਿਆਂ ਨੇ ਖਾਧੇ ਹੋਣਗੇ ਹਿਰਦੇ ਦੇ ਛੋਲੇ ਅਤੇ ਬਖਸ਼ੀ ਦੀ ਚਾਟ। ਇੱਕ ਚੱਕੀ ਸੀ ਆਟਾ ਦੀ ਕਾਫੀ ਮਸ਼ਹੂਰ, ਹਾਂ, ਲੈਕ ਰਾਮ ਜੀ, ਲੈਕ ਰਾਮ ਜੀ ਚੱਕੀ, ਇੱਕ ਉਸਦਾ ਨਾ ਜੀ ਆਵਾਜ਼ ਕਈ ਪਿੰਡਾਂ ਤੱਕ ਜਾਂਦੀ ਸੀਗੀ, ਉਹ ਇੰਗਲੈਂਡ ਦਾ ਸੀਗਾ ਇੰਜਨ ਉਸਦਾ, ਅਤੇ ਲੋਕ ਜਦੋਂ ਪਿਸਾਈ ਕਰਦੇ ਨੇ ਗੱਡਿਆਂ ਦੇ ਗੱਡੇ ਭਰ ਕੇ ਨਾ ਜੀ, ਇਕੱਠੇ ਇੱਕ ਇੱਕ ਮਹੀਨੇ ਦਾ ਰਾਸ਼ਨ ਪਿਸਾ ਕੇ ਲੈ ਜਾਂਦੇ ਸੀ। ਉਹ ਸੀਨ ਦੇਖਿਆ ਤੁਸੀਂ? ਹਾਂ, ਦੇਖਿਆ ਜੀ, ਅਸੀਂ ਆਪਣੇ ਗੱਡਿਆਂ 'ਚ ਉੱਥੇ ਪਿਸਾਈ ਕਰਾਉਂਦੇ, ਰੇਹੜੀ ਤੋਂ ਜਾਂਦੇ ਸੀ ਗੱਡੇ 'ਤੇ, ਗੱਡੇ ਲੈ ਕੇ ਗੱਡੇ, ਸਾਡੇ ਕੋਲ ਬੈਲ ਡੰਗਰ ਤੇ, ਅਸੀਂ ਗੱਡਾ ਸਾਡੇ ਕੋਲ ਨਾ ਜੀ, ਹੁਣ ਜਾਣਾ ਪਸ਼ੂਆਂ ਖਾਤਰ ਪੇੜੇ ਦਿੰਦੇ ਸੀ ਬਲਦਾਂ ਨੂੰ, ਸਾਡੀ ਜ਼ਮੀਨ ਇੰਨੀ ਸੀ ਜੀ, ਸਾਡੇ ਤਿੰਨ ਨੌਕਰ ਰਹੇ ਹਮੇਸ਼ਾ, ਤਿੰਨ ਸੀਰੀ ਰਹੇ ਸਾਡੇ। ਲੈਕ ਰਾਮ ਦੀ ਚੱਕੀ ਦੀ ਗੱਲ ਤੁਸੀਂ ਕਰੀਏ ਵੀ ਆਵਾਜ਼, ਉਹ ਕਿਆ ਰਾਜ ਸੀ ਆਵਾਜ਼? ਉਹ ਜਿਹੜਾ ਇੰਜਨ ਸੀ ਨਾ ਜੀ, ਉਹ ਇੰਗਲੈਂਡ ਦਾ ਸੀਗਾ, ਉਹ ਮੇਰਾ ਸਮੋਕ ਬਹੁਤ ਦਿੰਦਾ ਸੀ, ਉਹ ਧੂੰਆਂ ਦਿੰਦਾ, ਸਮੋਕ ਦਿੰਦਾ, ਇਲੈਕਟ੍ਰਿਕ ਤਾਂ ਹੈ ਨਹੀਂ ਸੀ, ਸਮੋਕ ਬਹੁਤ ਦਿੰਦਾ ਸੀ, ਬਹੁਤ ਆਵਾਜ਼ ਆਉਂਦੀ, ਦੂਰ ਤੱਕ ਆਵਾਜ਼ ਆਉਂਦੀ, ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਲੈਕ ਰਾਮ ਦੀ ਚੱਕੀ ਚੱਲ ਪਈ ਇੱਥੇ ਤੋਂ ਵੀ, ਇੰਨੀ ਆਵਾਜ਼ ਆਉਂਦੀ ਸੀ। ਅੱਛਾ, ਇੰਗਲੈਂਡ ਤੋਂ ਆਇਆ ਸੀ ਇੰਜਨ? ਇੰਗਲੈਂਡ ਦੇ ਇੰਜਨ ਸੀ, ਇੰਪੋਰਟਡ ਸੀਗੀ ਉਦੋਂ ਤੋਂ ਸਾਰਾ ਬਾਹਰ ਦੇ। ਲੈਕ ਰਾਮ ਜੀ ਦੇ ਪਰਿਵਾਰ ਨੇ ਨਾ ਜੀ, ਲੈਕ ਰਾਮ ਜੀ ਦੀ ਫੋਟੋ ਵੀ ਪਾਈ ਸੀ ਉਹਨਾਂ ਦੇ ਕੋਈ ਅੱਗੋਂ ਪਰਿਵਾਰ ਦੇ ਵਿੱਚ, ਉਹਨਾਂ ਦੇ ਇਹਨਾਂ ਨਾਲ ਪੜ੍ਹੇ ਹੋਏ ਉਹਨਾਂ ਦੇ ਬੱਚੇ, ਨਾਂ ਨਹੀਂ ਉਹਨਾਂ ਦਾ ਧਿਆਨ ਚਾਹ ਰਿਹਾ। ਜਦੋਂ ਇਹ ਯਾਦਾਂ ਦਾ ਸ਼ਹਿਰ ਕੁਰਾਲੀ ਗਰੁੱਪ ਬਣਾਇਆ ਸੀ ਨਾ ਜੀ, ਤਾਂ ਲੈਕ ਰਾਮ ਦੀ ਚੱਕੀ ਦਾ ਜ਼ਿਕਰ ਪਾਇਆ ਸੀ, ਤਾਂ ਲੈਕ ਰਾਮ ਜੀ ਦੀ ਫੋਟੋ ਵੀ ਆਈ ਸੀ। ਫਿਰ ਹੁਣ ਜੇਕਰ ਚੱਕੀ ਦੀ ਗੱਲ ਵੀ ਹੋ ਗਈ, ਹਿਰਦੇ ਦੀ ਗੱਲ ਹੋ ਗਈ ਛੋਲੇ ਵਾਲੇ ਦੀ, ਅਤੇ ਨਾਲ ਹੋ ਗਈ ਬਖਸ਼ੀ ਚਾਟ ਵਾਲੇ ਦੀ ਗੱਲ, ਅਤੇ ਰਹਿ ਗਏ ਹੁਣ ਹਕੀਮ, ਹਾਂਜੀ ਹਕੀਮ, ਕੁਰਾਲੀ ਅਤੇ ਹਕੀਮ, ਤੇਜਾ ਹਕੀਮ ਜਾਂ ਆਤਮਾ ਰਾਮ ਹਕੀਮ, ਆਤਮਾ ਰਾਮ ਹਕੀਮ, ਤੇਜਾ ਹਕੀਮ, ਆਤਮਾ ਰਾਮ ਹਕੀਮ। ਸਰ ਮੈਂ ਗੱਲ ਸੁਣਾਉਂਦਾ ਜੀ, ਹਾਂਜੀ, ਆਤਮਾ ਰਾਮ ਹਕੀਮ ਸਾਡੇ ਇਲਾਕੇ 'ਚ ਬਹੁਤ ਮਸ਼ਹੂਰ ਸੀ ਜੀ। ਆਤਮਾ ਰਾਮ ਹਕੀਮ ਦਾ ਪੋਤਾ, ਆਤਮਾ ਰਾਮ ਦੇ ਦੋ ਮੁੰਡੇ ਸੀ, ਇੱਕ ਦੀ ਛੋਟੂ ਰਾਮ, ਇੱਕ ਦੀ ਬਚਨ ਸਿੰਘ, ਬਚਨ ਦਾਸ। ਛੋਟੂ ਰਾਮ ਦਾ ਮੁੰਡਾ ਮੇਰਾ ਕਲਾਸ ਫੈਲੋ ਸੀ, ਹਰਜਿੰਦਰ, ਡਾਕਟਰ, ਉਸਨੇ ਡਾਕਟਰੀ ਕੋਰਸ ਕਰਕੇ ਉਸਨੇ ਦੁਕਾਨ ਖੋਲ੍ਹੀ ਖਮਾਣੋ ਦੁਕਾਨ ਖੋਲ੍ਹ ਕੇ, ਉਹਦੀ ਕੁਰਾਲੀ ਵਾਲੇ ਡਾਕਟਰ ਦੇ ਲਿਹਾਜ਼ ਨਾਲ ਵੀ ਕੁਰਾਲੀ ਦੁਕਾਨ ਆ, ਬਹੁਤ ਦੁਕਾਨ ਚੱਲਦੀ ਸੀ ਜੀ। ਜਿਹੜਾ ਆਤਮਾ ਰਾਮ ਦਾ ਪੋਤਾ ਸੀ ਰਜਿੰਦਰ, ਮੇਰਾ ਕਲਾਸ ਫੈਲੋ, ਚੰਗੇ ਯਾਰ ਸਾਡਾ, ਯਾਰ ਦੋਸਤ ਸੀ, ਚੰਗੇ ਘਰ ਆਉਣ ਜਾਣ ਸੀ। ਅਸੀਂ ਉਹਦੇ ਘਰ, ਮੈਂ ਘਰ ਜਾਂਦਾ ਸੀ ਉਹਦੇ, ਉਹ ਕਹਿੰਦੇ ਘਰ ਦੇ ਕਹਿੰਦੇ ਬਾਬਾ ਜੀ ਰੋਟੀ ਤਾਂ ਦਿਆ, ਉਹ ਰਜਿੰਦਰ ਮੁੰਡਾ ਜਾਂਦੇ, ਮੈਂ ਵੀ ਉਹਦੇ ਨਾਲ ਚਲੇ ਗਿਆ। ਅੱਛਾ, ਜਦ ਦੁਕਾਨ 'ਤੇ ਗਏ ਅਸੀਂ ਰੋਟੀ ਲੈ ਕੇ, ਉਹ ਕਹਿੰਦੇ ਉਹ ਮੁੰਡੇ ਇੱਕ ਮਿੰਟ ਰੱਖ ਦਿਓ, ਅਸੀਂ ਕਹਿੰਦੇ ਕਿਆ ਗੱਲ, ਉਹ ਇੱਕ ਕਹਿੰਦੇ ਵੀ ਦੁਕਾਨਦਾਰ ਬੱਸ ਸਟੈਂਡ 'ਤੇ ਉਤਰਿਆ, ਉਹਨੂੰ ਆ ਲੈਣ ਦਿਓ। ਅੱਛਾ, ਅਸੀਂ ਹੈਰਾਨ, ਕਹਿੰਦੇ ਰੋਟੀ ਰੱਖ ਦਿਓ ਮੇਰੀ ਜਾਂ? ਅੱਛਾ, ਦੁਕਾਨ ਦਾ ਇੱਕ ਮੇਰਾ ਗਾਹਕ ਬੱਸ ਤੋਂ ਉਤਰਿਆ ਅੱਡੇ 'ਚ, ਉਹਨੂੰ ਆ ਲੈਣ ਦਿਓ, ਕਹਿੰਦਾ ਹੈਰਾਨ। ਉਹ ਕੁਦਰਤੀ ਆ ਗਏ, ਉਹਨੂੰ ਦਵਾਈ ਦੇ ਕੇ ਫਿਰ ਰੋਟੀ ਖਾਧੀ ਉਹਨਾਂ ਨੇ। ਅੱਛਾ, ਉਹ ਆਤਮਾ ਰਾਮ ਜੀ ਦੇ ਬਾਰੇ ਵਿੱਚ ਬੜੇ ਕਮੈਂਟ ਆਏ, ਉਹਨਾਂ ਨੇ ਮੱਝਾਂ ਇੰਨੀਆਂ ਚੰਗੀਆਂ ਮੱਝਾਂ ਰੱਖੀਆਂ ਹੋਈਆਂ ਸੀ ਜੀ, ਉਹਨਾਂ ਦੇ ਨੌਕਰ ਦੁੱਧ ਪੀਂਦੇ ਸੀਗੇ। ਅੱਛਾ ਜੀ, ਉਦੋਂ ਗੋਭੀ ਸ਼ਲਗਮ ਆਲੂ ਖਾਂਦੇ ਸੀ ਹਾਂਜੀ, ਬਹੁਤ ਯਾਨੀ ਕਿ ਨੌਕਰਾਂ ਵਾਸਤੇ ਬੜਾ ਕੁਛ ਕਰਦੇ ਸੀ ਉਹ। ਇੱਕੋ ਦੱਸਦੇ ਸੀ ਵੀ ਆਤਮਾ ਰਾਮ ਜੀ ਵੀ ਬਿਮਾਰੀ ਦੱਸ ਦਿੰਦੇ ਸੀਗੇ, ਇੱਕੋ ਬਿਮਾਰੀ, ਉਹਨਾਂ ਨੇ ਨਾ ਜੀ ਦੀਵਾਰ 'ਤੇ ਉਹ ਰਖਵਾ ਦੇਣਾ ਯੂਰਿਨ,
ਤੇ ਜੇ ਕਿਰਨਾਂ ਪੈਂਦੀਆਂ ਨੇ ਸੂਰਜ ਦੀਆਂ, ਉਹ ਤੋਂ ਦੇਖ ਕੇ ਬਸ ਦੱਸ ਦੇਣੀ ਕਿਆ ਬਿਮਾਰੀ ਹੈ ਉਹਨਾਂ ਨੇ, ਉਸ 'ਤੇ ਉਹਨਾਂ ਪੂੜੀਆਂ ਜਿਹੀਆਂ ਦੇ ਕਰਦੇ ਸੀ ਉਹਨਾਂ ਤੋਂ ਪਤਾ ਪੂੜੀ ਬਣਾ ਕੇ ਦੇ ਲੈ ਪਾ ਲਓ ਜੀ ਆਰਾਮ ਆ। ਦੇਖੋ ਜੀ ਸਰੋਤਿਓ, ਆਤਮਾ ਰਾਮ ਜੀ ਦੀ ਰੂਹ, ਪਵਿੱਤਰ ਰੂਹ ਨੂੰ ਯਾਦ ਕੀਤਾ ਜਾ ਰਿਹਾ, ਕਮੈਂਟ ਕਰਨੇ ਨੇ ਆਤਮਾ ਰਾਮ ਜੀ ਦੇ ਅੱਗੋਂ ਜਿਹੜੇ ਪਰਿਵਾਰ ਦੇ ਸਦੱਸ ਨੇ ਕੁਝ ਮੈਨੂੰ ਪਤਾ ਕੁਰਾਲੀ ਵਿੱਚ ਹੈਗੇ ਨੇ, ਉਹਨਾਂ ਵੱਲੋਂ ਵੀ ਮੈਂ ਉਮੀਦ ਕਰਦਾ ਕਿ ਜ਼ਰੂਰ ਕਮੈਂਟਸ ਆਉਣਗੇ ਔਰ ਕੋਈ ਨਾ ਕੋਈ ਨਵੀਂ ਜਾਣਕਾਰੀ ਵੀ ਉਹ ਐਡ ਕਰਨਗੇ ਜ਼ਰੂਰ। ਬਿਲਕੁਲ। ਅੱਛਾ, ਪਿਸ਼ਾਬ ਦੇਖ ਕੇ ਉਹ ਦੱਸ ਦਿੰਦੇ ਸੀ ਕਿ ਕਿਆ ਬਿਮਾਰੀ ਹੈ, ਕਿਆ ਬਿਮਾਰੀ, ਉਸੇ ਤੋਂ ਉਹਨਾਂ ਨੇ ਆਪੇ ਬਿਮਾਰੀ ਕਿਹਨੇ ਪੁੱਛਣੀ ਜੀ, ਦਵਾਈ ਦੇ ਮੰਗਦੇ ਸੀ, ਦਵਾਈ ਦੇ ਦਿੰਦੇ ਸੀ, ਉਹ ਜਾਓ ਠੀਕ ਹੋ ਜਾਂਦੇ ਸੀ ਜੀ। ਹੁਣ ਵੀ ਉਹਨਾਂ ਪੋਤੇ ਦੀ ਇੱਕ ਦੁਕਾਨ ਆ ਜੀ, ਵਿਨੋਦ, ਵਿਨੋਦ, ਵਿਨੋਦ ਆ ਜਿਹੜੇ ਉਹਨਾਂ ਦੀ ਦੁਕਾਨ ਦੇ ਕੋਲੇ, ਉੱਥੇ ਦੁਕਾਨ ਮੁੰਡੇ ਦੀ ਖੋਲ੍ਹੀ ਵੀ ਹੈ, ਸੋਹਣੀ ਚੱਲਦੀ ਦੁਕਾਨ। ਅਤੇ ਆਤਮਾ ਰਾਮ ਜੀ ਦੀ ਦੁਕਾਨ ਜਿਹੜੀ ਜਿੱਥੇ ਬਹਿੰਦੇ ਸੀ ਉਹ ਕਿਹੜੀ ਜਗ੍ਹਾ 'ਤੇ ਸੀਗੀ? ਉਹ ਉਰਲੇ ਪਾਸੇ ਐਂਡ, ਜਦੋਂ ਆਪਾਂ ਇੱਧਰੋਂ ਜਾਈਏ ਨਾ ਜੀ ਸਟੇਸ਼ਨ ਵੱਲੋਂ ਜਾਂਦੇ, ਐਂਟਰ ਕਰਦੇ ਰਾਈਟ ਸਾਈਡ 'ਤੇ ਸੀ ਦੂਜੀ ਦੁਕਾਨ, ਉਹ ਪਹਿਲੀ ਦੁਕਾਨ ਸਮਝ ਕੇ ਸ਼ੁਰੂ ਹੁੰਦੀ ਸੀ ਥਾਣੇ ਦੇ ਉਰਲੇ ਪਾਸੇ, ਥਾਣੇ ਦੇ, ਹਾਂ ਥਾਣੇ ਦੇ ਨਾਲ ਹੀ ਉਰਲੇ ਪਾਸੇ ਥੋੜ੍ਹੀ ਦੋ ਤਿੰਨ ਦੁਕਾਨਾਂ ਛੱਡ ਕੇ ਡਿਵੈਲਪਰ ਮਕਾਨ ਚੁਆਰਾ ਬਣਿਆ ਬਸ ਉੱਪਰ ਠੰਡੇ ਰਹਿੰਦੇ ਸੀ। ਜਿੱਥੇ ਅੱਜ ਕੱਲ੍ਹ ਨਗਰ ਖੇੜਾ ਹੈ ਧਰਮਸ਼ਾਲਾ, ਉਹ ਤੇ ਹਾਂ ਉਹ ਤੇ ਥੋੜਾ ਜਿਹਾ ਅੱਗੇ ਜਾ ਕੇ ਰਾਈਟ ਸਾਈਡ ਤੇ ਜਦੋਂ ਆਪਾਂ ਬਾਜ਼ਾਰ ਚੋਂ ਐਂਟਰ ਕਰਦੇ ਨਾ ਪੰਜ ਚਾਰ ਦੁਕਾਨਾਂ ਛੱਡ ਗਏ। ਬਿਲਕੁਲ, ਲਿਖਿਆ ਹੋਇਆ ਮੇਰੇ ਕੋਲ ਉਸਤੇ ਸਾਨੂੰ ਲਿਖਿਆ, ਉਹ ਵੀ ਪੁਰਾਣੀ 1930 ਦੀ 31-32 ਦੀ ਬਣੀ ਹੋਈ ਹੈ ਜੀ, ਉਹ ਵੀ ਉਹਨਾਂ ਦੀ ਨਾਮ ਲਿਖਿਆ ਹੋਈ ਮਾਤਮਾ ਰਾਮ। ਕਿਵੇਂ ਦਾ ਲੱਗ ਰਿਹਾ ਜੀ ਗੱਲਾਂ ਹੋ ਰਹੀਆਂ ਕੁਰਾਲੀ? ਬਹੁਤ ਸੋਹਣਾ ਲੱਗ ਰਿਹਾ ਜੀ। ਬਾਕੀ ਉਹ ਹੁੰਦੇ ਸੀਗੇ ਜੋਤ ਜੀ, ਜੋਤ ਜੀ ਆਪਣੇ ਪੰਡਿਤ ਜੀ, ਕੀ ਨਾਂ ਸੀ ਉਹਨਾਂ ਦੇ, ਮੁਕੰਦ, ਮੁਕੰਦ ਬੋਲ, ਉਹਨਾਂ ਨੂੰ ਕਿੰਨੇ ਸਾਲ ਰੋਇਲਟੀ ਗਵਰਨਮੈਂਟ ਤੋਂ ਮਿਲਦੀ ਰਹੀ ਹੈ ਜੀ ਰੋਇਲਟੀ, ਹੈ ਜੀ। ਅਤੇ ਉਹਨਾਂ ਦਾ ਸ਼ੇਖਰ ਸੀਗਾ ਉਹਨਾਂ ਦਾ ਬੇਟਾ, ਹੈ ਜੀ, ਉਹ ਮੇਰੇ ਤੋਂ 2 ਕਲਾਸ ਅੱਗੇ ਸੀਗਾ, ਉਹ ਵੀ ਐਸਟ੍ਰੋਲੋਜੀ ਕਰ ਇਸੇ ਕੰਮ 'ਚ ਪਿਆ ਹੋਗਾ। ਅੱਜ ਕੱਲ੍ਹ ਸ਼ੇਖਰ ਹੀ ਬੈਠਦਾ ਉੱਥੇ। ਕੋਸ਼ਿਸ਼ ਕਰਨੀ ਹੈ ਵੀ ਕੁਰਾਲੀ ਦਾ ਕੋਈ ਬੰਦਾ ਰਹਿ ਨਾ ਜਾਵੇ। ਹਾਂਜੀ ਹਾਂਜੀ, ਮੁਕੰਦ ਵੱਲਭ ਜੀ ਨੇ ਤਾਂ ਪੂਰਾ ਆਪਾਂ ਨੂੰ ਪੂਰੇ ਵਰਲਡ ਦੇ ਮੈਪ ਤੇ ਲਿਆ ਕੇ ਖੜਾ ਕਰਤਾ। ਹਾਂਜੀ ਬਿਲਕੁਲ ਜੀ ਬਿਲਕੁਲ। ਹੁਣ ਵੀ ਉਹਨਾਂ ਦਾ ਪਰਿਵਾਰ ਚਲਾ ਰਿਹਾ ਜੀ, ਚੰਦਰ ਸ਼ੇਖਰ ਚੱਲ ਰਿਹਾ ਜੀ। ਦੇਖੋ ਇਹਨਾਂ ਦੀ ਸਾਡੀ ਸਿਸਟਰ ਨਾ ਜੀ, ਅਤੇ ਇਹਨਾਂ ਦੀ ਸਿਸਟਰ ਇੱਕ ਇਹ ਇਕੱਠੀਆਂ ਕਲਾਸ ਪਏ ਸੀ, ਇਹ ਤਾਂ ਅਸੀਂ ਗੱਲ ਕਰ, ਮੇਰੀ ਸਿਸਟਰ ਨੂੰ ਚੰਦਰ ਸ਼ੇਖਰ ਨੂੰ ਭੂਆ ਜੀ ਕਹਿੰਦਾ ਹੈ। ਫਾਦਰ ਦੇ ਇਹਨਾਂ ਦੇ ਸਾਡੇ ਬੜੇ ਚੰਗੇ ਤਲਕਾਰ ਸੀ ਇਹਨਾਂ ਦੇ। ਸੋਸ਼ਲ ਪਰਸਨੈਲਿਟੀਜ਼ ਦੀ ਅਸੀਂ ਗੱਲ ਕਰ ਲਈ, ਹਕੀਮਾਂ ਦੀ ਗੱਲ ਕਰ ਲਈ, ਬਖਸ਼ੀ ਚਾਟ ਵਾਲੇ ਨੂੰ ਯਾਦ ਕਰ ਲਿਆ, ਹਿਰਦੇ ਨੂੰ ਯਾਦ ਕਰ ਲਿਆ, ਛੋਲੇ ਵਾਲੇ ਨੂੰ, ਹਾਂਜੀ ਹਾਂਜੀ, ਔਰ ਬਾਜ਼ਾਰ ਪੁਰਾਣਾ ਅਸੀਂ ਯਾਦ ਕਰ ਲਿਆ, ਹਾਂਜੀ, ਤੁਹਾਡੇ ਬਜ਼ੁਰਗਾਂ ਦੀਆਂ ਗੱਲਾਂ ਹੋ ਗਈਆਂ, ਤੁਹਾਡੀ ਪ੍ਰੋਪਰਟੀ ਦੀ ਗੱਲ ਹੋ ਗਈ, ਦੂਸਰੇ ਤੁਸੀਂ ਜਿਹੜੇ ਜਿਨ੍ਹਾਂ ਦੀ ਕਮਰਸ਼ੀਅਲ ਪ੍ਰੋਪਰਟੀ ਜ਼ਿਆਦਾ ਸੀ, ਕੀ ਨਾਮ ਦੱਸਿਆ? ਗੁਰਦਿਆਲ ਸਿੰਘ, ਗੁਰਦਿਆਲ ਸਿੰਘ ਜੀ ਦੀ ਗੱਲ ਹੋ ਗਈ, ਉਹਨਾਂ ਦੇ ਪਰਿਵਾਰਾਂ ਦੀ ਗੱਲ ਹੋ ਗਈ। ਹੁਣ ਮੈਂ ਚਾਹੁੰਦਾ ਵੀ ਕੁਰਾਲੀ ਦੀਆਂ ਹੋਰ ਸ਼ਖਸੀਅਤਾਂ ਬਾਕੀ ਸਰੋਤੇ ਕਮੈਂਟ ਕਰਨਗੇ, ਕੁਝ ਨਾ ਕੁਝ ਰਹਿ ਵੀ ਸਕਦਾ, ਰਹਿ ਸਕਦਾ ਹੈ, ਇਹ ਸੰਭਵ ਨਹੀਂ ਹੋ ਪਾਉਂਦਾ ਕਿ ਹਰ ਕਿਸੇ ਨੂੰ ਅਸੀਂ ਯਾਦ ਕਰੀਏ। ਜਿੱਦਾਂ ਤੁਹਾਡੇ ਬਜ਼ੁਰਗ ਪਹਿਲੀ ਵਾਰੀ ਜਦੋਂ ਮੈਂ ਕੁਰਾਲੀ ਦੀਆਂ ਕੁਝ ਇੰਟਰਵਿਊਜ਼ ਕਰੀਆਂ ਤਾਂ ਇਹ ਜ਼ਿਕਰ ਨਹੀਂ ਆਏ, ਪਰ ਅੱਜ ਸਬੱਬ ਨਾਲ ਅਸੀਂ ਮਿਲ ਗਏ ਤਾਂ ਅਸੀਂ ਉਹ ਗੱਲਾਂ ਵੀ ਕਰ ਲਿੱਤੀਆਂ। ਕੁਦਰਤੀ ਮੈਂ ਬਾਹਰ ਰਿਹਾ ਜੀ, ਬਾਹਰ ਮੈਂ ਦੇਖਦਾ ਰਿਹਾ, ਮੈਨੂੰ ਇਹ ਸੀ ਵੀ ਮੈਂ ਕਿਹਾ ਸਾਰੇ ਪਾਸੇ ਦਾ ਆਈ ਜਾ ਰਿਹਾ, ਸਾਡੇ ਪਿੰਡ ਦਾ ਕੋਈ ਦੱਸਦਾ ਹੀ ਨਹੀਂ ਹੈ। ਨਹੀਂ ਹੁਣ ਆ ਗਿਆ ਨਾ ਜੀ, ਆ ਦੇਖੋ ਇਹਨਾਂ ਦਾ ਫੋਨ ਆਇਆ ਜੀ, ਮੈਂ ਪੁੱਛਿਆ ਮੈਂ ਤੁਸੀਂ ਪ੍ਰੋਪਰਟੀ ਦਾ ਕੰਮ ਕਰਦੇ, ਕੁਛ ਪਲੋਟ ਬਾਰੇ ਪੁੱਛਣਾ ਸੀ ਇਹਨਾਂ ਨੇ, ਕਹਿੰਦੇ ਨਹੀਂ। ਮੈਂ ਕਿਹਾ ਜੀ, ਫਿਰ ਕਹਿੰਦੇ ਕਿ ਮੇਰਾ ਨਾਂ ਚੋਪੜਾ, ਮੈਂ ਕਿਹਾ ਤੁਸੀਂ ਉਹ ਤਾਂ ਨਹੀਂ, ਕਹਿੰਦੇ ਐਂਬਲੇ ਮੈਂ ਕੰਮ, ਮੈਂ ਕਿਹਾ ਜੀ ਮੈਂ ਮਿਲਣਾ ਆਇਆ ਤੁਹਾਡਾ ਨੰਬਰ, ਮੈਂ 2 ਦਫਾ ਆ ਲਿਆ ਬਾਹਰੋਂ, ਮੈਂ ਕਿਹਾ ਮੈਂ ਤੁਹਾਡਾ ਨੰਬਰ ਹੀ ਨਹੀਂ ਲੈ ਸਕਿਆ ਫੋਨ 'ਤੇ, ਕੰਟੈਕਟ ਨਹੀਂ ਕਰ ਸਕਿਆ। ਫਿਰ ਤੁਸੀਂ ਕਿਹਾ, ਕਹਿੰਦੇ ਜੀ, ਮੈਂ ਕਿਹਾ ਜੀ ਕੱਲ੍ਹ ਪਰਸੋਂ ਮੇਰੀ ਫਲਾਈਟ ਆ, ਕਹਿੰਦੇ ਤੁਸੀਂ ਕੱਲ੍ਹ ਆ ਜਾਓ, ਨਹੀਂ ਮੈਂ ਤਾਂ ਹੀ ਉਹਨੂੰ ਮੌਕੇ ਨੂੰ ਪੇਸ਼ ਕਰਨਾ ਜੀ, ਤੁਸੀਂ ਕਿਹਾ ਮੇਰੀ ਪਰਸੋਂ ਫਲਾਈਟ ਆ, ਮੈਂ ਕਿਹਾ ਯਾਰ ਇਹਨਾਂ ਨਾਲ ਤਾਂ ਮਿਲਣਾ ਹੀ ਮਿਲਣਾ, ਮੈਂ ਤੁਹਾਨੂੰ ਬੇਨਤੀ ਉਹ ਕਰੀ ਤਰ੍ਹਾਂ, ਹਾਂਜੀ ਹਾਂਜੀ, ਤੁਸੀਂ ਅੱਧਾ ਘੰਟਾ ਕੱਢ ਲਓ। ਮੈਂ ਐਗਜੈਕਟ 2 ਵਜੇ ਆ ਕੇ ਬੈਠ ਗਿਆ ਜੀ ਉੱਥੇ, 2 ਵਜੇ ਟਾਈਮ ਦਿੱਤਾ ਸੀ, ਮੈਂ ਟਾਈਮ ਦਾ ਬੜਾ ਪੰਕਚੁਅਲ ਆ ਜੀ, 2 ਵਜੇ ਮੈਂ ਆ ਗਿਆ ਸੀ ਉਦੋਂ। ਬਹੁਤ ਮਿਹਰਬਾਨੀ, ਤੁਹਾਨੂੰ ਫੋਨ ਕਰਦੇ ਜੀ, ਇੱਜ਼ਤ ਨਵਾਜ਼ੀ, ਸ਼ੁਕਰਵਾਦ, ਅਸੀਂ ਸ਼ੁਕਰ ਕਰਦੇ ਹਾਂ, 2 ਵਜੇ ਮੈਂ ਵੀ ਦੋ ਕੱਠੇ। ਅੱਛਾ ਹੁਣ ਗੱਲ ਕਰਨੀ ਆਪਾਂ
ਕੁਰਾਲੀ ਦੇ ਤਿੰਨ ਰਾਮ ਉਹਨਾਂ ਨੂੰ ਛੱਡ ਸਕਦੇ, ਉਹਨਾਂ ਨੂੰ ਛੱਡ ਨਹੀਂ ਸਕਦੇ। ਕਾਂਸ਼ੀ ਰਾਮ, ਖੁਸ਼ੀ ਰਾਮ, ਕਾਂਸ਼ੀ ਰਾਮ ਅਤੇ ਤੀਜੇ ਤੀਜਾ ਰਾਮ ਲਾਲ ਸੀਗਾ, ਰਾਮ ਕਾਂਸੀ ਰਾਮ, ਖੁਸ਼ੀ ਰਾਮ, ਧਨੀ ਰਾਮ, ਧਨੀ ਰਾਮ, ਕਾਂਸ਼ੀ ਰਾਮ, ਖੁਸ਼ੀ ਰਾਮ, ਧਨੀ ਧਨੀ ਰਾਮ, ਤਿੰਨ ਰਾਮ ਕੁਰਾਲੀ ਦੇ ਹੈ ਨਾ ਜੀ। ਤਿੰਨ ਰਾਮ। ਅੱਛਾ, ਤਿੰਨ ਰਾਮ ਦੀ ਗੱਲ ਹੋ ਗਈ, ਕਿਉਂਕਿ ਮੈਂ ਫਰੈਂਕਲੀ ਤੁਹਾਨੂੰ ਦੱਸਾਂ ਵੀ ਮੈਂ ਤਾਂ 2003 ਵਿੱਚ ਆਇਆ ਕੁਰਾਲੀ, ਤੁਸੀਂ ਤਾਂ ਪਹਿਲਾਂ ਦੇ ਇੱਥੇ ਤੋਂ, ਅਤੇ ਮੈਨੂੰ ਜਿੰਨੀ ਕੁ ਨੌਲੇਜ, ਬਖਸ਼ੀ ਚੈਟ ਵਾਲੇ ਤੱਕ ਤਾਂ ਮੈਂ ਪਹੁੰਚ ਗਿਆ, ਹਿਰਦੇ ਤੱਕ ਵੀ ਮੈਂ ਆਪੇ ਹੀ ਪਹੁੰਚ ਗਿਆ ਤੁਹਾਡੇ ਤੋਂ ਪਹਿਲਾਂ, ਲੈਕ ਰਾਮ ਦੀ ਚੱਕੀ 'ਤੇ ਵੀ ਮੈਂ ਆਪੇ ਹੀ ਪਹੁੰਚ ਗਿਆ ਸੀਗਾ, ਯਾਦਾਂ ਦਾ ਸ਼ਹਿਰ ਕੁਰਾਲੀ ਵਿੱਚ ਗਰੁੱਪ ਦੇ ਵਿੱਚ। ਔਰ ਹੁਣ ਤੁਸੀਂ ਦੱਸੋ ਰਹਿ ਕਿਹੜੇ ਕਿਹੜੇ ਗਏ ਬੰਦੇ, ਮੇਨ ਕੋਈ ਥੰਮ ਰਹਿ ਗਿਆ ਹੋਵੇ? ਹਕੀਮਾਂ ਦੀ ਗੱਲ ਵੀ ਹੋ ਗਈ, ਹਕੀਮ ਦੋ ਦੀ ਗੱਲ ਕਰੀ ਆ, ਹੋਰ ਕੋਈ ਰਹਿ ਗਿਆ ਮੈਨੂੰ ਲੱਗਦਾ? ਦੋਨੋਂ ਸੀਗੇ ਮੇਨ, ਦੋਨੋਂ ਸੀਗੇ, ਯਾਰ ਸੀਗੇ, ਇੱਕ ਹੋਰ ਸੀਗੇ ਅੰਦਰ ਵਿਸ਼ਵਨਾਥ ਦੇ ਫਾਦਰ ਕੀ ਨਾਂ, ਗੋਵਰਧਨ ਕਿਹਾ, ਗੋਵਰਧਨ, ਗੋਵਰਧਨ, ਗੋਵਰਧਨ ਵੀ ਇੱਕ ਹਕੀਮ ਸੀਗੇ ਕੁਰਾਲੀ 'ਚ। ਅੱਛਾ ਜੀ, ਹਾਂ ਗੋਵਰਧਨ, ਉਹਨਾਂ ਦੀ ਚੰਗੀ ਦੁਕਾਨ ਚੱਲਦੀ ਸੀ, ਗੋਵਰਧਨ ਹਕੀਮ, ਗੋਵਰਧਨ ਹਕੀਮ, ਹਾਂਜੀ ਜੀ, ਵਿਸ਼ਵਨਾਥ ਉਹਨਾਂ ਦਾ ਮੁੰਡਾ ਸੀਗਾ, ਬਸ ਪੁਲਿਸ ਸਟੇਸ਼ਨ ਦੇ ਨਾਲ ਹੀ, ਨਾਲ ਹੀ ਗੋਵਰਧਨ ਦੀ, ਗੋਵਰਧਨ ਜੀ ਦਾ ਮੈਂ ਨਾਂ ਸੁਣਿਆ। ਹਾਂਜੀ ਹਾਂਜੀ, ਗੋਵਰਧਨ, ਉਹ ਵੀ ਹਕੀਮ ਸੀਗੇ ਜੀ, ਛੋਟੇ ਸੀਗੇ ਉਹਨਾਂ ਨੂੰ, ਉਹ ਤਾਂ ਬੜੇ ਸੀਗੇ ਛੋਟੇ। ਅੱਛਾ, ਇੱਕ ਜਿੱਥੇ ਤੁਹਾਡੇ ਜਿਹੜੇ ਸਕੂਲ 'ਚ ਤੁਸੀਂ ਪੜ੍ਹੇ ਸੀ ਪ੍ਰਾਇਮਰੀ 'ਚ, ਉਹਦੇ ਸਾਹਮਣੇ ਵੀ ਇੱਕ ਹਕੀਮੀ ਦੀ ਦੁਕਾਨ ਹੈ ਇੱਕ, ਬਿਲਕੁਲ ਹੀ ਉਹ ਗੇਟ ਦੇ, ਉਹ ਤੁਹਾਡੇ ਨਾਲ ਪੜ੍ਹਿਆ, ਸਤਪਾਲ, ਸਤਪਾਲ ਨੇ ਕੁਛ ਹੋਰ ਨਾਂ ਹੈ, ਉਹ ਨਾਂ ਉੱਚੀ ਦੁਕਾਨ ਹੈ ਜੀ, ਉਹ ਦਵਾਈਆਂ ਦੁਆਈਆਂ ਵੇਚਦੇ ਹੁੰਦੇ ਜੀ, ਮੇਰੇ ਆਦਮੀ ਆਉਂਦਾ, ਹੋਰ ਉਹਦੇ ਮੁੰਡੇ ਪੋਤੇ ਕੰਮ ਕਰਦੇ ਉਦੋਂ, ਇੱਥੇ ਮੁੰਦਰਾਂ ਜਿਹਾ ਪਾਉਂਦੇ ਹੁੰਦੇ ਜੀ, ਉਹ ਹੋਰ ਉਹ ਦੱਸਣਗੇ ਸਰੋਤਿਆਂ 'ਤੇ ਛੱਡ ਦਿੰਦੇ ਹਾਂ, ਉਹਨਾਂ ਦੇ ਪਰਿਵਾਰ ਦੇ ਕੁਝ ਵਿਅਕਤੀ ਵੀ ਦੇਖਣਗੇ। ਕਮੇਟੀ ਸਕੂਲ ਜਿਹੜਾ ਗਰੀਬੂ ਦੀ ਹੱਟੀ ਦੇ ਸਾਹਮਣੇ ਬੋਰਡ ਦੇ ਹੇਠਾਂ, ਉਹਦੇ ਸਾਹਮਣੇ ਹਕੀਮ ਦੀ ਦੁਕਾਨ, ਉਹਦਾ ਨਾਮ ਵੀ ਉਹਨਾਂ ਦੇ ਬਾਰੇ ਤੁਸੀਂ ਚਾਨਣ ਪਾਉਣਾ। ਤਾਂ ਹੁਣ ਦੇਖੋ ਜੀ, ਜੇ ਅਸੀਂ ਗੱਲ ਕਰੀਏ, ਕਿਉਂਕਿ ਮੰਡੀ ਰਹੀ ਹੈ ਕੁਰਾਲੀ, ਹਾਂਜੀ, ਦੁਕਾਨਦਾਰਾਂ ਦੀ, ਹਾਂਜੀ ਹਾਂਜੀ, ਗੁੜ ਦੀ ਮੰਡੀ, ਅਨਾਜ ਮੰਡੀ, ਪੁਰਾਣੀ ਮੰਡੀ ਕਹਿ ਸਕਦੇ ਆਪਾਂ ਕੁਰਾਲੀ ਨੂੰ, ਹਾਂਜੀ, ਬਾਜ਼ਾਰ ਦੇ ਵਿੱਚ ਦੁਕਾਨਾਂ ਦੀ ਗੱਲ ਕਰੀਏ, ਜੇਕਰ ਅਸੀਂ ਬਸ ਅੱਡੇ ਤੋਂ ਸ਼ੁਰੂ ਹੋ ਜਾਈਏ, ਹਾਂਜੀ, ਤਾਂ ਜਿਹੜੇ ਜਿਹੜੇ ਦੁਕਾਨਦਾਰ ਧਿਆਨ ਵਿੱਚ ਆਈ ਜਾ ਰਹੇ ਨੇ, ਤੁਸੀਂ ਬੋਲੀ ਜਾਣੇ ਆ। ਸਭ ਤੋਂ ਪਹਿਲਾਂ ਬੱਸ ਸਟੈਂਡ ਤੋਂ ਗੱਲ ਕਰੀਏ ਆਪਾਂ, ਉੱਥੇ ਬਖਸ਼ੀ ਚਾਟ ਵਾਲਾ, ਅਤੇ ਬਖਸ਼ੀ ਚਾਟ ਵਾਲੇ ਤੋਂ ਬਾਅਦ ਦੁਕਾਨਾਂ 'ਤੇ ਆ ਜਾਈਏ ਹੁਣ, ਤੁਹਾਡੇ ਸਕੂਲ ਵੱਲ ਨੂੰ, ਦੁਕਾਨ ਦਾ ਕੁਰਾਲੀ, ਚਲੋ ਸਕੂਲ ਵੱਲ ਨੂੰ ਨਹੀਂ, ਸਕੂਲ ਆਪਾਂ ਇੱਧਰ ਨੂੰ ਆ ਜਾਈਏ, ਮਰਿੰਡਾ ਰੋਡ 'ਤੇ ਗੁਰਦੁਆਰਾ ਸਾਹਿਬ ਵੱਲ ਨੂੰ ਤੁਰ ਪਈਏ, ਫਿਰ ਉਸ ਤੋਂ ਬਾਅਦ ਥੱਲੇ ਵੜ ਜਾਈਏ ਬਾਜ਼ਾਰ 'ਚ, ਹਾਂਜੀ, ਜੇ ਬੱਸ ਸਟੈਂਡ ਤੋਂ ਆਪਾਂ ਜਦੋਂ ਗੁਰਦੁਆਰਾ ਸਾਹਿਬ ਵੱਲ ਨੂੰ ਆਉਂਦੇ ਹਾਂ, ਬੜੇ ਗੁਰਦੁਆਰੇ ਸਾਹਿਬ ਵੱਲ, ਤਾਂ ਉਹਦੇ ਵਿਚਕਾਰ ਦੀ ਦੁਕਾਨ, ਮੈਡੀਕਲ ਸਟੋਰ ਆ ਜਾਂਦੇ ਜੀ, ਮੈਡੀਕਲ ਸਟੋਰ ਆ ਜਾਂਦੇ, ਕ੍ਰਿਸ਼ਨਾ ਮੈਡੀਕਲ ਸਟੋਰ ਹੈ, ਕ੍ਰਿਸ਼ਨਾ ਮੈਡੀਕਲ ਸਟੋਰ ਇੱਕ ਸਾਹਮਣੇ ਸੀਗਾ ਜੀ, ਰਾਮ ਹੈ ਸ਼ਾਇਦ, ਉਹ ਰਾਮ ਨਹੀਂ ਜੀ, ਕੁਛ ਹੋਰ ਆ, ਕ੍ਰਿਸ਼ਨਾ ਮੈਡੀਕਲ ਸਟੋਰ, ਕੁਮਾਰ, 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 ਕੁਮਾਰ ਮੈਡੀਕਲ ਸਟੋਰ, ਹਾਂਜੀ, ਇਹ ਵੀ ਬੜਾ ਪੁਰਾਣਾ ਜੀ, ਫਿਰ ਅੱਗੇ ਚੌਧਰੀ ਮੈਡੀਕਲ ਸਟੋਰ ਆ ਜਾਂਦਾ, ਬੱਸ ਸਟੈਂਡ ਦੇ ਉੱਤੇ ਆਪਾਂ ਉਹਨਾਂ ਦੀ ਵੀ ਗੱਲ ਕਰ ਲਈਏ ਪਹਿਲਾਂ, ਗੌਤਮ ਬੇਕਰੀ, ਗੌਤਮ ਬੇਕਰੀ, ਹਾਂਜੀ, ਗੌਤਮ ਬੇਕਰੀ ਪੁਰਾਣੀ ਹੈ, ਗੌਤਮ ਬੇਕਰੀ ਪੁਰਾਣੀ ਹੈ, ਨਹੀਂ ਬਾਅਦ ਦੀ, ਬਾਅਦ ਚੋਂ ਆਈ, ਸਾਡੇ ਤੋਂ ਬਾਅਦ ਚੋਂ ਆਈ ਹੈ ਜੀ ਗੌਤਮ ਬੇਕਰੀ। ਅੱਛਾ, ਬੱਸ ਸਟੈਂਡ ਤੇ ਬਾਅਦ ਚੋਂ ਆਏ ਨੇ, ਹਾਂਜੀ, ਚਲੋ ਇਧਰਲੇ ਪਾਸੇ ਨੂੰ ਆ ਜਾਈਏ, ਹਾਂਜੀ, ਗੌਤਮ ਬੇਕਰੀ, ਮੁਕਤਾ ਬੇਕਰਸ, ਦੁਰਗਾ ਸਵੀਟਸ, ਇਹ ਸਾਰੀਆਂ ਮੰਦਰ ਮੰਦਰ ਦੀਆਂ ਦੁਕਾਨਾਂ, ਸਾਰੀਆਂ ਬਾਅਦ ਦੀਆਂ ਜੀ, ਬਾਅਦ ਚੋਂ ਆਈਆਂ, ਚਲੋ ਇਧਰ ਸ਼ਹਿਰ ਵੱਲ ਨੂੰ ਆ ਜਾਈਏ ਆਪਾਂ, ਹਾਂਜੀ ਹਾਂਜੀ, ਤੇ ਦੋ ਕੈਮਿਸਟ ਅਸੀਂ ਯਾਦ ਕਰ ਲਏ ਜੀ, ਚੌਧਰੀ ਕੈਮਿਸਟ ਸੀਗੇ,
ਕ੍ਰਿਸ਼ਨਾ ਮੈਡੀਕਲ ਸਟੋਰ ਇੱਥੇ ਸੀ, ਫਿਰ ਬਾਅਦ ਸ਼ਿਫਟ ਕਰਿਆ ਇਹਨਾਂ ਨੇ ਨਾ ਕਾਰਨਰ ਤੇ ਜਿੱਥੇ ਮੰਦਿਰ ਹੈ ਸ਼ੀਤਲਾ ਮਾਤਾ ਦਾ। ਹਾਂਜੀ ਹਾਂਜੀ ਉਹੀ ਇੱਕ ਤਾਂ ਸ਼ੀਤਲਾ ਮਾਤਾ ਦਾ ਮੰਦਿਰ ਸੜਕ ਦੇ ਪਰਲੇ ਪਾਸੇ ਹੈ, ਇੱਕ ਉਰਲੇ ਪਾਸੇ ਕਾਰਨਰ ਤੇ ਇੱਕ ਲੋਹਾਰ ਦੀ ਦੁਕਾਨ ਹੈ। ਹਾਂ ਹੈਗੀ ਹੈ ਜੀ, ਹਾਂਜੀ ਹੈਗੀ ਹੈ, ਹੁਣ ਵੀ ਹੈਗੀ ਆ, ਹੁਣ ਵੀ ਹੈਗੀ ਵੀ ਹੈਗੀ ਹੈ। ਹਾਂਜੀ ਉੱਪੇ ਦਾਤੀਆਂ ਸੜ ਗਿਆ ਪੜਿਆਲੇ, ਪਤਾ ਨਹੀਂ ਇੱਥੇ ਨਗਲ ਪਿੰਡ ਦੇ ਇੱਥੇ ਨੇੜੇ ਦੇ ਹੀ ਹੈ ਜੀ, ਹੁਣ ਵੀ ਕੰਮ ਉਹਨਾਂ ਦਾ। ਉਹ ਮੈਂ ਉੱਥੇ ਤੋਂ ਲੰਘਦਾ ਨਾ ਜੀ, ਉਹ ਬੈਠੇ ਕੰਮ ਕਰਦੇ, ਬੜਾ ਕੰਮ ਕਰਦੇ ਨੇ, ਦੇਖੋ ਬਹੁਤ ਕੰਮ, ਬਹੁਤ ਮਿਹਨਤੀ ਹੈ ਜੀ ਉਹ, ਦੇਖੋ। ਅੱਛਾ ਹੁਣ ਅੱਗੇ ਨੂੰ ਅਜੇ ਚੌਂਕ 'ਚ ਆ ਗਏ ਜੀ ਆਪਾਂ, ਸਰਬਿਤਕਾਰੀ ਸਕੂਲ ਆ ਗਿਆ। ਹਾਂਜੀ ਉੱਥੇ ਪਾਟੀਆ ਸਾਹਿਬ ਦੁਕਾਨ ਹੈ ਜੀ, ਪੁਰਾਣੀ ਪਾਟੀਆ। ਹਾਂ ਪਾਟੀਆ ਦੀ ਦੁਕਾਨ, ਉੱਚੀ ਦੁਕਾਨ ਆ ਜਿਹੜੀ। ਅੱਛਾ ਉਹ ਵੀ ਐਕਸ ਸਰਵਿਸਮੈਨ ਫੌਜ ਚੋਂ ਆਇਆ ਹੋਇਆ ਜੀ, ਉਹ ਵੀ ਪਾਟੀਆ ਜੀ। ਪਾਟੀਆ ਮੈਂ ਵੀ ਐਕਸ ਸਰਵਿਸਮੈਨ, ਮੈਂ ਐਕਸ ਸਰਵਿਸਮੈਨ ਹੀ ਮੈਂ ਕੋਈ ਪਹਿਲਾਂ ਮੈਂ 5.5 ਸਾਲ ਆਰਮੀ 'ਚ ਆਇਆ ਜੀ। ਮੈਂ 69 ਡਿਸਚਾਰਜ ਲੈ ਕੇ ਆ ਗਿਆ ਸੀ, ਸਿਗਨਲ ਕੋਰ ਸੀਗਾ ਜੀ, ਕੋਰਸ ਆਫ ਸਿਗਨਲ। ਅੱਛਾ ਸਿਗਨਲ, ਤੁਹਾਨੂੰ ਪਤਾ ਸਿਗਨਲ ਦਾ ਕੰਮ ਸੀਗਾ, ਵਾਇਰਲੈਸ ਓਪਰੇਟਰ ਟ੍ਰੇਡ ਸੀ ਮੇਰਾ, ਦੇਸ਼ ਦੀ ਸੇਵਾ ਵੀ ਕੀਤੀ ਹੋਈ ਹੈ, ਕਰੀ ਹੋਈ ਹੈ ਜੀ, 5.5 ਸਾਲ ਲੱਗ ਫੀਲਡ ਏਰੀਆ 'ਚ ਰਹੇ ਜੀ, 4.5 ਸਾਲ। ਅੱਛਾ ਵਾਪਸ ਆ ਜੀ ਹੁਣ ਸਬਜ਼ੀ ਮੰਡੀ ਆ ਜੀ। ਹਾਂਜੀ ਸਬਜ਼ੀ ਮੰਡੀ, ਸਬਜ਼ੀ ਮੰਡੀ ਦੀਆਂ ਦੁਕਾਨਾਂ। ਹਾਂਜੀ ਸਬਜ਼ੀ ਮੰਡੀ ਉੱਥੇ ਇੱਕ ਸਬਜ਼ੀ ਮੰਡੀ ਹੈ ਜੀ, ਸੋਣ ਸੈਣੀ ਹੁਣ ਬੜੇ ਬੜੇ ਬਣਾ ਲਏ ਨਾ, ਸੋਣ ਸੈਣੀ, ਸੋਣ ਸੈਣੀ ਇੱਕ ਰਾਮ ਲਾਲ ਬ੍ਰਦਰਸ ਨੇ। ਹਾਂਜੀ ਹਾਂਜੀ ਉਹ ਸਾਡੇ ਵਿੱਚੋਂ ਹੀ ਪੁਰਾਣੇ। ਅੱਛਾ ਜੀ ਹਾਂਜੀ ਇੱਕ ਫਿਰ ਰਾਮ ਲਾਲ, ਦੇਖਿਆ ਹੁਣ ਰਾਮ ਲਾਲ ਪਤਲਾ ਜਿਹਾ, ਰਾਮ ਲਾਲ ਜੀ ਕਾਹਦਾ ਕੰਮ ਕਰਦੇ? ਉਹ ਵੀ ਸਬਜ਼ੀ ਦੇ ਕਰਦਾ ਹੁਣ, ਉਹ ਰਾਮ ਲਾਲ ਪਤਲਾ ਜਿਹਾ ਮੇਰਾ ਕਲਾਸ ਪੈ ਗਿਆ ਵਿੱਚ। ਨਹੀਂ ਸੈਣੀ ਨਹੀਂ, ਉਹ ਵੈਸੇ ਹੀ ਆ ਜੀ, ਇੱਕ ਫੋਟੋਗ੍ਰਾਫਰ ਆ ਨਾ, ਫੋਟੋਗ੍ਰਾਫਰ ਦੇ ਨਾਲ ਦੁਕਾਨ ਸੀ ਉੱਥੇ ਰਾਮ ਲਾਲ ਦੀ ਦੁਕਾਨ, ਉੱਥੇ ਸਟੂਡੀਓ ਦੇ ਨਾਲ। ਹਾਂਜੀ ਹਾਂਜੀ ਹਿੰਦ ਸਟੂਡੀਓ ਨਾ ਇੱਕ ਮੰਡੀ ਦੇ ਵਿੱਚ, ਹਾਂਜੀ ਹਾਂ ਉਹਦੇ ਜੋ ਕਿ ਕਿਤਾਬਾਂ ਵਾਲੇ ਦਾ ਜਿੱਥੇ ਪੁਰਾਣੀ ਦੁਕਾਨ ਸੀ। ਹਾਂਜੀ ਹਾਂਜੀ ਉਹਦੇ ਨਾਲ ਹੀ ਹੁੰਦੀ ਸੀ, ਹੁਣ ਅੰਦਰ ਚਲਾ ਗਿਆ। ਹਾਂਜੀ ਹਾਂਜੀ ਉਹ ਅੱਛਾ ਰਾਮ ਲਾਲ ਸੀ। ਹਾਂਜੀ ਹਾਂਜੀ ਉਹਦੇ ਇੱਕ ਪੁਰਾਣਾ ਰਾਮ ਲਾਲ ਆਪਾਂ ਛੱਡ ਕੇ ਉਧਰ ਰੇਲਵੇ ਸਟੋਰ ਸਕੂਲ ਕੋਲ ਹੁੰਦਾ ਸੀ, ਚੱਕੀ ਹੁੰਦੀ ਆਟੇ ਦੀ ਉਹਦੀ, ਰਾਮ ਲਾਲ ਦੀ। ਹਾਂ ਰਾਮ ਲਾਲ ਦੇ ਮੁੰਡੇ, ਹਾਂ ਰਾਮ ਲਾਲ ਦੀ ਉਹਦੇ ਮੁੰਡੇ ਖਾਂ, ਚਲੋ ਯਾਦ ਅੱਜ ਕੱਢੀ ਜਾਣੇ ਬੰਦੇ ਆਪਾਂ, ਰਾਮ ਲਾਲ ਜੀ ਆ ਕੇ ਚੱਕੀ ਆ ਗਏ, ਰਾਮ ਲਾਲ ਜੀ ਸਬਜ਼ੀ ਵਾਲੇ ਵੀ ਆ ਗਏ। ਹਾਂਜੀ ਹਾਂਜੀ ਅੱਛਾ ਹੁਣ ਉਸ ਚੌਂਕ ਜੇ ਤੋਂ ਅੱਗੇ ਨੂੰ ਤੁਰੀਏ ਥੋੜ੍ਹਾ ਜਿਹਾ, ਸੇਠੀ ਆ ਗਏ ਅੱਖਾਂ ਵਾਲੇ ਡਾਕਟਰ। ਹਾਂਜੀ 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 ਪੁਰਾਣੇ ਡਾਕਟਰ ਸੇਠੀ। ਹਾਂਜੀ ਹਾਂਜੀ ਸੇਠੀ। ਹਾਂਜੀ ਹਾਂਜੀ ਉਹ ਵੀ ਬੜੇ ਚੰਗੇ ਬੰਦੇ ਸੀ ਜੀ, ਬਹੁਤ ਚੰਗੇ ਬੰਦੇ ਸੀ ਸੇਠੀ ਡਾਕਟਰ। ਠੀਕ ਹੈ ਜੀ। ਉਹਨਾਂ ਦਾ ਫਿਰ ਕੰਪਾਊਂਡਰ ਸੀਗਾ, ਕਿਆ ਨਾਂ ਉਹ, ਤਾਂ ਇਹਨਾਂ ਨਾਲ ਤੁਹਾਡਾ ਕਲਾਸ ਫਿਰ ਉਹ ਬਾਅਦ ਚੋਂ ਕਰਦਾ ਰਿਹਾ ਦੁਕਾਨ। ਸੈਣੀਆਂ ਦੇ ਬਾਬੇ ਦੇਖੇ ਤੁਸੀਂ, ਸਬਜ਼ੀ ਵਾਲਿਆਂ ਦੇ ਬਾਬੇ ਜਿਹੜੇ ਸੈਣੀ ਬ੍ਰਦਰਸ ਬਾਬਾ ਦੇਖੇ ਜੀ ਉਹਨਾਂ ਦੇ? ਹਾਂ ਉਹੀ ਬਾਬੇ ਉਹਨਾਂ ਦੇ, ਹਾਂ ਉਹ ਦੇਖਿਆ ਜੀ, ਸੋਹਣ ਸੀ ਇੱਕ, ਕ੍ਰਿਸ਼ਨ ਸੀ। ਅੱਛਾ ਦੋਨੋਂ ਸੀ, ਉਹ ਸਾਡੀ ਖੇਤੀ ਕਰਦੇ ਸੀ ਇੱਥੇ, ਪੁਰਾਣੇ ਅਸੀਂ 1914 ਤੱਕ ਉੱਥੇ ਰਹੇ ਆ ਨਾ ਸਾਡੇ ਬਜ਼ੁਰਗ। ਚਲੋ ਅੱਗੇ ਨੂੰ ਆ ਜੀ, ਹੁਣ ਬਾਜ਼ਾਰ ਤੰਗ ਬਾਜ਼ਾਰ 'ਚ ਵੜ ਜੀ, ਇੱਕ ਧਰਮਸ਼ਾਲਾ ਆਉਂਦੀ ਹੈ ਇੱਧਰਲੇ ਪਾਸੇ। ਹਾਂਜੀ ਹਾਂਜੀ ਚੌਧਰੀਆਂ ਦੀ ਹੁਣ ਦੁਕਾਨਾਂ ਬਣ ਗਈਆਂ ਉੱਥੇ। ਹਾਂਜੀ ਉਹ ਚੌਧਰੀਆਂ ਦੀ ਦੁਕਾਨ ਦਾ ਕੇਸ ਵੀ ਚੱਲਦਾ, ਉੱਥੇ ਸਕੂਲ ਵੀ ਚੱਲਦਾ, ਉਹਦਾ ਮੁਕੱਦਮਾ ਵੀ ਚੱਲਿਆ, ਪਹਿਲਾਂ ਚੌਧਰੀ ਜਿੱਤ ਗਏ, ਚੌਧਰੀਆਂ ਨੇ ਫਿਰ ਜਗ੍ਹਾ ਉਹ ਕਿਰਾਏ ਕਿਰੂਏ ਪਰ ਬਣਾ ਕੇ ਦੇ ਦਿੱਤੀ, ਮਾਂ ਮਹਾਰਾਜ ਸੀ ਚੌਧਰੀ ਲੰਬੜਦਾਰ, ਉਹਦੀ ਜਗ੍ਹਾ ਸੀ। ਅੱਛਾ ਸਾਹਮਣੇ ਫਿਰ ਮਾਂ ਮਹਾਰਾਜ ਇੱਕ ਹੋਰ ਵੀ ਸ਼ਖਸੀਅਤ ਕੁਰਾਲੀ ਦੀ ਪਿੱਛੇ ਜੇ ਉਹਨਾਂ ਦੀ ਡੈਥ ਹੋਈ ਹੈ, ਜਿਹੜੇ ਸੱਪ ਸੁੱਪ ਫੜ ਲੈਂਦੇ ਸੀਗੇ। ਉਹ ਤਾਂ ਮਾਮਲਾ ਮੇਰਾ ਕਲਾਸ ਫੈਲੋ ਸੀਗਾ ਜੀ, ਉਹ ਤੁਹਾਡਾ ਕਲਾਸ ਫੈਲੋ? ਹਾਂ ਲੇਕਿਨ ਮੇਰੇ ਕੋਲ ਨਾਨ ਮੈਡੀਕਲ ਸੀ, ਉਹਦੇ ਕੋਲ ਆਰਟ ਸੀ, ਉਹਦੇ ਕੋਲ ਉਹ ਜਿਹੜਾ ਸੱਪ ਫੜ ਲੈਂਦਾ ਸੀ, ਸੱਪ ਫੜ ਮਹਾਰਾਜ ਨੂੰ ਸਾਰਾ ਕਰਾਲੀ ਪੰਗੇ ਪੁੰਗੇ ਲੈ ਜਾਂਦਾ ਸੀ ਐਵੇਂ। ਮਹਾਰਾਜ ਦੇ ਸਾਹਮਣੇ ਇੱਕ ਸਰਾਂ ਗੁਰਦਾਰ ਸਿੰਘ ਸਰਾਂ ਸੀ। ਅੱਛਾ ਜੀ ਗੁਰਦਾਰ ਸਿੰਘ ਦੀ ਸਰਾਂ? ਉਹਨਾਂ ਦੀ ਸਰਾਂ ਸੀ, ਹਾਂ ਉਹ ਵੀ ਸੀ ਪੁਰਾਣੀ ਸਰਾਂ। ਤਾਂ ਚਲੋ ਹੁਣ ਰਹੀ ਨੇ ਸਾਰਾ ਮੂਰਾ ਦੁਕਾਨਾਂ ਦੁਕਾਨਾਂ ਬਣ ਗਿਆ। ਇਹ ਗੁਰਦਾਰ ਸਿੰਘ ਉਹੀ ਹੈ? ਹਾਂ ਉਹੀ ਉਹੀ ਹੈ ਜੀ, ਜਿਨ੍ਹਾਂ ਦੀ ਕਮਰਸ਼ੀਅਲ ਪ੍ਰਾਪਰਟੀ ਹੈ। ਕਮਰਸ਼ੀਅਲ ਪ੍ਰਾਪਰਟੀ, ਅੱਛਾ ਉਹਨਾਂ ਦੀ ਸਰਾਂ ਸੀ, ਉਹਨਾਂ ਦੀ ਸਰਾਂ ਸੀ ਗੁਰਦਾਰ ਸਿੰਘ, ਉਹਨਾਂ ਦੇ ਨਾਂ ਦੀ ਬੋਲਦੇ ਸੀ ਉਹਨਾਂ ਦੀਆਂ, ਉਹ ਤਾਂ ਵੇਚ ਬੂਚ ਤੇ ਆ ਮੁੰਡੇ ਮੁੰਡਿਆਂ ਨੇ, ਪਿਛਾਂ ਸ਼ਾਇਦ ਸਰਾਂ ਹੈ ਪਤਾ ਨਹੀਂ, ਇੱਕ ਨੌਕਰ ਜਾ ਰਹਿੰਦਾ ਹੁੰਦਾ ਸੀ ਪਿੱਛੇ। ਥੋੜ੍ਹੀ ਜਿਹੀ ਗੱਲ ਸਰੋਤਿਆਂ ਨਾਲ ਕਰ ਲਈਏ, ਅਸੀਂ ਕੁਰਾਲੀ ਨੂੰ ਐਕਸਪਲੋਰ ਕਰ ਰਹੇ ਹਾਂ, ਕੁਰਾਲੀ ਦੇ ਪੁਰਾਣੇ
ਵਸੇਬ ਨੂੰ ਪੁਰਾਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹਾਂ ਤਾਂ ਕੁਝ ਨਾਮ ਕਈ ਵਾਰੀ ਰਹਿ ਜਾਂਦੇ ਨੇ, ਫਿਰ ਵੀ ਤਾਂ ਤੁਸੀਂ ਕਮੈਂਟ ਕਰਕੇ ਦੱਸੀ ਜਾਣਾ ਵੀ ਕਿਆ ਕਿਆ ਰਹਿ ਰਿਹਾ। ਅੱਛਾ ਗੁਰਦਿਆਲ ਜੀ ਦੀ ਸਰਾਂ, ਹਾਂਜੀ, ਤੋਂ ਅੱਗੇ ਨੂੰ ਥੋੜ੍ਹਾ ਜਿਹਾ ਆ ਜਾਈਏ। ਹਾਂਜੀ, ਮਿੱਠਾ ਮੱਲ ਬੀਰਬਲ, ਇੱਕ ਬੀਰਬਲ ਹੁੰਦੇ ਸੀ, ਬੀਰਬਲ ਜਿਹਨੇ ਭੱਠਾ ਸੀਗਾ, ਵੀ ਭੱਠੇ ਵਾਲਿਆਂ ਦਾ ਨਾਮ ਬੀਰਬਲ ਮਿੱਠਾ ਮੱਲ ਵੀ ਨਾਂ ਸੀ। ਮਿੱਠਾ ਮੱਲ ਤਾਂ ਕੱਪੜਿਆਂ ਦੀ ਦੁਕਾਨ ਸੀ ਜੀ ਉਹਨਾਂ ਦੀ, ਬਹੁਤ ਵਧੀਆ। ਹਾਂ, ਬਹੁਤ ਦੁਕਾਨ ਚੱਲ ਰਹੀ ਸੀ ਮਿੱਠਾ ਮੱਲ ਦੀ। ਹਾਂ ਜੀ, ਦੇਖੋ ਜੀ ਕਿਆ ਸੋਹਣੇ ਨਾਂ ਰੱਖਦੇ ਸੀ, ਮਾਵਾ ਮਿੱਠਾ ਮੱਲ। ਹੈਂ, ਰਾਘਵਰ ਦੀ ਦੁਕਾਨ ਚੰਗੀ ਚੱਲਦੀ ਸੀ, ਉਹਦੀ ਪ੍ਰੋਪਰਟੀ ਰਾਘਵਰ ਚੰਗੀ। ਅੱਛਾ, ਉਰਲੇ ਪਾਸੇ ਪਿੱਛੇ ਕੁਛ ਦੁਕਾਨਾਂ ਜਿਹੜੇ ਮੰਡੀ ਦੇ ਵਿੱਚ ਰਹਿ ਗਈਆਂ, ਜਿੱਦਾਂ ਤਾਰਾ ਚੰਦ ਕਰਿਆਨੇ ਵਾਲੇ। ਹਾਂਜੀ ਹਾਂਜੀ, ਤਾਰਾ ਚੰਦ ਕਰਿਆਨੇ ਵੀ ਪੁਰਾਣੇ ਆ ਜੀ, ਇਹ ਵੀ ਪੁਰਾਣੇ ਆ। ਇਹਨਾਂ ਦੇ ਕੱਪੜੇ ਦੀ ਵੀ ਦੁਕਾਨ, ਅਗਰਵਾਲ ਦੀ ਲੋਹੇ ਦੀ ਦੁਕਾਨ ਵੀ ਹੈ ਇਹਨਾਂ ਦੀ, ਬਲਵੀ ਅਗਰਵਾਲ ਦੀ, ਲੋਹੇ ਦੀ ਦੁਕਾਨ, ਸੀਮਿੰਟ ਦੀ ਦੁਕਾਨ, ਉਹ ਵੀ ਕਾਫੀ ਪੁਰਾਣੀ ਦੁਕਾਨ ਹੈ। ਕਾਫੀ ਪੁਰਾਣਾ ਪ੍ਰਵਾਹ ਹੈ। ਤਾਰਾ ਚੰਦ ਦੇ ਮੁੰਡਿਆਂ ਨੇ ਜੀ ਹੁਣ ਬਰੰਡਾ ਰੋਡ ਤੇ ਬੜੀ ਚੰਗੀ ਦੁਕਾਨ ਖੋਲ੍ਹੀ ਆ। ਹਾਂਜੀ ਹਾਂਜੀ, ਆਪਣਾ ਜੋ ਆਪਣਾ ਅੱਜ ਕਿਆ ਕਹਿੰਦੇ ਉਸ ਮਕਾਨਾਂ ਦਾ, ਬਿਲਡਿੰਗ ਦਾ ਸਮਾਨ, ਬਿਲਡਿੰਗ ਮਟੀਰੀਅਲ ਮਟੀਰੀਅਲ ਦੀ, ਟਾਈਲਸ ਵਗੈਰਾ ਦੀ, ਚੰਗੀ ਦੁਕਾਨ ਚੱਲਦੀ ਆ। ਹਾਂਜੀ ਹਾਂਜੀ। ਅੱਛਾ, ਹੁਣ ਆ ਜਾਈਏ ਵਾਪਸ ਜਿੱਧਰਲੇ ਪਾਸੇ ਬਾਜ਼ਾਰ ਦੇ ਵਿੱਚ, ਪੁਰਾਣੇ ਪੁਰਾਣੇ ਯਾਦ ਪੁਰਾਣੇ ਸਾਡੇ ਇੱਕ ਸਾਡੇ ਪਿੰਡ ਦੇ ਇੱਕ ਬਚਨ ਸਿੰਘ ਦੀ ਦੁਕਾਨ ਹੁੰਦੀ ਸੀ, ਉਹ ਵੀ ਬੜੇ ਪੁਰਾਣੇ ਸੀਗੇ। ਬਚਨ ਚਰਹੇੜੀ ਦੇ ਸੀ, ਚਰਹੇੜੀ ਦੇ ਸੀ ਬਚਨ ਸਿੰਘ ਜੀ, ਬਚਨ ਸਿੰਘ ਕਾਹਦੀ ਦੁਕਾਨ ਸੀ? ਕਿਰਿਆਨੇ ਦੀ, ਕਿਰਿਆਨੇ ਦੀ ਦੁਕਾਨ, ਬੜੀ ਪੁਰਾਣੀ ਦੁਕਾਨ ਸੀਗੀ ਉਹਨਾਂ ਦੀ। ਪਹਿਲਾਂ ਹੋਰ ਕੌਣ, ਪਹਿਲਾਂ ਪਾਲੇ ਪਾਸੇ ਦੇਖੋ ਜੀ, ਰੂਹਾਂ ਯਾਦ ਆ ਰਹੀਆਂ। ਹਾਂਜੀ ਹਾਂ ਜੀ ਹਾਂ ਹਾਂ ਮਿੱਠਾ ਮੱਲ, ਮਿੱਠਾ ਮੱਲ ਨਾ ਸੁਣ ਕੇ ਮੂੰਹ ਮਿੱਠਾ ਹੋ ਗਿਆ। ਅੱਛਾ, ਬਚਨ ਜੀ ਦੀ ਦੁਕਾਨ। ਹਾਂਜੀ ਹਾਂਜੀ, ਹੋਰ ਅੱਗੇ ਆ ਜੀ, ਹੁਣ ਆਪਾਂ ਕਿੱਥੇ ਕੁ ਪਹੁੰਚ ਕੇ ਬਿੱਲੇ ਖੱਤਰੀ ਦੇ ਨੇੜੇ ਆ ਗਏ? ਹਾਂਜੀ, ਫਿਰ ਹਲਵਾਈ ਆ ਗਿਆ ਤੁਹਾਡੇ, ਰਤਨ ਹਲਵਾਈ ਦੀ, ਰਤਨ ਹਲਵਾਈ ਆ ਗਿਆ ਹੈ ਨਾ ਜੀ ਉਧਰ ਨੂੰ, ਤੇ ਇੱਕ ਰਾਣੋ, ਰਾਣੋ ਦੀ ਦੁਕਾਨ ਬੜੀ ਪੁਰਾਣੀ ਆ ਜੀ, ਰਾਣੋ ਨੂੰ ਜਾਣਦੇ? ਉਹਦੇ ਫਾਦਰ ਨਾਂ ਕਿਆ ਸੀ ਰਾਣੋ ਦੇ? ਰਾਣੋ ਕੋਣੇ ਤੇ ਦੁਕਾਨ ਸੀ, ਕਾਹਦੀ ਦੁਕਾਨ ਸੀ? ਮਨਿਆਰੀ ਵਗੈਰਾ ਦੀ ਜੀ, ਰਾਣੋ ਦੀ, ਰਾਣੋ ਰਾਣੋ ਸਮਾਨ ਰੱਖਿਆ ਵਾ ਜੀ, ਪਲਾਸਟਿਕ ਦੇ ਕੁਰਸੇ ਕਰਸੇ ਦੇ, ਹੋਰ ਨਾਲ ਨਾਲ ਲੱਟਣ ਫੜ ਲਈ ਚੱਲਿਓ ਸਰੋਤਿਓ, ਤੁਸੀਂ ਵੀ ਤੁਹਾਡੇ ਕਮੈਂਟ ਮੈਨੂੰ ਪਤਾ ਬਹੁਤ ਆਣੇ ਨੇ, ਤੁਸੀਂ ਕਰੀ ਜਾਣਾ ਸਾਡੇ ਕੋਲੋਂ ਕੁਛ ਨਾ ਕੁਛ ਰਹਿ ਰਿਹਾ ਹੁਣ, ਕਿਉਂਕਿ ਉਮਰਾਂ ਹੋ ਗਈਆਂ, 80 ਸਾਲ ਦੇ ਹੋ ਗਏ ਰਜਿੰਦਰ ਜੀ, 50 ਦਾ ਮੈਂ ਹੋ ਗਿਆ, 80 ਦੇ ਉੱਪਰ ਮੈਂ ਹੋ ਗਿਆ, 80 ਤੋਂ ਉੱਪਰ ਨਰਿੰਦਰ ਸਿੰਘ ਜੀ ਹੈਗੇ। ਉਹਨਾਂ ਦਾ ਭਰਾ ਯਸ਼ਪਾਲ, ਉਹ ਡਾਕਟਰ, ਡਾਕਟਰ ਦੀ ਦੁਕਾਨ ਕੀਤੀ ਸੀ, ਉਹ ਇਰਾਨ ਚ ਕਰਕੇ ਆਇਆ ਸੀ, ਉਹ ਮੈਡੀਕਲ ਦਾ ਕਰਕੇ। ਬਾਕੀ ਸਰੋਤੇ ਦੱਸਣਗੇ ਜੀ ਪੂਰੀ। ਹਾਂਜੀ ਹਾਂਜੀ, ਯਸ਼ਪਾਲ, ਯਸ਼ਪਾਲ ਰਾਣਾ, ਇਹ ਰਾਣੋ, ਇਹ ਦੋਨੋਂ ਭਰਾ ਸੀਗੇ ਜੀ। ਅੱਛਾ, ਤੇ ਇਹਨਾਂ ਦੇ ਫਾਦਰ ਦਾ ਨਾਂ ਨਹੀਂ ਯਾਦ ਆਉਣਾ। ਕੋਈ ਨਹੀਂ, ਦੁਬਾਰਾ, ਬੜੀ ਪੁਰਾਣੀ ਦੁਕਾਨ ਆ ਜੀ। ਹਾਂਜੀ। ਅੱਛਾ, ਬਿੱਲਾ ਖੱਤਰੀ ਦੇਖਿਆ ਤੁਸੀਂ ਉਹਦਾ? ਹਾਂਜੀ ਹਾਂ, ਚੰਗੀ ਤਰ੍ਹਾਂ ਜੀ, ਚਟਨੀ ਚਾਰ ਮਸ਼ਹੂਰ ਹੈ ਜੀ ਉਹਨਾਂ ਦਾ, ਬਿੱਲੇ ਖੱਤਰੀ ਦੇ ਜਿਹੜੇ ਚਾਰ ਅੱਜ ਕੱਲ੍ਹ ਬਹੁਤ ਬਣਾਉਂਦੇ ਸੀ ਉਹ, ਬਿੱਲਾ ਖੱਤਰੀ ਦੇ ਜਿਹੜੇ, ਬਿੱਲਾ ਖੱਤਰੀ ਦੇ ਜਿਹੜੇ ਫਾਦਰ ਸੀ ਨਾ ਜੀ, ਉਹ ਸਾਡੇ ਬਾਬਾ ਜੀ ਨਾਲ ਬਹੁਤ ਨਾਣ ਜਿਹਾ, ਪਤਲੇ ਜਿਹੇ ਹੁੰਦੇ ਸੀਗੇ ਜੀ ਉਹ, ਬੈਠੇ ਰਹਿਣਾ, ਇੱਕ ਦਫ਼ਾ ਬੈਠੇ ਮੈਨੂੰ ਮਿਲੇ ਬਾਪੂ ਜੀ ਮੇਰੇ ਨਾਲ ਜਾ ਰਹੇ, ਬਾਪੂ ਜੀ ਨੂੰ ਟੀਚਰ ਜੀ ਕਰੀ, ਕਹਿੰਦੇ ਸੈਣੀਆਂ ਲੰਘ ਗਿਆ, ਭੁੱਲ ਗਿਆ ਮੈਨੂੰ, ਉਹ ਕਹਿੰਦੇ ਨਹੀਂ ਚਾਚਾ ਜੀ ਭੁੱਲਿਆ ਨਹੀਂ, ਚਾਚਾ ਜੀ ਭੁੱਲਿਆ ਨਹੀਂ, ਬਾਪੂ ਜੀ ਨੇ ਪੈਰੀ ਹੱਥ ਲਾਏ ਉਹਦੇ, ਬਹੁਤ ਆਵਾਜ਼ ਮਾਰ ਲਈ, ਸੈਣੀਆਂ ਭੁੱਲ ਗਿਆ ਮੈਨੂੰ ਲੰਘ ਗਏ। ਬਾਬੇ ਦੇ ਕਲਾਸ ਫੈਲੋ ਸੀਗੇ, ਨਰਾਇਣ ਜੀ ਦੇ ਕਲਾਸ ਫੈਲੋ ਸੀਗੇ? ਹਾਂਜੀ ਹਾਂਜੀ, ਬਿੱਲਾ ਖੱਤਰੀ ਨਾ, ਉਹਦੇ ਫਾਦਰ, ਬਿੱਲਾ ਖੱਤਰੀ ਦੇ ਫਾਦਰ, ਬਿੱਲਾ ਖੱਤਰੀ ਦੇ ਫਾਦਰ। ਹਾਂਜੀ, ਬਿੱਲਾ ਖੱਤਰੀ ਅਸੀਂ ਜਾਣਦੇ ਹਾਂ, ਸਾਡੇ ਬਾਪੂ ਜੀ, ਸਾਡੇ ਬਾਪੂ ਜੀ ਦੇ ਹਾਣਦੇ ਸੀ ਉੱਥੋਂ ਦੇ, ਉਹ ਤਾਂ ਉਹਨਾਂ ਦੁਕਾਨ ਸੋਹਣੀ ਚੱਲਦੀ, ਮਸ਼ਹੂਰ ਦੁਕਾਨ ਸੀ ਉਹਨਾਂ ਦੇ, ਜਿਹੜੇ ਫਾਦਰ ਸੀ ਨਰਾਇਣ ਜੀ ਦੇ, ਹਾਂਜੀ ਉਹਨਾਂ ਦੇ ਮਤਲਬ ਹਾਣੀ ਸੀਗੇ ਜੀ, ਦੇਖੋ ਸੀ ਉਹਨਾਂ ਦੀ। ਅੱਛਾ, ਬਿੱਲਾ ਖੱਤਰੀ ਦੇ ਆਹਮਣੇ ਸਾਹਮਣੇ ਦੁਕਾਨ ਕੋਈ ਆਂਢ ਗੁਆਂਢ ਪੁਰਾਣੀ ਦੁਕਾਨ? ਤੁਹਾਡੇ ਬਹਿਣੀ ਬੂਟਾਂ ਵਾਲੇ, ਬੂਟਾਂ ਵਾਲੇ ਸਭ ਤੋਂ ਪੁਰਾਣੇ ਬਹਿਣੀ ਦੀ ਦੁਕਾਨ, ਸਭ ਤੋਂ ਪੁਰਾਣੀ ਆ,
ਬੈਣੀ ਦੀ ਇਹ ਉੱਤਮ ਸੈਣੀ ਦੀ ਦੁਕਾਨ, ਬੂਟਾਂ ਦੀਆਂ ਦੁਕਾਨਾਂ ਉਹ ਪੁਰਾਣੀਆਂ ਹੁੰਦੀਆਂ ਸੀ। ਇਹ ਦੁਕਾਨਾਂ ਜਿਹੜੀਆਂ ਬਵੇਜਾ ਆਪਟੀਕਲ ਇਹ ਸਭ ਬਾਅਦ 'ਚ ਆਈਆਂ, ਬਾਅਦ 'ਚ ਆਈਆਂ। ਉਦੋਂ ਸਿਰਫ ਦੋ ਦੁਕਾਨਾਂ, ਬੈਣੀ ਦੀ ਦੁਕਾਨ ਬਹੁਤ ਮਸ਼ਹੂਰ ਸੀ, ਬੈਣੀ ਨੇ ਫਿਰ ਦੋ ਤਿੰਨ ਦੁਕਾਨਾਂ ਕਰ ਲਈਆਂ ਸੀ। ਹੁਣ ਇਹਨਾਂ ਦੀ ਜਨਰੇਸ਼ਨ ਨੇ ਨਾਲਾਗੜ੍ਹ ਵਗੈਰਾ ਦੁਕਾਨਾਂ ਖੋਲ੍ਹੀਆਂ ਹੋਈਆਂ। ਅੱਛਾ, ਕੰਮ ਛੱਡਿਆ ਨਹੀਂ ਜੀ ਹੁਣ ਵੀ ਉੱਥੇ ਬੈਣੀ, ਬੈਣੀ ਪਤਲਾ ਜਿਹਾ ਹੁੰਦਾ ਸੀ ਜੀ ਦੈਣੀ, ਤਿੰਨ ਚਾਰ ਭਰਾ ਸੀਗੇ ਜੀ, ਇੱਕ ਸੋਮੀ ਹੁੰਦਾ ਸੀ ਇਹਨਾਂ ਨਾਲ ਪੜ੍ਹਦਾ ਸੀ। ਅੱਗੇ ਆ ਗਿਆ ਕੋਰਨਰ 'ਤੇ ਰੱਖਾ ਪੰਸਾਰੀ, ਹਾਂਜੀ ਹਾਂਜੀ, ਪੰਸਾਰੀ ਦੀ ਦੁਕਾਨ ਪੁਰਾਣੀ, ਪੰਸਾਰੀ ਵੀ ਹੈਗੀ, ਰੱਖਾ ਪੰਸਾਰੀ। ਰੱਖਾ ਪੰਸਾਰੀ ਤਾਂ ਜੀ ਉਹ ਸਬਜ਼ੀ ਮੰਡੀ ਵੱਲ ਉੱਧਰ ਸੀ ਦੁਕਾਨ, ਉਹਦੇ ਉੱਤਰ ਸਾਈਡ ਦੇ ਬੂਟਾ ਦੁਕਾਨ ਸਾਹਮਣੇ। ਅੱਛਾ, ਉੱਥਾਂ ਦੀ ਰੱਖਾ ਪੰਸਾਰੀ ਨਾ ਕਿ ਰੰਗ ਦੇ ਸਾਹਮਣੇ ਇੱਕ ਨਹੀਂ, ਇੱਕ ਹੁਣ ਵੀ ਰੱਖਾ ਪੰਸਾਰੀ ਦੀ ਦੁਕਾਨ ਬਾਜ਼ਾਰ ਦੇ ਵਿੱਚ ਹੈ, ਬਿੱਲਾ ਖੱਤਰੀ ਦੇ ਅੱਗੇ ਜਾ ਕੇ ਤੰਗ ਜੀ ਗਲੀ ਮੁੜ ਕੇ ਕ੍ਰਿਸ਼ਨਾ ਮੰਡੀ ਨੂੰ ਨਿਕਲਦੀ ਹੈ ਤੰਗ ਗਲੀ, ਉਹ ਰੰਗ ਦੀ ਦੁਕਾਨ ਕੱਪੜਿਆਂ ਦੇ ਬਿਲਕੁਲ ਸਾਹਮਣੇ ਆ। ਇੱਕ ਉੱਥੇ ਫਿਰ ਪੁਰਾਣੇ ਪੁਰਾਣੇ ਦਰਜੀ ਹੋਏ ਕਰਦੇ ਸੀ, ਉਹ ਦੇਖੇ ਹੋਣੇ ਤੁਸੀਂ ਛਾਂਗਾ, ਛਾਂਗੇ ਵਗੈਰਾ, ਛਾਂਗਾ ਛਾਂਗਾ ਮਲ, ਛਾਂਗਾ ਮਲ, ਛਾਂਗੇ ਤੋਂ ਬਿਨਾਂ ਇੱਕ ਹੋਰ ਹੁੰਦੇ ਸੀਗੇ, ਉਹ ਪਾਏ ਸੀ ਵਿਚਾਰੇ ਦੋ ਤਿੰਨ। ਅੱਛਾ, ਹਾਂਜੀ, ਉਹਨਾਂ ਦੀ ਦੁਕਾਨ ਬੜੀ ਚੱਲਦੀ ਸੀ ਕੋਨੇ 'ਤੇ ਸੀ, ਕੀ ਨੌਂ ਨੂੰ ਯਾਦ ਆਇਆ, ਯਾਦ ਆ ਗਏ, ਹਾਂਜੀ ਹਾਂ, ਬੰਦੇ ਯਾਦ ਆ ਗਏ ਜੀ ਸਾਡੇ। ਜਦੋਂ ਵੀ ਕੱਪੜੇ ਸਵਾਉਂਦੇ ਸੀ ਨਾ, ਬਾਜ਼ਾਰ ਵਾਲਿਆਂ ਨੇ ਸਾਰਿਆਂ ਨੇ ਵੀਡੀਓ ਦੇਖਣਾ ਜੀ ਇਹ, ਜਦੋਂ ਵੀ ਸਾਡੇ ਕੱਪੜੇ ਸਵਾਉਣੇ ਨਾ ਜੀ, ਉਹ ਮਹੀਨਾ ਮਹੀਨਾ ਬੈਠੇ ਰਹਿੰਦੇ ਜੀ, ਬਾਪੂ ਜੀ ਨੇ ਸਾਡੇ ਉੱਥੇ ਬੁਲਾ ਲੈਣੇ ਦਰਜੀ। ਅੱਛਾ, ਇੱਕੋ ਜਿਹੇ ਸੂਟ ਸਵਾ ਦੇਣੇ ਸਾਰਿਆਂ ਨੂੰ, 15-15 ਦਿਨ ਬੈਠੇ ਰਹਿੰਦੇ, ਘਰੇ ਸਿਲਾਈ ਕਰਵਾਉਂਦੇ ਸੀ ਕਮੀਜ਼ ਪਜਾਮੇ, ਉਹਨਾਂ ਨੂੰ ਬੁਲਾ ਲੈਂਦੇ, ਉਹ ਸਾਡੇ ਪਿੰਡ, ਹਾਂਜੀ ਪਿੰਡ ਘਰ ਬੁਲਾ ਲਿਆ ਕਰਦੇ ਸੀ ਦਰਜੀਆਂ ਨੂੰ, ਚੰਗੇ ਸੀਗੇ, ਬਹੁਤ ਚੰਗੇ ਸੀਗੇ ਜੀ। ਗਬਲੀ ਦਾਣਾ ਮੰਡੀ ਨੂੰ ਮੁੜਦੇ ਸੀ ਨਾ ਬਾਜ਼ਾਰ 'ਚ, ਕੋਰਨਰ 'ਤੇ ਦੁਕਾਨ ਸੀ ਮਿੱਠਾ ਮਲ ਦੀ ਹੱਟੀ ਦੇ ਨਾਲ ਹੀ ਦੁਕਾਨ ਸੀ ਕੋਨੇ ਦੀ, ਮਿੱਠਾ ਮਲ ਦੀ ਹੱਟੀ ਦੀ ਦੁਕਾਨ, ਦੋ ਤਿੰਨ ਬੰਦੇ ਉੱਥੇ ਕੱਪੜੇ ਸਿਉਂਦੇ ਸੀ। ਜਦੋਂ ਸਾਡੇ ਬੜੇ ਬੜੇ ਭਰਾ ਦਾ ਵਿਆਹ ਹੋਇਆ, ਠੀਕ ਹੈ ਨਾ, ਉਹ ਜੀ ਇੱਥੋਂ ਮੇਰਾ ਭਰਾ ਹੀ ਆ, ਅਸਾਂ ਸਿੱਧਾ ਖਾਈਆਂ ਦੇ ਵਿੱਚੋਂ ਰਸਤਾ ਸੀ, ਐਡੀ ਬੜੀ ਮਿੱਠਾ ਮਲ ਦੇ ਮਿੱਠਾ ਮਲ ਤੋਂ ਕੱਪੜਾ ਦੀ ਪਾਂਡ ਜਿਵੇਂ ਬੋਰੀ ਰੱਖੀ ਸਿਰ 'ਤੇ ਲੈ ਕੇ ਸਾਡੇ ਘਰਾਂ ਆ ਗਿਆ। ਜਿਹੜਾ ਆਪਾਂ ਘਰ ਉੱਪਰਲੇ ਪਾਸੇ ਚੁਬਾਰਾ ਦੇਖਿਆ, ਉੱਥੇ ਉੱਥੇ ਮਸ਼ੀਨ ਰੱਖੀ ਹੋਈ ਸੀ, ਉੱਥੇ ਕੱਪੜੇ ਸੀ, ਉਹਨੇ ਦੋ ਮਹੀਨੇ ਲੱਗ ਰਹੇ ਸੀ ਉਹ ਸਾਰਿਆਂ ਦੇ ਕੱਪੜੇ, ਕੱਪੜੇ ਫਿਰ ਉਸ ਟਾਈਮ ਦੀ ਲਲਾਰੀ ਜਦ ਪੱਗਾਂ ਰੰਗਦੇ ਹੁੰਦੇ ਸੀ, ਸਾਰੀਆਂ ਪੱਗਾਂ ਲਲਾਰੀ ਵੀ ਘਰ ਆਇਆ। ਲਲਾਰੀ ਰਹਿਮਾ ਮਸ਼ਹੂਰ ਆ ਜੀ ਅੱਡੇ 'ਚ, ਰਹਿਮਾ ਰਹਿਮਾ ਹੁੰਦਾ ਸੀ ਲਲਾਰੀ, ਰਹਿਮਾ ਲਲਾਰੀ, ਹਾਂਜੀ ਬਹੁਤ ਪੁਰਾਣਾ ਬੜਾ ਮਸ਼ਹੂਰ ਆ ਜੀ। ਜਾਂ ਫਿਰ ਇੰਦਰਮਲ ਹੁੰਦਾ ਸੀ ਚਨਾਲੋਂ ਦਾ, ਇਹ ਦੋ ਲਲਾਰੀ ਹੋਇਆ ਕਰਦੇ ਸੀ, ਅੱਜ ਤਾਂ ਨਾ ਜੀ ਯਾਦ ਆ ਰਹਿਮਾ ਲਲਾਰੀ, ਹਾਂ ਰਹਿਮਾ ਲਲਾਰੀ ਜੀ, ਮਿੱਠਾ ਮਲ ਉਹ ਸਾਡੀਆਂ ਪੱਗਾਂ ਦੀ ਵਿਆਹ ਨੂੰ ਇੱਥਾਂ ਆ ਜਾਂਦਾ ਰੰਗ ਲਿਆਉਂਦਾ, ਆਪਣੇ ਵਿਆਹ ਨੂੰ ਪੱਗਾਂ ਬਣਾਉਣੀਆਂ ਹੁੰਦੀਆਂ ਸੀ, ਸਾਡਾ ਤੁਹਾਨੂੰ ਪਤਾ ਫੈਮਿਲੀ ਤਗੜੀ ਸੀ, ਫਿਰ ਆਪਣੇ ਸਾਰੀਆਂ ਪੱਗਾਂ ਇੱਥੇ ਰੰਗੀਆਂ। ਉਹ ਟਾਈਮ ਜਿਹੜਾ ਤੀਵਿਆਂ ਨੇ ਸੂਟ ਸਾਟ ਦਏ ਕਰਦੇ ਸੀ ਰਿਸ਼ਤੇਦਾਰਾਂ ਨੂੰ, ਨਾਲ ਪੱਗ ਦਾ ਜੋੜਾ ਲਾਉਂਦੇ ਸੀ, ਉਹ ਸਾਡੀਆਂ ਪੱਗਾਂ ਹੋ ਗਈਆਂ ਅਤੇ ਇੰਨੀਆਂ ਹੋਈਆਂ, ਦੋ ਦਿਨ ਪੰਗੇ ਬੜੇ ਜ਼ਮਾਨੇ ਯਾਦ ਆਉਂਦੇ ਜੀ, ਪੁਰਾਣੇ ਬੜੇ ਸਸਤੇ ਜ਼ਮਾਨੇ ਸੀਗੇ ਜੀ। ਅੱਛਾ, ਅਜੇ ਰਹਿ ਗਿਆ ਕੁਛ ਅੱਗੇ ਨੂੰ ਹੋਰ ਤੁਰਨਾ, ਹਾਂਜੀ ਹਾਂਜੀ, ਅਸੀਂ ਰੱਖਾ ਪੰਸਾਰੀ ਕੋਲ ਵੀ ਆ ਗਏ, ਸਤਨਾਮ ਕੱਪੜਿਆਂ ਲਈ ਵੀ ਦੁਕਾਨ ਤੁਸੀਂ ਦੱਸਤਾ ਪੁਰਾਣੀ ਸੀਗੀ, ਹਾਂਜੀ, ਔਰ ਹੋਰ ਕੋਈ ਇੱਥੇ ਦੁਕਾਨ, ਘੜੀ ਸਾਜ ਹੁੰਦਾ ਸੀ ਇੱਕ ਹਰੀ, ਉਹ ਵੀ ਉਹਦਾ ਮੁੰਡਾ ਉਹਦਾ ਕੰਮ ਕਰ ਰਿਹਾ, ਮੈਂ ਬੜਾ ਪੁਰਾਣਾ ਜੀ ਉਹ ਹਰੀ ਹਰੀ, ਹਾਂਜੀ ਹਰੀ, ਹਾਂਜੀ ਘੜੀ ਸਾਜ, ਸਮਾਂ ਬਦਲ ਗਿਆ, ਕਿਸੇ ਸਮਾਂ ਸੀਗਾ ਕੋਈ ਦੌਰ ਸੀਗਾ ਘੜੀਆਂ ਦੀ ਰਿਪੇਅਰ ਚਾਬੀ ਉਹੇ ਕਰਦੇ ਸੀ, ਹਰੀ ਘੜੀ ਸਾਜ, ਹਰੀ ਘੜੀ ਸਾਜ, ਸਾਰਾ ਕਾਲੀ ਖਾਤਾ ਜੀ ਹੁਣ ਤਾਂ, ਅੱਗੇ ਥੋੜ੍ਹਾ ਜਾਣਾ, ਅਜੇ ਅੱਗੇ ਜਾਣਾ ਥੋੜ੍ਹਾ ਜਿਹਾ, ਹਾਂ ਅੱਗੇ ਚਲੇ ਜਾਓ। ਜਿਹੜਾ ਗੋਹਰ ਵਾਲਾ ਇਲਾਕਾ ਸੀਗਾ ਇਹ, ਇੱਥੇ ਕਿਆ ਹੁੰਦਾ ਸੀ ਪਹਿਲਾਂ? ਕੁਛ ਨਹੀਂ ਸੀ, ਇੱਥੇ ਅੱਜ ਕੱਲ੍ਹ ਤਾਂ ਕੋਠੀਆਂ ਵਗੈਰਾ ਬਣ ਹੁਣ ਬਣ ਗਏ, ਇੱਥੇ ਕੁਛ ਨਹੀਂ ਸੀ ਜੀ, ਕੁਛ ਨਹੀਂ ਸੀ, ਖੇਤ ਹੁੰਦੇ ਸੀ ਜੀ ਇੱਥੇ, ਖੇਤ ਆਪਣਾ ਬੇਰੀਆਂ ਬੇਰੀਆਂ ਪੂਰੇ ਅੰਬ ਇੱਕ ਝੜੀ ਵਾਲੇ ਬਾਬਾ ਜੀ ਦਾ ਵੀ ਹੈ ਕੋਈ ਜ਼ਿਕਰ, ਝੜੀ ਵਾਲੇ ਦਾ ਵੀ ਕੋਈ ਗੱਲ ਕਰਦੇ ਹੁੰਦੇ ਆ? ਉਹ ਹੈ ਉੱਧਰ ਜਿੱਧਰ ਆਪਣਾ 13 ਬੂਟੇ ਸੀਗੇ ਨਾ ਜੇ ਬਾਗ, ਇੱਧਰ ਸਿੰਘਪੁਰਾ ਰੋਡ 'ਤੇ, ਸਿੰਘਪੁਰਾ ਰੋਡ 'ਤੇ, ਹਾਂ ਗੋਹਰ ਵਾਲਾ ਇਲਾਕਾ ਸਾਰਾ ਐਵੇਂ ਸੀਗਾ, ਐਵੇਂ ਸੀਗਾ ਜੀ, ਕੁਛ ਨਹੀਂ ਸੀ ਇੱਧਰ ਜੀ, ਬੀਆਬਾਨ ਬੀਆਬਾਨ
ਸਾਡੀ ਪ੍ਰੋਪਰਟੀ ਆ ਵਾਲੇ ਪਾਸੇ ਫਸਲਾਂ ਬੀਜੀਆਂ ਹੁੰਦੀਆਂ ਸੀ ਲੋਕੀ ਬਸ ਨੇਚਰ ਕਾਲ ਇੱਥੇ ਹੁੰਦੀ ਸੀ ਲੋਕਾਂ ਦੀ ਨੇਚਰ ਕਾਲ ਇੱਥੇ ਪਹਿਲਾਂ ਬਾਹਰ ਜਾਣਾ ਜਿਹਨੂੰ ਕਹਿੰਦੇ ਸੀ ਉਹ ਹੀ ਹੈ ਨਾ ਨੇਚਰ ਕਾਲ ਹਾਂ ਇਹ ਇਲਾਕਾ 'ਚ ਹੁੰਦੀ ਸੀ ਪ੍ਰੋਪਰਟੀ ਉੱਧਰ ਵੀ ਹੈ ਸਰੋਤੇ ਦੱਸ ਬਿਜਲੀ ਦਫ਼ਤਰ ਪੁੱਛਿਆ ਸਾਡੀ ਪ੍ਰੋਪਰਟੀ ਉੱਧਰ ਵੀ ਹੈ ਰਜਿੰਦਰ ਸਿੰਘ ਜੀ ਆਹ ਬਾਹਰ ਜਾਣ ਵਾਲੀ ਗੱਲ ਜ਼ਿਆਦਾ ਇਹਨੂੰ ਬਾਹਰ ਜਾਣਾ ਕਹਿੰਦੇ ਸੀ ਨੇਚਰ ਕਾਲ ਜੀ ਕਹਿੰਦੇ ਨਾ ਅੰਗਰੇਜ਼ੀ ਦਾ ਵਰਡ ਵਰਤ ਲਿਆ ਤੁਸੀਂ ਪਰ ਉਹ ਕਹਿੰਦੇ ਸੀ ਬਾਹਰ ਗਿਆ ਜੀ ਉਹ ਬਾਹਰ ਕਈ ਤਰ੍ਹਾਂ ਦਾ ਬਾਹਰ ਗਿਆ ਹੋ ਗਿਆ ਦੇਖੋ ਸਾਡਾ ਵਿਰਸਾ ਵਿਰਾਸਤ ਹੈ ਜੀ ਇਹ ਗੱਲਾਂ ਸਾਡੇ ਬਜ਼ੁਰਗਾਂ ਨੇ ਹੰਢਾਈਆਂ ਉਹ ਸਮੇਂ ਸੀ ਵਧੀਆ ਬਹੁਤ ਵਧੀਆ ਸੀ ਅੱਛਾ ਹੁਣ ਅੱਗੇ ਆ ਜੀ ਦੁਕਾਨਦਾਰ ਕੋਈ ਹੋਰ ਜੀ ਆਪਾਂ ਹੁਣ ਅੱਗੇ ਨੂੰ ਵੱਧਦੇ ਵੱਧਦੇ ਹਕੀਮਾਂ ਵਾਲੇ ਪਾਸੇ ਨੂੰ ਆ ਗਏ ਹਾਂਜੀ 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 ਥਾਣੇ ਦੇ ਨੇੜੇ ਪਹੁੰਚ ਗਏ ਥਾਣੇ ਦੇ ਨੇੜੇ ਪਹੁੰਚ ਗਏ ਜੀ ਉਸ ਤੋਂ ਬਾਅਦ ਜੀ ਕੋਈ ਦੁਕਾਨ ਹੈ ਹੀ ਨਹੀਂ ਸੀ ਜੀ ਉੱਥੇ ਇੱਕ ਜੀਆ ਲਾਲ ਕੱਪੜੇ ਵਾਲੇ ਸੀਗੇ ਜੀਆ ਲਾਲ ਕੱਪੜੇ ਵਾਲਾ ਹੈ ਸੀ ਇੱਕ ਜੀਆ ਲਾਲ ਹਾਂ ਹੈਗੇ ਸੀ ਉਹਨਾਂ ਦੇ ਮੁੰਡੇ ਦਾ ਨਾਮ ਰੋਸ਼ਨ ਲਾਲ ਸੀ ਉਹ ਰੋਸ਼ਨ ਲਾਲ ਤੋਂ ਇੱਕ ਕਲਾਸ ਅੱਗੇ ਸੀ ਜੀਆ ਲਾਲ ਹੈਗੇ ਸੀ ਉਹ ਵੀ ਕੱਪੜੇ ਵਾਲੇ ਸੀ ਮੇਰੇ ਖਿਆਲ ਕੱਪੜੇ ਵਾਲੇ ਸੀ ਹੈਗੇ ਸੀਗੇ ਜੀ ਪੁਰਾਣੇ ਜੀਆ ਲਾਲ ਹੈਗੇ ਸੀ ਪੁਰਾਣੀ ਦਾਣਾ ਮੰਡੀ ਚ ਸੀ ਨਾ ਪਤਾ ਨਹੀਂ ਦੁਕਾਨ ਹੈ ਸੀ ਜੀਆ ਲਾਲ ਮੇਰਾ ਯਾਦ ਆ ਗਿਆ ਜੀਆ ਲਾਲ ਦੀ ਇਹ ਜਿੱਥੇ ਹੈ ਨਾ ਜੀ ਪੱਪੂ ਰੰਗਾਂ ਵਾਲਾ ਹਾਂਜੀ 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 ਪੱਪੂ ਰੰਗਾਂ ਵਾਲਾ ਵੀ ਹਾਂਜੀ ਹਾਂਜੀ ਇਹ ਵੀ ਪੁਰਾਣੇ ਹਾਂਜੀ ਹਾਂਜੀ ਪੱਪੂ ਰੰਗਾਂ ਵਾਲਾ ਇਹਨਾਂ ਦੇ ਬਾਬੂ ਲਾਲ ਸੀ ਇਹਨਾਂ ਦੇ ਬਜ਼ੁਰਗ ਨੇ ਜਿਹੜੇ ਚੂਰਨ ਦਿਆ ਕਰਦੇ ਸੀ ਬਾਬੂ ਰਾਮ ਸੀ ਬਜ਼ੁਰਗ ਜਿਹੜੇ ਚੂਰਨ ਦਿਆ ਕਰਦੇ ਸੀ ਤੁਹਾਨੂੰ ਕਹਿੰਦੇ ਬਾਬੂ ਰਾਮ ਸੀ ਇਹਨਾਂ ਦੇ ਦਾਦੇ ਸੀਗੇ ਇਹਨਾਂ ਦੇ ਪੱਪੂ ਰੰਗਾਂ ਵਾਲੇ ਦੇ ਪੱਪੂ ਵਾਲੇ ਦੇ ਹਾਂਜੀ ਹਾਂਜੀ ਅੱਛਾ ਬਾਬੂ ਰਾਮ ਚੂਰਨ ਜੀ ਦਾ ਤੁਹਾਨੂੰ ਹਾਂਜੀ ਹਾਂਜੀ ਹਾਂ ਬਾਬੂ ਰਾਮ ਸੀ ਇਹਨਾਂ ਦਾ ਬਾਬੇ ਚੂਰਨ ਦੇ ਬਾਬੇ ਚੂਰਨ ਰੰਗਾਂ ਵਾਲੇ ਦੇ ਸਾਹਮਣੇ ਸੀ ਦੁਕਾਨ ਜੀਆ ਲਾਲ ਇਨਸਾਨਸ ਦੀ ਕੱਪੜੇ ਦੀ ਦੁਕਾਨ ਅੱਛਾ ਹਾਂ ਜੀਆ ਲਾਲ ਦੀ ਹਾਂ ਅੱਜ ਕੱਲ੍ਹ ਉਹ ਚਲੇ ਗਏ ਛੱਡ ਗਏ ਦੁਕਾਨ ਮੇਹਰ ਚੰਦ ਸੁਨਿਆਰ ਦਾਸ ਇੱਕ ਦਾਸ ਸੀਗਾ ਮੇਹਰ ਚੰਦ ਹੁਣ ਤਾਂ ਕਾਫੀ ਸੁਨਿਆਰੇ ਬਹੁਤ ਹੋ ਗਏ ਜੀ ਬਹੁਤ ਖੁੱਲ ਗਏ ਇੱਥੇ ਰੇਲਵੇ ਸਟੇਸ਼ਨ ਕੋ ਮਠਿਆਈ ਵਾਲਾ ਬੜਾ ਮਸ਼ਹੂਰ ਆ ਜੀ ਕਿਆ ਕਹਿੰਦੇ ਉਹ ਦੁਕਾਨ ਨੂੰ ਮਕੰਦੀ ਜੀ ਮਕੰਦੀ ਹਾਂ ਉਹ ਵੀ ਬੜੀ ਪੁਰਾਣੀ ਦੁਕਾਨ ਆ ਜੀ ਨੇਤਰਮੁਨੀ ਮਕੰਦੀ ਨੇਤਰਮੁਨੀ ਹਾਂਜੀ ਹਾਂਜੀ ਨੇਤਰਮੁਨੀ ਜਿਹਨੂੰ ਵੀ ਯਾਦ ਕਰਿਆ ਜਾਂਦਾ ਪਰਸ਼ਰਾਮ ਦੀ ਆੜਤ ਦੀ ਦੁਕਾਨ ਸੀ ਫਿਰ ਪਰਸ਼ਰਾਮ ਤੋਂ ਜਾਣਦੇ ਹੋ ਆੜਤ ਵਾਲੇ ਵੀ ਨਰਿੰਦਰ ਗੌਤਮ ਉਹਨਾਂ ਦੇ ਇਹਨਾਂ ਦੇ ਵਿੱਚੋਂ ਸੀ ਨਰਿੰਦਰ ਵਗੈਰਾ ਤੇ ਸੰਤ ਤੁਹਾਡੇ ਨਾਲ ਪੜਿਆ ਸੰਤ ਪੜੇ ਦੇਖੋ ਜੀ ਬਾਕੀ ਨਰਿੰਦਰ ਸਿੰਘ ਜੀ ਤੇ ਰਜਿੰਦਰ ਸਿੰਘ ਜੀ ਦੋਵਾਂ ਭਰਾਵਾਂ ਵਿੱਚ ਬੈਠ ਕੇ ਮੈਨੂੰ ਤਾਂ ਆ ਰਿਹਾ ਜੀ ਬਹੁਤ ਮਜ਼ਾ ਔਰ ਤੁਹਾਨੂੰ ਇੰਟਰਵਿਊ ਦੇਖ ਕੇ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਕਰਨੀ ਨਹੀਂ ਪਾਣੀ ਆ ਮੈਂ ਕਹਿੰਦਾ ਦੁੱਧ ਚਾਹ ਪਾਣੀ ਬਿਸਕਟ ਸਭ ਕੁਛ ਆ ਰਿਹਾ ਹੈ ਗੱਲਾਂ 'ਚ ਮਜ਼ਾ ਆ ਰਿਹਾ ਇੱਕ ਆਪਾਂ ਭੁੱਲ ਗਏ ਜੀ ਡਾਕਟਰ ਬਿੱਲੂ ਸੀ ਮਸ਼ਹੂਰ ਉਸ ਸਟੇਸ਼ਨ ਕੋਲ ਡਾਕਟਰ ਬਿੱਲੂ ਉਹ ਪਹਿਲਾਂ ਕਲਾਸ ਫੈਲੋ ਵੀ ਸੀ ਹੁਣੇ ਪਿੱਛੇ 'ਚ ਡੈਥ ਹੋਈ ਇਹਨਾਂ ਦੀ ਡਾਕਟਰ ਬਿੱਲੂ ਨੂੰ ਕੌਣ ਨਹੀਂ ਜਾਣਦਾ ਡਾਕਟਰ ਬਿੱਲੂ ਤੇ ਸਰੋਤੇ ਕਰਨਗੇ ਕਮੈਂਟ ਇਹਨਾਂ ਦਾ ਮਸ਼ਹੂਰ ਹੈ ਟੀਕਾ ਹੁਣ ਬਾਕੀ ਗੱਲਾਂ ਕਰਨਗੇ ਸਰੋਤੇ ਡਾਕਟਰ ਬਿੱਲੂ ਦਾ ਟੀਕਾ ਹਾਂਜੀ ਉਹ ਕਹਿੰਦੇ ਡਾਕਟਰ ਬਿੱਲੂ ਕੋਲ ਜਾ ਕੇ ਸੈੱਟ ਆਉਂਦਾ ਮੇਰਾ ਕੰਮ ਲੋਕੀ ਕਹਿੰਦੇ ਆ ਮੈਂ ਸੁਣਦਾ ਅਕਸਰ ਅੱਛਾ ਕੋਈ ਹੋਰ ਸ਼ਖਸੀਅਤ ਕਰਾਲੀ ਦੀ ਹੁਣ ਰਹਿ ਗਈ ਅੱਛਾ ਇੱਕ ਇਹ ਕਾਟੇ ਦੀ ਹੱਟੀ ਵਾਲਾ ਪਰਿਵਾਰ ਕਿਹੜਾ ਹੈ ਬਾਜ਼ਾਰ ਦੇ ਵਿੱਚ ਕਾਟੇ ਦੀ ਹੱਟੀ ਅੱਜ ਕੱਲ੍ਹ ਤਾਂ ਬੜੀ ਫੇਮਸ ਹੈ ਇਹ ਕਨਫੈਕਸ਼ਨਰੀ ਦੀ ਦੁਕਾਨ ਹੈ ਗੁੱਡੂ ਹਲਵਾਈ ਦੇ ਸਾਹਮਣੇ ਬਾਜ਼ਾਰ ਦੇ ਵਿੱਚ ਗੁੱਡੂ ਹਲਵਾਈ ਦੀ ਦੁਕਾਨ ਹੈ ਰੱਖੇ ਪੰਸਾਰੀ ਤੋਂ ਉਰਲੇ ਪਾਸੇ ਆ ਕੇ ਉਹ ਘੜੀਆਂ ਵਾਲਾ ਹੈਗੇ ਨੇ ਸਰਦਾਰ ਜੀ ਉਹਨਾਂ ਦੇ ਨਾਲ ਤੇ ਉਹਦੇ ਸਾਹਮਣੇ ਕਾਟੇ ਦੀ ਹੱਟੀ ਹੈ ਇਹ ਪੁਰਾਣਾ ਪਰਿਵਾਰ ਹੈ ਇਹਨਾਂ ਦੀ ਇੱਕ ਜੂਸ ਦੀ ਦੁਕਾਨ ਵੀ ਹੁੰਦੀ ਸੀ ਸਬਜ਼ੀ ਮੰਡੀ ਦੇ ਵਿੱਚ ਸੇਠੀ ਅੱਖਾਂ ਵਾਲੇ ਦੇ ਉਰਲੇ ਪਾਸੇ
ਜੂਸ ਦੀ ਦੁਕਾਨ ਵੀ ਸੀਗੀ, ਜੂਸ ਦੀ ਦੁਕਾਨ ਹੁਣ ਵੀ ਹੈਗੀ ਆ ਉੱਥੇ, ਨਹੀਂ ਹੁਣ ਉਹ ਕਾਂਟੇ ਵਾਲੀ ਦੀ ਗੱਲ ਬੰਦ ਹੋ ਗਈ। ਉਹ ਕਾਂਟੇ ਦਾ ਪਰਿਵਾਰ ਜਿਹੜਾ ਨਾ ਜੀ, ਉਹ ਕਾਫੀ ਪੁਰਾਣਾ ਪਰਿਵਾਰ ਹੈ ਤੁਹਾਡੇ ਨੌਲੇਜ ਨਹੀਂ ਹੈਗਾ ਪਾਰਟੀਆਂ ਦੁਕਾਨਾਂ ਤੋਂ ਕੱਪੜੇ ਦੀ ਬਹੁਤ ਵੱਡੀ, ਹਾਂ ਪਾਰਟੀਆਂ ਕੱਪੜੇ ਵਾਲੇ ਉਹਨਾਂ ਨੇ ਵੱਡੀ ਦੁਕਾਨ ਬਣਾ ਲਈ, ਬਹੁਤ ਵੱਡੇ ਸ਼ੋਰੂਮ ਬਣਾਏ ਜੀ। ਹਾਂਜੀ ਉਹਨਾਂ ਨੇ ਖਾਸ ਖਾਸ ਪ੍ਰੋਪਰਟੀ ਬਣਾਈ ਉਹਨਾਂ ਨੇ ਬਾਹਰ, ਇੱਥੇ ਕਿਲਾ ਕੁੱਲ ਜ਼ਮੀਨ ਖਰੀਦੀ ਵੀ। ਇਹ ਇੰਦਰਜੀਤ ਜਿਹੜੇ ਉਹ ਬਣਾਉਂਦੇ ਨੇ ਫਰੇਮ ਵਗੈਰਾ ਬਣਾਉਂਦੇ ਨੇ, ਬਾਅਦ 'ਚੋਂ ਆਏ ਨੇ? ਇਹ ਤਾਂ ਬਾਅਦ 'ਚ ਹੀ ਆਏ ਜੀ। ਇੱਕ ਗਿੱਲ ਹਲਵਾਈ ਵੜਦੇ ਸਾਰੀ ਬਾਜ਼ਾਰ 'ਚ ਸਰਦਾਰ ਜੀ ਹਲਵਾਈ, ਮੈਂ ਕਹਿੰਦਾ ਕੁਰਾਲੀ ਦੇ ਇੱਕੋ ਹਲਵਾਈ ਹੈ ਜਿਹੜੇ ਸਰਦਾਰ ਜੀ ਪੱਗ ਬੰਨ ਕੇ ਖੜੇ ਹੁੰਦੇ ਉੱਥੇ ਗਿੱਲ ਹਲਵਾਈ। ਇਕਬਾਲ ਮੈਡੀਕਲ ਸਟੋਰ ਕੁਰਾਲੀ ਦਾ ਮੈਂ ਕਹਿੰਦਾ ਇੱਕ ਇਹੋ ਜਿਹਾ ਐਡਰੈਸ ਹੈ, ਭਾਵੇਂ ਅਮਰੀਕਾ ਤੋਂ ਚਿੱਠੀ ਲਿਖ ਕੇ ਪਾ ਦੋ, ਇਕਬਾਲ ਮੈਡੀਕਲ ਸਟੋਰ ਕੁਰਾਲੀ ਪਹੁੰਚ ਜੂਗੀ। ਹਾਂਜੀ ਹਾਂਜੀ ਬੜਾ ਪੁਰਾਣਾ ਜੀ। ਹਾਂਜੀ ਇਕਬਾਲ ਦਾ ਜੀ ਮੁੰਡਾ ਮੇਰੇ ਮੁੰਡੇ ਦਾ ਕਲਾਸ ਫੈਲੋ ਆ। ਅੱਛਾ ਜੀ। ਮੁੰਡਾ ਮੇਰਾ ਅਮਰੀਕਾ ਹੁਣ, ਉਹ ਦੁਕਾਨ ਤੇ ਬੈਠਦੇ ਨੇ ਹੁਣੇ ਮਿਲ ਕੇ ਗਏ ਆ ਉਹ। ਇਕਬਾਲ ਮੈਡੀਕਲ ਸਟੋਰ ਮਸ਼ਹੂਰ ਹੋ ਗਿਆ, ਚੰਗਾ ਦੁਕਾਨ ਹੁਣ ਵੀ ਬਹੁਤ ਚੱਲਦੀ। ਦੇਖੋ ਦੇਖੋ ਬੰਦੇ ਨਿਕਲ ਨਿਕਲ ਕੇ ਆ ਰਹੇ, ਤੁਸੀਂ ਜਿਹੜੇ ਛੱਡ ਕੇ ਦੁਆਰਾ ਦੁਆਰਾ ਆ ਰਹੇ। ਕ੍ਰਿਸ਼ਨਾ ਮੰਡੀ ਦਾ ਇਲਾਕਾ ਜਿਹੜਾ ਸੀਗਾ, ਹਾਂਜੀ ਇੱਥੇ ਰਾਮਲੀਲਾ ਹੋਇਆ ਕਰਦੀ ਸੀ। ਹਾਂ ਰਾਮਲੀਲਾ ਹੋਇਆ ਕਰਦੀ ਸੀ, ਅਸੀਂ ਆਉਂਦੇ ਹੁੰਦੇ ਸੀ ਇੱਥੇ ਰਾਮਲੀਲਾ 'ਚ। ਅੱਛਾ ਜੀ। ਬਹੁਤ ਰਾਮਲੀਲਾ ਸਾਡੇ ਨਾ ਜੀ, ਸਾਡੇ ਇੱਕ ਮਨੋਰੀ ਸੀਗਾ, ਮਨੋਰੀ ਇੱਕ ਦਫ਼ਾ ਮੇਰਾ ਇੱਕ ਕਲਾਸ ਫੈਲੋ ਸੀ, ਉਹ ਸੀਤਾ ਬਣਿਆ ਸੀ ਜੀ। ਅੱਛਾ। ਅਤੇ ਸੀਤਾ ਬਣਿਆ, ਉਹਨੂੰ ਦਸਵੀਂ ਤੱਕ ਛੇੜਦੇ ਰਹੇ ਜੀ, ਸੀਤਾ 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 ਹੀ ਕਹਿੰਦੇ ਰਹੇ, ਉਹ ਮਾਂ ਭੈਣ ਦੀਆਂ ਗਾਲਾਂ ਕੱਢਦਾ ਰਿਹਾ ਸਾਰੇ, ਉਹਨਾਂ ਨੌ ਹੀ ਰੱਖਦਾ ਜੀ, ਇਹ ਸੀਤਾ ਇਹ ਸੀਤਾ ਜੀ। ਉਹ ਗਲਤੀ ਨਾਲ ਬਣ ਗਿਆ ਸੀਤਾ। ਹਾਂਜੀ ਹਾਂ, ਦਸਵੀਂ ਤੱਕ ਨਾ ਜੀ ਉਹਨੂੰ ਛੇੜਦੇ ਰਹੇ ਜੀ। ਹੱਲ ਪੈ ਗਈ ਉਹਦੀ, ਹੱਲ ਪੈ ਗਈ ਜੀ ਉਹਦੀ। ਮਨੋਰੀ ਯਾਦ ਆ ਗਿਆ ਤੁਹਾਨੂੰ? ਯਾਦ ਆ ਗਿਆ ਜੀ। ਹਾਂਜੀ ਜਿਹੜੇ ਦਸਵੀਂ ਦੇ ਕਲਾਸ ਵਾਲੇ ਹੁੰਦੇ ਸੀ ਨਾ ਜੀ, ਉਹ ਹਰ ਕਿਸੇ ਨੂੰ ਯਾਦ ਰਹਿੰਦੇ ਆ। ਅੱਛਾ, ਬਿੱਲਾ ਚੌਧਰੀ ਦਾ ਜਿਹੜਾ ਮੁੰਡਾ ਸੀਗਾ, ਰੱਬ ਦੀ ਕਹਾਣੀ ਦੱਸਦਾ ਇੱਕ ਰੱਬ ਬਿੱਲਾ ਖੱਤਰੀ ਦਾ ਮੁੰਡਾ। ਅੱਛਾ ਰੱਬ, ਅੱਛਾ ਰੱਬ ਉਹ ਕੁਰਾਲੀ ਦਾ ਰੱਬ ਹੈ? ਕੁਰਾਲੀ ਦਾ ਰੱਬ ਸਰੋਤੇ ਕਰਨਗੇ ਜੀ ਕਮੈਂਟ, ਕੁਰਾਲੀ ਦਾ ਰੱਬ ਕੌਣ ਹੈ ਜੀ? ਹਾਂਜੀ ਰੱਬ ਕੁਰਾਲੀ ਦੀ ਸ਼ਖਸੀਅਤ ਹੈ ਇੱਕ ਬਿੱਲਾ ਖੱਤਰੀ ਪਰਿਵਾਰ ਦੇ ਵਿੱਚ, ਸਰੋਤੇ ਕਰਨਗੇ ਕਮੈਂਟ। ਉਹ ਮੈਨੂੰ ਕਿਸੇ ਨੇ ਨਾ ਰੋਪੜ, ਅਸੀਂ ਘੁੰਮ ਰਹੇ ਸੀ ਤਾਂ ਰੋਪੜ ਉਹ ਕਿਸੇ ਨੇ ਗੱਲ ਕਹੀ, ਕਹਿੰਦਾ ਯਾਰ ਤੁਹਾਡੇ ਕੁਰਾਲੀ ਰੱਬ ਹੈ। ਮੈਂ ਕਿਹਾ ਰੱਬ ਤਾਂ ਯਾਰ ਸਾਰੇ ਪਾਸੇ ਹੈ, ਉਹ ਕਹਿੰਦਾ ਨੇ ਕੁਰਾਲੀ ਰੱਬ। ਮੈਨੂੰ ਫਿਰ ਬਾਅਦ 'ਚ ਪਤਾ ਲੱਗਿਆ ਰੱਬ ਇੱਥੇ ਇੱਕ ਬੰਦੇ ਦਾ ਨਾਮ ਹੈ। ਮੈਂ ਮਿਲਿਆ ਫਿਰ, ਬਹੁਤ ਵਧੀਆ ਬੰਦੇ ਨੇ ਉਹ, ਕਈ ਵਾਰੀ ਮਿਲਦਾ ਮੈਂ ਉਸ ਗਲੀ 'ਚ ਜ਼ਿਆਦਾ ਜ਼ਿਆਦਾ ਵੀ ਮਿਲਦਾ ਬੈਠਾ। ਤੁਹਾਡੇ ਜਮਾਤੀ ਸੀਗੇ ਰੱਬ? ਮੇਰੇ ਕਲਾਸ ਫੇਲ ਸੀ। ਅੱਛਾ, ਰੱਬ ਦੇ ਜਮਾਤੀ ਆ ਤੁਸੀਂ ਯਾਰ? ਦੇਖੋ ਜੀ ਰੱਬ ਦੇ ਜਮਾਤੀ ਮਿਲ ਗਏ ਸਾਨੂੰ, ਹੈ ਬੱਲੇ ਬੱਲੇ ਫਿਲਮਸ ਐਂਡ ਰਿਕਾਰਡ ਸਾਡਾ ਚੈਨਲ ਹੈ, ਠੀਕ ਹੈ ਜੀ, ਉਹਦੇ 'ਤੇ ਵੀ ਚੱਲਣੀ ਹੈ। ਇੱਕ ਗਰੁੱਪ ਕੁਰਾਲੀ ਵਾਲਿਆਂ ਵਾਸਤੇ ਬਣਾਤਾ ਸੀ ਅਸੀਂ, ਯਾਦਾਂ ਦਾ ਸ਼ਹਿਰ ਕੁਰਾਲੀ। ਉਹ ਸਿਰਫ ਕੁਰਾਲੀ ਦੇ ਲੋਕ ਨੇ, ਇਹਦੇ ਵਿੱਚ ਹੈਗੇ ਆਲੇ ਦੁਆਲੇ ਦੇ ਪਿੰਡਾਂ ਦੇ ਬਹੁਤ ਸਾਰੇ ਲੋਕ ਹੈਗੇ ਆ। ਠੀਕ ਹੈ। ਹੁਣ ਇੱਕ ਗੱਲ ਰਹਿ ਗਈ, ਉਹ ਮੈਂ ਚਾਹੁੰਦਾ ਕੰਪਲੀਟ ਕਰ ਲਈਏ, ਕੁਰਾਲੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਤੁਸੀਂ ਦੱਸਣੇ ਜੀ ਦੋਹਾਂ ਭਰਾਵਾਂ ਨੇ। ਇੱਕ ਭਗਵਾਲ ਹੋ ਗਿਆ ਜੀ, ਭਗਵਾਲ ਹੋ ਗਿਆ ਜੀ, ਬਨ ਮਾਜਰਾ ਹੋ ਗਿਆ, ਬਨ ਮਾਜਰਾ ਹੋ ਗਿਆ ਜੀ, ਧਿਆਨਪੁਰਾ ਹੋ ਗਿਆ, ਧਿਆਨਪੁਰਾ ਜੀ, ਚਨਾਲੋ ਹੋ ਗਿਆ, ਚਨਾਲੋ ਜੀ, ਪਪਰਾਲੀ ਕਕਰਾਲੀ, ਪਪਰਾਲੀ ਕਕਰਾਲੀ, ਚਨਾਲੋ, ਬਡਾਲੀ, ਬਡਾਲੀ ਜੀ, ਹਾਂਜੀ, ਧਿਆਨਪੁਰਾ, ਧਿਆਨਪੁਰਾ ਹੋ ਗਿਆ ਜੀ, ਗੋਸਲਾਂ, ਗੋਸਲਾਂ ਹੋ ਗਿਆ ਜੀ, ਕਾਲੇਵਾਲ ਬਥੇਰੇ ਰਹਿੰਦੇ ਆ ਜੀ, ਬਹੁਤ ਰਹਿੰਦੇ, ਚੱਲਣ ਦੋ ਚੱਲਣ ਦੋ, ਬਰੌਲੀ ਬਰੌਲੀ ਪਿੰਡ ਲੈ ਲਓ ਤੁਸੀਂ,
ਕਈ ਪਾਸੇ ਰਹਿ ਗਏ ਪੂਰੇ ਦੇ ਪੂਰੇ ਬਹੁਤ ਰਹਿ ਗਏ ਜੀ ਹਾਂ ਸਵਾਮੀ ਜੀ ਵਾਲੇ ਪਾਸੇ ਨੂੰ ਆ ਜਾਓ ਹਾਂ ਸਵਾਮੀ ਜੀ ਪਾਸੇ ਆ ਜਾਓ ਪੱਥਰ ਪਿਛਲੇ ਪਿੰਡ ਨਗਲ ਨੋਗਲ ਪਤਾ ਨਹੀਂ ਪਿੰਡ ਕਿੰਨੇ ਫਤਿਹਗੜ੍ਹ ਦੱਸੀ ਚਲੋ ਜਿਹੜੇ ਨਾਂ ਚੇਤੇ ਆ ਰਹੇ ਹੈਗਾ ਟਾਈਮ ਆਪਣੇ ਕੋਲ ਸਿਆਲਵਾ ਮਾਜਰੀ ਹਾਂਜੀ ਮਾਜਰੀ ਫਤਿਹਗੜ੍ਹ ਦਸਾਰਨਾ ਹੋਰ ਜੀ ਮਰਿੰਡਾ ਰੋਡ ਤੇ ਅੱਗੇ ਜਾ ਕੇ ਪਿੰਡ ਚਿਤਾਵਲਾ ਚਿਤਾਵਲੀ ਘਰ ਵਾਲਾ ਘਰ ਵਾਲੀ ਤੇ ਆਪਸ ਚ ਕਿਹਾ ਮੈਨੂੰ ਕਿਸੇ ਨੇ ਕਿਹਾ ਉਹ ਪਾਕਿਸਤਾਨ ਤੋਂ ਕਮੈਂਟ ਆਇਆ ਉਹ ਮੈਂ ਕਿਹਾ ਜੀ ਇੱਕ ਚਿਤਾਵਲਾ ਪਿੰਡ ਦੇ ਪਾਸੇ ਇੱਧਰ ਚਿਤਾਵਲੀ ਤਾਂ ਉਹਨੇ ਲਿਖਿਆ ਵੀ ਚਿਤਾਵਲਾ ਤੇ ਚਿਤਾਵਲੀ ਕਿਹਾ ਆਪਸ ਵਿੱਚ ਘਰ ਵਾਲਾ ਘਰ ਵਾਲੀ ਤੇ ਅੱਛਾ ਚਿਤਾਵਲਾ ਚਿਤਾਵਲੀ ਕਿਉਂਕਿ ਉਹ ਨਾਮ ਨਾਲ ਨਾਲ ਰਲਦੇ ਨਾ ਟੰਗਰਾਲੀ ਵੀ ਟੰਗਰਾਲੀ ਤਾਂ ਸਰੋਤੇ ਜਿਹੜੇ ਜਿਹੜੇ ਪਿੰਡਾਂ ਦੇ ਨਾਂ ਰਹਿ ਗਏ ਤੁਸੀਂ ਦੱਸਣਾ ਔਰ ਇੱਥੇ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਕਿ ਸਵਾਮੀ ਜੀ ਨਦੀ ਪਾਰ ਕੁਟੀਆ ਵਾਲੇ ਹਾਂਜੀ ਤੇ ਗਸਾਈਆਂ ਵਾਲਾ ਡੇਰਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਕੁਝ ਗੱਲਾਂ ਬਾਤਾਂ ਰਹਿ ਗਈਆਂ ਹੋਣਗੀਆਂ ਫਿਰ ਕਿਸੇ ਸਮੇਂ ਦੁਬਾਰਾ ਅਸੀਂ ਮਿਲਾਂਗੇ ਬੈਠਾਂਗੇ ਸਮੇਂ ਦੀ ਥੋੜੀ ਜਿਹੀ ਸਾਨੂੰ ਪਾਬੰਦੀ ਹੁੰਦੀ ਹੈ ਕਿ ਵਲੌਗ ਵੱਡਾ ਹੋ ਜਾਂਦਾ ਤਾਂ ਕੁਰਾਲੀ ਸ਼ਹਿਰ ਬਾਰੇ ਸਰੋਤਿਓ ਗੱਲਾਂ ਕੀਤੀਆਂ ਰਜਿੰਦਰ ਸਿੰਘ ਜੀ ਮੇਰੇ ਨਾਲ ਨੇ ਨਰਿੰਦਰ ਸਿੰਘ ਜੀ ਮੇਰੇ ਨਾਲ ਨੇ ਬਹੁਤ ਕੁਛ ਮਜ਼ਾ ਆਇਆ ਯਾਦ ਕਰਿਆ ਫਿਰ ਵੀ ਕੁਝ ਗੱਲਾਂ ਬਹੁਤ ਸਾਰੀਆਂ ਰਹਿ ਗਈਆਂ ਹੋਣਗੀਆਂ ਮੈਨੂੰ ਪਤਾ ਤਾਂ ਤੁਸੀਂ ਕਮੈਂਟ ਕਰਿਓ ਔਰ ਸਾਨੂੰ ਖਿਮਾ ਦੇਣੀ ਇਸ ਗੱਲ ਦੀ ਕਿਉਂਕਿ ਅਸੀਂ ਇਨਸਾਨ ਹਾਂ ਫਿਰ ਵੀ ਕਿਤੇ ਨਾ ਕਿਤੇ ਗੱਲਾਂ ਸਾਡੇ ਤੋਂ ਰਹਿ ਜਾਂਦੀਆਂ ਔਰ ਇਸ ਵਲੌਗ ਨੂੰ ਕੁਰਾਲੀ ਵਾਲੇ ਤਾਂ ਘੱਟੋ ਘੱਟ ਜ਼ਰੂਰ ਸ਼ੇਅਰ ਕਰਿਓ ਜੀ